ਲੋਕਾਂ ਦਾ ਪ੍ਰੋਸਪੈਕਟਿਵ ਹੈ ਕਿ ਜਿਹੜੇ ਫਿਲਮ ਡਾਇਰੈਕਟਰਸ ਹੁੰਦੇ ਨੇ ਉਹ ਇੱਕ ਸੀਟ ਤੇ ਬੈਠ ਕੇ ਐਕਸ਼ਨ ਤੇ ਘੱਟ ਬੋਲਦੇ ਨੇ। ਦੇਖੋ ਜੀ ਉਹ ਕਹਿੰਦੇ ਨੇ ਵੀ ਟੈਂਸ਼ਨ 'ਚ ਧੌਲੇ ਆ ਜਾਂਦੇ ਹਨਾ, ਤੇ ਮੈਂ ਜਦੋਂ ਦੀ ਫਿਲਮ ਬਣਾ ਕੇ ਮੇਰੀ ਸਾਰੀ ਦਾੜੀ ਚਿੱਟੀ ਹੋ ਗਈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਆ, ਬਹੁਤ ਵੱਡੀ। ਤੇ ਉਹ ਪਿੱਛੇ ਜੀ ਗੱਲ ਹੋਈ ਸੀ ਜੇ ਹਿੱਟ ਹੋ ਗਈ ਫਿਰ ਤਾਂ ਹੀਰੋ ਦੀ ਆ, ਜੇ ਫਲੋਪ ਹੋ ਗਈ ਫਿਰ ਡਾਇਰੈਕਟਰ ਦੀ। ਹਾਂ ਤੇ ਡਾਇਰੈਕਟਰ ਦਾ ਫੇਰ ਸਟਰਗਲ ਸ਼ੁਰੂ, ਉਹਦੀ ਪੇਮੈਂਟ ਵੀ ਨਹੀਂ ਵਧਣੀ, ਹਿੱਟ ਹੋ ਗਈ ਹੀਰੋ ਦੀ ਪੇਮੈਂਟ ਵੀ ਵੱਧ ਜਾਣੀ ਤੇ ਉਹਨੂੰ 10 ਫਿਲਮਾਂ ਵੀ ਮਿਲ ਜਾਣੀਆਂ। ਹੁਣ ਮੈਂ ਨਹੀਂ ਮਿਲ ਬਣਾਵਾਂ ਤਾਂ ਆਡੀਅੰਸ ਦਾ ਮਤਲਬ ਘਰ ਪਹੁੰਚ ਜਾਣਾ ਮੇਰੇ ਵੀ, ਹਾਂ ਵੀ ਤੂੰ ਆਹ ਬੋਲਿਆ, ਹਾਂ ਦਿਖਾਇਆ ਗਿਆ ਤਾਂ, ਅਤੇ ਉਹਨਾਂ ਨੂੰ ਅਕਸੈਪਟ ਕਰਦੀ ਆ। ਹੁਣ ਐਨੀਮਲ ਬਣੀ, ਉਹਨੇ ਪੈਨ ਇੰਡੀਆ ਕਵਰ ਕਰਿਆ, ਉਹਨੇ ਫੈਮਿਲੀ ਕਿਹੜੀ ਦਿਖਾਈ? ਪੰਜਾਬੀ, ਪੰਜਾਬ ਐਗਜੈਕਟਲੀ। ਹਾਂ ਨਾ, ਡਾਇਰੈਕਟਰ ਸਾਊਥ ਦਾ, ਸਾਊਥ ਦਾ, ਹਾਂ ਸਟਾਰ ਬਾਲੀਵੁੱਡ ਦਾ, ਉਹਨੇ ਤਾਂ ਸਾਰੇ ਹੀ ਕਵਰ ਕਰ ਲਿਆ। ਹਾਂ ਨਾ, ਤੇ ਹੁਣ ਉਹੀ ਪੰਜਾਬੀ ਇੰਡਸਟਰੀ ਆ ਜਿਨ੍ਹਾਂ ਨੇ ਮਤਲਬ ਥੀਏਟਰ ਭਰੇ ਜਾ ਕੇ, ਹੈ ਨਾ। ਜਦਕਿ ਮੈਨੂੰ ਬੜੀ ਪਸੰਦ ਆ ਉਹ ਫਿਲਮ, ਕਈਆਂ ਨੂੰ ਨਹੀਂ ਪਸੰਦ ਆਈ, ਪਰ ਉਹ ਮੈਂ ਡਾਇਰੈਕਟਰ ਦੀ ਫਿਲਮ ਮੰਨਦਾ। ਉਹ ਡਾਇਰੈਕਟਰ ਨੇ ਜੋ ਦਿਖਾਇਆ ਉਹ ਬਾ ਕਮਾਲ, ਹੈ ਨਾ, ਉਹਨੇ ਆਪਣੇ ਦਿਮਾਗ ਨਾਲ ਸਾਰਿਆਂ ਨੂੰ ਚਲਾਇਆ। ਅਤੇ ਫਿਰ ਸਾਡੇ ਵਾਲੇ ਤਾਂ ਉਹੀ ਹੈ ਨਾ ਵੀ ਜੋ ਸਾਡੇ ਖੂਨ 'ਚ ਆ ਪੰਜਾਬੀਆਂ ਦੇ, ਉਹਨੇ ਉਹੀ ਕਰੈਕਟਰ ਦਿਖਾਇਆ ਇੱਕ। ਮੈਂ ਪਿੱਛੇ ਇੱਕ ਇੰਟਰਵਿਊ 'ਚ ਗਿਆ, ਮਾਂ ਜੇ ਮੇਰੇ ਸਿੱਖਣਾ ਜਾਂ ਹੈ ਨਾ ਕੋਈ ਸਲਾਹ, ਜਾਂ ਗੁਰਦੁਆਰੇ ਜਾਓ, ਬਾਣੀ ਪੜ੍ਹੋ। ਜੇ ਤੁਸੀਂ ਕੋਈ ਸਿੱਖਣੀ ਚਾਹੁੰਦੇ ਹੋ ਕਿਸੇ ਦੇ, ਮਤਲਬ ਕਹਿੰਦੇ ਵੀ ਫਿਲਮ ਦੇਖ ਕੇ ਮੈਂ ਆਹ ਚੀਜ਼ ਆਪਣੇ 'ਚ, ਕਹਿੰਦੇ ਨੇ ਵੀ ਚੇਂਜ ਕਰੂੰਗਾ, ਅਤੇ ਮਤਲਬ ਸਭ ਤੋਂ ਵਧੀਆ ਚੀਜ਼ ਆ ਬਾਣੀ ਪੜ੍ਹੋ, ਕਿਤਾਬਾਂ ਪੜ੍ਹੋ ਚੰਗੀਆਂ, ਹੈ ਨਾ, ਵੀ ਜੇ ਤੁਸੀਂ ਸਿੱਖਣਾ। ਫਿਲਮ ਹੈਗੀ ਐਂਟਰਟੇਨਮੈਂਟ, ਉੱਥੇ ਸਿਰਫ ਐਂਟਰਟੇਨਮੈਂਟ ਲਈ ਆ ਵੀ ਯਾਰ, ਅਸੀਂ ਆਇਆ ਐਂਟਰਟੇਨਮੈਂਟ ਹੋਇਆ, ਬਸ ਗੱਲ ਖਤਮ। ਮੈਂ ਪਿੱਛੇ ਇੱਕ ਫਿਲਮ ਲਿਖੀ ਦੀ ਲਵਰ, ਹੈ ਨਾ, ਜਦੋਂ ਲਵਰ ਮੈਂ ਦਿੱਤੀ ਕੇ ਵੀ ਨੂੰ, ਹੈ ਨਾ, ਐਜ਼ ਏ ਰਾਈਟਰ ਮੇਰੀ ਆਈ ਦੀ, ਮੈਂ ਉਹਨਾਂ ਨੂੰ ਕਿਹਾ ਤਾ ਮੈਂ ਵੀਰੇ ਵੀ ਜਿਹੜੀ ਇਹ ਫਿਲਮ ਹੈ ਨਾ, ਮਤਲਬ ਇੱਕ ਸਾਲ ਚਾਹੀਦਾ ਮੈਨੂੰ ਐਕਟਰ ਦਾ, ਕਿਉਂਕਿ ਤਿੰਨ ਚੇਂਜ ਆ ਉਹਦੇ 'ਚ, ਅਤੇ ਇੱਕ ਸਾਲ ਉਹੀ ਬੰਦਾ ਦੇ ਸਕਦਾ। ਹੁਣ ਜਿਹਨੇ ਨਾ ਹਰੇਕ ਮਹੀਨੇ ਫਿਲਮ ਕਰਨੀ ਆ ਜਾਂ 2 ਮਹੀਨੇ ਬਾਅਦ ਫਿਲਮ ਕਰਨੀ ਆ, ਉਹ ਕਦੀ ਨਹੀਂ ਕਰੂਗਾ, ਕਿਉਂਕਿ ਉਹਨੇ ਲੁੱਕ ਹੀ ਨਹੀਂ ਮੈਨੇਜ ਹੁੰਦੀ ਉਹਦੀ, ਅਤੇ ਉਹਨਾਂ ਨੇ ਉਹਨੂੰ ਇੱਕ ਸਾਲ ਦਿੱਤਾ, ਅਤੇ ਉਹ ਬਹੁਤ ਸੋਹਣੀ ਬਣੀ ਉਹ। ਤਾਂ ਕਰਕੇ ਕਿਤੇ ਨਾ ਕਿਤੇ ਮੈਨੂੰ ਇਹ ਹੁੰਦਾ, ਜ਼ਿਆਦਾ ਤਾਂ ਤੁਹਾਨੂੰ ਐਕਟਰ ਉਹੀ ਮਿਲਦੇ ਆ ਜੇ ਤੁਸੀਂ ਉਹਨਾਂ ਨੂੰ ਸਬਜੈਕਟ ਸੁਣਾਉਣਾ, ਨਹੀਂ ਭਾਅ ਜੀ ਮੇਰੀ ਆਹ ਲੋਕਾਂ 'ਤੇ ਇੱਦਾਂ ਇੱਦਾਂ ਚਾਹੁੰਦਾ, ਉਹ ਕਹਿੰਦਾ ਨਹੀਂ ਵੀਰੇ ਵੀ ਲੁੱਕ ਲੱਕ ਤਾਂ ਇਹੀ ਰਹਿਣੀ ਆ, ਕਿਉਂਕਿ ਮੇਰੀ ਅਗਲੇ ਮਹੀਨੇ ਫਿਲਮ ਸ਼ੁਰੂ ਆ। ਅਤੇ ਦੂਜੀ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਆਉਂਦੀ ਵੀ ਵੀਰੇ ਮੇਰੇ ਕੋਲ 25 ਜਾਂ 30 ਦਿਨ। ਤੁਸੀਂ ਗੱਲ ਕੀਤੀ ਲਵਰ ਦੀ, ਹੈ ਨਾ, ਬਹੁਤ ਸੋਹਣੀ ਸਟੋਰੀ ਹੈ, ਬਹੁਤ ਸੋਹਣੀ ਲਿਖੀ ਹੋਈ ਹੈ, ਤੁਸੀਂ ਸੋਚਿਆ ਨਹੀਂ ਕਿ ਮੈਂ ਡਾਇਰੈਕਟ ਕਰੂੰਗਾ? ਮੈਂ ਤਾਂ ਸਗੋਂ ਪ੍ਰੋਡਕਸ਼ਨ ਹਾਊਸ ਨੂੰ ਵੀ ਕਹਿਣਾ ਹੁੰਦਾ ਪਿੱਛੇ ਜੇ ਵੀ ਵੀਰੇ ਤੁਸੀਂ ਇੱਕ ਜਿਹੜੀ 15-20 ਕਰੋੜ ਦੀ ਇੱਕ ਬਣਾਉਂਦੇ ਹੋ, ਹੈ ਨਾ, ਵੀ ਤੁਸੀਂ, ਮੈਂ ਕਹਿੰਦਾ 20 ਦੀਆਂ 10 ਬਣ ਜੂਗੀਆਂ, 2-2 ਦੀਆਂ, ਜਿਹਦੇ 'ਚ ਨਵਾਂ ਹੀਰੋ ਵੀ ਆਜੂਗਾ, ਨਵੀਂ ਹੀਰੋਇਨ ਵੀ ਆਜੂਗੀ, ਨਵਾਂ ਡਾਇਰੈਕਟਰ ਵੀ ਆਜੂਗਾ, ਨਵਾਂ ਰਾਈਟਰ, ਮਤਲਬ ਮੌਕਾ ਤਾਂ ਮਿਲੂਗਾ। ਹਾਂ, ਅਤੇ ਜੇ 10 ਬਣਦੀਆਂ 10 ਚੋਂ ਇੱਕ ਸ਼ਾਇਦ ਚੱਲੀ ਜਾਵੇ, ਹੈ ਨਾ, ਜੇ 20 ਵਾਲੀ ਨਾ ਚੱਲੀ ਤਾਂ ਫਿਰ ਪਤਾ ਹੀ ਹੈ ਪਿੱਛੇ ਜੋ ਹਾਲ ਹੋਏ, ਹੈ ਨਾ, ਫਿਲਮ ਦੇ ਤਾਂ ਸਾਰਾ ਕੁਛ ਉਹੀ ਹੋ ਗਿਆ। ਬਾਕੀ ਨਾ ਥੋੜ੍ਹਾ ਆਡੀਅੰਸ ਦਾ ਵੀ ਹੈਗਾ, ਆਡੀਅੰਸ ਮੈਨੂੰ ਲੱਗਦੀ ਜਦੋਂ ਸਿਨੇਮੇ 'ਚ ਜਾਂਦੀ ਆ ਤਾਂ ਉਹ ਵੱਡਾ ਸਟਾਰ ਹੀ ਦੇਖਣ ਜਾਂਦੀ ਆ। ਤੁਸੀਂ ਵੀ ਇੱਕ ਇੰਟਰਵਿਊ 'ਚ ਕਿਹਾ ਕਿ ਡਾਇਰੈਕਟਰ ਹੀ ਖਰਾਬ ਕਰਦੇ ਨੇ ਥੋੜ੍ਹਾ ਇੰਡਸਟਰੀ ਨੂੰ, ਸੋ ਤੁਹਾਨੂੰ ਕੀ ਲੱਗਦਾ ਇਸ ਚੀਜ਼ 'ਤੇ ਕਿਵੇਂ ਵਰਕ ਕੀਤਾ ਜਾ ਸਕਦਾ? ਦੇਖੋ, ਮੈਂ ਪ੍ਰੋਡਿਊਸਰ ਦੀ ਗਲਤੀ ਮੰਨਦਾ, ਹੈ ਨਾ, ਡਾਇਰੈਕਟਰ ਦੀ, ਕਿਉਂਕਿ ਡਾਇਰੈਕਟਰ ਦਾ ਤਾਂ ਕੰਮ ਹੀ ਆ ਵੀ। ਮੋਸਟਲੀ ਮੈਨੂੰ ਲੱਗਦਾ ਨਵੇਂ ਪ੍ਰੋਡਿਊਸਰਸ ਨਾਲ ਇਦਾਂ ਹੁੰਦਾ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਇਹ ਹੁੰਦੇ ਕਿਉਂਕਿ, ਪਰ ਨਵੇਂ 90% ਨਵੇਂ ਆ ਨਾ, 10% ਹੀ ਆ ਜਿਹੜੇ ਪੁਰਾਣੇ ਆ, ਔਰ ਜਿਹੜੇ ਪੁਰਾਣੇ ਉਹ ਕਦੇ, ਮੈਂ ਕਹਿੰਦਾ ਉਹ ਡਾਇਰੈਕਟਰ ਨੂੰ ਕੰਮ ਵੀ ਨਹੀਂ ਦਿਉਂਗੇ, ਉਹਨੂੰ ਪਤਾ ਹੁੰਦਾ ਵੀ ਇਹ ਸਾਰੀਆਂ, ਹੈ ਨਾ, ਵੀ ਕਿਆ ਹੈ ਉਹਨਾਂ ਨੂੰ ਕਿਆ ਨਹੀਂ, ਅਤੇ ਉਹਨਾਂ ਨੇ ਸਟੱਡੀ ਕਰੀ ਹੁੰਦੀ ਆ। ਹੁਣ ਅੱਜ ਤੁਸੀਂ ਪ੍ਰੋਡਿਊਸਰ ਦੀ 10 ਕਰੋੜ ਦੀ ਫਿਲਮ ਬਣਾਈ ਆ ਤਾਂ ਤੁਹਾਨੂੰ ਇੱਕ ਹੀ ਆਇਆ, 9 ਘੱਟ ਆ, ਹੁਣ ਉਹ ਬਲੇਮ ਗੇਮ ਸ਼ੁਰੂ ਹੋਣੀ ਆ, ਉਹਨੇ ਕਹਿਣਾ ਤੂੰ ਮਾਰਤਾ, ਤੂੰ ਇੰਨਾ ਬਜਟ, ਤੁਹਾਨੂੰ ਪਹਿਲਾਂ ਨਹੀਂ ਤਾਂ ਪਤਾ, ਹੈ ਨਾ, ਵੀ ਉਹ ਚੀਜ਼ ਆ। ਅਤੇ ਕੁਛ ਤਾਂ ਆਰਟਿਸਟ ਨੂੰ ਵੀ ਬਲੇਮ ਕਰ ਦਿੰਦੇ ਨੇ ਕਿ ਨਵੇਂ ਆਰਟਿਸਟ ਹੈ ਤਾਂ ਕਰਕੇ ਫਿਲਮ ਨਹੀਂ ਚੱਲੀ, ਜਾਂ ਇਹ ਆਰਟਿਸਟ ਨਹੀਂ ਚੱਲਦਾ ਤਾਂ ਕਰਕੇ ਫਿਲਮ ਨਹੀਂ ਚੱਲੀ। ਉਹ ਸਾਰਿਆਂ ਦੀ ਜਾਣਾ, ਜਦੋਂ ਨਹੀਂ ਚੱਲੀ ਫਿਰ ਸਾਰਿਆਂ ਦੇ, ਹੈ ਨਾ, ਵੀ ਹੁੰਦਾ। ਪਰ ਗੱਲ ਉਹੀ ਆ ਗਈ, ਹੁਣ ਮੇਰਾ ਉਹੀ ਆ ਗਈ ਫਿਰ ਪਹਿਲੇ ਵਾਲੀ ਗੱਲ, ਵੀ ਮੈਂ ਹਮੇਸ਼ਾ ਪ੍ਰੋਡਿਊਸਰ ਨੂੰ ਇਹੀ ਦੱਸ ਕੇ ਚੱਲਦਾ, ਭਾਅ ਜੀ ਸਿਨੇਮਾ ਛੱਡ ਦਿਓ, ਆਪਾਂ ਸਮਝ ਲਓ ਵੀ ਸਿਨੇਮੇ 'ਚੋਂ ਕੁਛ ਨਹੀਂ ਆਇਆ, ਉਹ ਤੇ ਬਾਅਦ ਆ ਜਾਓ, ਵੀ ਆਹ ਜਿਹੜਾ ਇੰਨਾ ਇੰਨਾ ਵੀ ਆਹ ਕਰਕੇ ਹੁਣ ਤੁਹਾਡਾ ਇੰਨਾ ਕੁ ਰਿਸਕ ਆ, ਜੇ ਲੈਣਿਆ ਫਿਰ ਆਪਾਂ ਸ਼ੁਰੂ ਕਰੀਏ, ਜੇ ਨਹੀਂ ਲੈਣਾ ਫਿਰ ਕੋਈ ਫਾਇਦਾ ਨਹੀਂ ਤੁਹਾਨੂੰ, ਹੈ ਨਾ, ਇੰਡਸਟਰੀ ਜਾਣ ਦਾ। ਪਰ ਚਲੋ ਇਹ ਵੀ, ਹੈ ਨਾ, ਹਰ ਪ੍ਰੋਡਿਊਸਰ ਨੂੰ ਲਾਲਚ ਹੁੰਦਾ ਵੀ ਜਦੋਂ ਫਿਰ ਫਿਲਮ ਤੋਂ ਪੈਸੇ ਬਣਦੇ ਫਿਰ ਉਹ ਬਹੁਤ ਜ਼ਿਆਦਾ ਬਣਦਾ, ਅਤੇ ਉਹ ਚੱਕਰ 'ਚ ਸਾਰੇ ਆਉਂਦੇ, ਹੈ ਨਾ, ਵੀ ਉਹ ਕਿਤੇ ਨਾ ਕਿਤੇ ਉਹ ਵੀ ਹੈਗੀ। ਮੇਰੇ ਮਾਤਾ ਦਾ ਨਾ ਮੇਰੇ ਬੇਟੇ ਨਾਲ ਬਹੁਤ ਪਿਆਰ ਤਾ, ਮਤਲਬ ਇੰਨਾ ਤਾਂ ਵੀ ਪਿੰਡ ਵਾਲੇ ਨਾ ਉਹਨੂੰ ਪਾਗਲ ਕਹਿੰਦੇ ਹੁੰਦੇ ਤੇ,
ਵੀ ਇਹ ਪਾਗਲ ਇਹਨੂੰ ਚੱਕ ਕੇ ਉਹ ਕਦੇ ਉੱਧਰ ਨੂੰ ਲੈ ਜਾਂਦੀ ਸੀ ਕਦੇ ਹੁੰਦਾ ਨਾ ਵੀ ਇੰਨਾ ਮੋਹ ਹੁੰਦਾ ਤਾ ਉਹਨੂੰ ਹੈ ਨਾ ਵੀ ਤੂੰ ਹਟਦੀ ਉਹ ਨਹੀਂ ਅਤੇ ਉਹ ਵੀ ਮੈਂ ਦੇਖਿਆ ਮਾਤਾ ਮੇਰੀ ਬਿਮਾਰ ਹੁੰਦੀ ਸੀ ਉਹਨੇ ਢਿੱਡ 'ਤੇ ਹੈ ਨਾ ਉਹਨੇ ਝੂੰਟੇ ਨਹੀਂ ਦਿੰਦੇ ਹੁੰਦੇ ਲੱਤਾਂ ਉਹ ਕਿਆ ਕਹਿੰਦੇ ਉਹਨਾਂ ਨੂੰ ਅਤੇ ਉਹ ਮਾਤਾ ਮੇਰੀ ਬਿਮਾਰ ਵੀ ਆ ਪਰ ਉਹਨੇ ਸੌਣਾ ਮਾਤਾ ਕੋਲ ਆ ਝੂੰਟੇ ਲੈ ਕੇ ਉਹ ਨਾ ਉਹਦਾ ਜੋ ਮੈਂ ਮੋਹ ਦੇਖਿਆ ਦਾਦੀ ਪੋਤੇ ਦਾ ਉਹ ਮੋਹ ਦੇ ਵਿੱਚ ਹੈ ਨਾ ਮੈਨੂੰ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਬੈਠਾ ਤਾ ਅਤੇ ਪਿੱਛੇ ਅਸੀਂ ਨਾ 12ਵੀਂ ਫੇਲ ਫਿਲਮ ਦੇਖਣ ਗਏ 12ਵੀਂ ਫੇਲ ਜਦੋਂ ਮੈਂ ਫਿਲਮ ਦੇਖੀ ਤੁਸੀਂ ਉਹਦੇ 'ਚ ਜਦੋਂ ਹੀਰੋ ਪੜ੍ਹਨ ਜਾਂਦਾ ਨਾ ਅਤੇ ਉਹਦੀ ਦਾਦੀ ਨਾ ਮਤਲਬ ਐਡੀ ਦਿਖਾਈ ਵੀ ਉਹ ਕਿਸੇ ਨੂੰ ਪੈਸੇ ਨਹੀਂ ਦਿੰਦੀ ਹੁੰਦੀ ਆਪਣੀ ਉਹ ਜੇ ਉਹਨੂੰ ਆਉਂਦੀ ਆ ਪੈਨਸ਼ਨ ਉਹ ਸਾਂਭ ਕੇ ਰੱਖਦੀ ਹੁੰਦੀ ਪਰ ਉਹ ਆਪਣੇ ਪੋਤੇ ਨੂੰ ਦਿੰਦੀ ਆ ਉਹ ਕਹਿੰਦੀ ਲੈ ਤੂੰ ਚੱਲਿਆ ਹੁਣ ਵੀ ਤੂੰ ਇਹਨੂੂੰ ਲੈ ਜਾਓ ਕਹਿੰਦਾ ਵੀ ਦਾਦੀ ਤੂੰ ਤਾਂ ਕਿਸੇ ਨੂੰ ਪੰਜੀ ਨਹੀਂ ਦਿੰਦੀ ਉਹ ਕਹਿੰਦੀ ਨਹੀਂ ਤੂੰ ਉਹਨੂੰ ਮਤਲਬ ਪਿਆਰ ਦਿਖਾਉਂਦੀ ਹੈ ਨਾ ਹੁਣ ਮੇਰਾ ਬੇਟਾ ਮੇਰੇ ਨਾਲ ਬੈਠਾ ਦੇਖ ਰਿਹਾ ਅਤੇ ਉਹ ਕਹਿੰਦਾ ਵੀ ਪਾਪਾ ਮੈਂ ਕਿਹਾ ਕਹਿੰਦਾ ਦਾਦੀ ਨੇ ਮਰ ਜਾਣਾ ਮੈਂ ਵੀ ਤੈਨੂੰ ਕਿੱਦਾਂ ਪਤਾ ਕਹਿੰਦਾ ਤੂੰ ਦੇਖਿਓ ਹੈ ਨਾ ਅਤੇ ਉਹੀ ਹੋਇਆ ਜਦੋਂ ਪੜ੍ਹ ਕੇ ਆਇਆ ਦਾਦੀ ਮਰ ਜਾਂਦੀ ਆ ਉਹਦੀ ਹੈ ਨਾ ਫਿਲਮ ਦੇ ਵਿੱਚ ਅਤੇ ਮੈਂ ਉਹਨੂੰ ਦੱਸਿਆ ਵੀ ਤੈਨੂੰ ਕਿੱਦਾਂ ਪਤਾ ਉਹ ਕਹਿੰਦਾ ਵੀ ਦਾਦੀ ਮਰ ਜਾਂਦੀ ਹੁੰਦੀ ਆ ਹੈ ਨਾ ਕਾਜ ਅਸੀਂ ਬਿਹਾਈਂਡ ਦਾ ਕੈਮਰਾ ਗੱਲ ਕਰ ਰਹੇ ਸੀ ਹੈ ਨਾ ਲੋਕਾਂ ਨੇ ਪ੍ਰੋਡਿਊਸਰ ਨਹੀਂ ਮਿਲਦੇ ਅਤੇ ਤੁਸੀਂ ਬੈਕ ਟੂ ਬੈਕ ਫਿਲਮਾਂ ਕਰ ਰਹੇ ਹੋ ਕੀ ਰਾਜ਼ ਹੈ ਇਹਦੇ ਪਿੱਛੇ ਜੇ ਰਾਜ਼ ਦੱਸ ਤਾਂ ਫਿਰ ਸਾਰਿਆਂ ਨੂੰ ਮਿਲਣ ਲੱਗ ਜਾਣੇ ਅੱਛਾ ਨਹੀਂ ਦੱਸ ਦਿਓ ਨਹੀਂ ਅਸਲ 'ਚ ਪਤਾ ਕਿਆ ਗੱਲ ਆ ਆਪਣੇ ਨਾ ਓਲਾ ਬਹੁਤ ਆ ਪ੍ਰੋਡਿਊਸਰ ਨੂੰ ਕਦੀ ਵੀ ਮੰਨ ਲਾ ਦੀ ਮੈਂ ਜ਼ਿਆਦਾਤਰ ਮੋਸਟਲੀ ਜਿਹਨਾਂ ਨੂੰ ਵੀ ਮਿਲਦਾ ਪ੍ਰੋਡਿਊਸਰ ਨੂੰ ਦੱਸਿਆ ਨਹੀਂ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਇਹ ਦੱਸਿਆ ਜਾਂਦਾ ਸਰ ਤੁਸੀਂ 3-4 ਕਰੋੜ ਲਾਓ ਤੁਹਾਨੂੰ 10-15 ਐਗਜੈਕਟਲੀ ਇਹੀ ਸੇਮ ਗੱਲ ਆਪਾਂ ਮੁਨੀਸ਼ ਸਾਹਨੀ ਜੀ ਨੇ ਬੁਲਾਇਆ ਸੀ ਉਹਨਾਂ ਨੂੰ ਵੀ ਅਸੀਂ ਮੈਂ ਇਹੀ ਕਿਹਾ ਸੀ ਕਿ ਪ੍ਰੋਡਿਊਸਰ ਨੂੰ ਬਹੁਤ ਜ਼ਿਆਦਾ ਮਿਸਗਾਈਡ ਕੀਤਾ ਜਾਂਦਾ ਹੈ ਨਾ ਤੁਸੀਂ ਵੀ ਉਹੀ ਗੱਲ ਕਰ ਹਾਂ ਉਹ ਮਿਸਗਾਈਡ ਬਹੁਤ ਜ਼ਿਆਦਾ ਕਰਿਆ ਜਾਂਦਾ ਹੈ ਅਤੇ ਮੈਨੂੰ ਇਹ ਹੁੰਦਾ ਵੀ ਹੈ ਨਾ ਵੀ ਚਲੋ ਜਿੱਦਾਂ ਮੇਰੇ ਇੱਕ ਬਜਟ ਬੜੇ ਮਤਲਬ ਨੋਰਮਲ ਜਿਹੇ ਬਜਟ ਹੁੰਦੇ ਆ ਸਬਜੈਕਟਾਂ ਨੂੰ ਲੈ ਕੇ ਅਤੇ ਮੈਂ ਉਹਨਾਂ ਨੂੰ ਦੱਸਦਾ ਹਰ ਚੀਜ਼ ਰਿਕਵਰੀ ਦੀ ਵੀ ਸਰ ਸਿਨਮੇ ਦਾ ਰਿਸਕ ਆ ਸਭ ਤੋਂ ਵੱਡਾ ਹੈ ਨਾ ਵੀ ਪਰ ਸਿਨਮੇ ਤੋਂ ਬਾਅਦ ਤੁਹਾਡਾ ਓ ਟੀ ਟੀ ਹੈਗਾ ਜਾਂ ਤੁਹਾਡਾ ਮਿਊਜ਼ਿਕ ਹੈਗਾ ਜਾਂ ਤੁਹਾਡਾ ਸੈਟੇਲਾਈਟ ਹੈਗਾ ਵੀ ਉਹ ਆਪਣੇ ਰਾਈਟਸ ਇੰਨੇ ਕਦੇ ਹੁੰਦੇ ਆ ਅਤੇ ਆਪਾਂ ਉਹ ਹਿਸਾਬ ਨਾਲ ਇੱਕ ਬਜਟ ਰੱਖ ਕੇ ਫਿਲਮ ਨੂੰ ਪੂਰੀ ਕਰਦੇ ਹਾਂ ਅਤੇ ਇਹ ਵੀ ਬੜਾ ਹੁੰਦਾ ਵੀ ਹੈ ਨਾ ਵੀ ਬੰਦਾ ਇਹ ਬੜਾ ਚੱਲਦਾ ਆਪਣੀ ਇੰਡਸਟਰੀ 'ਚ ਵੀ 2-2.5 ਦੀ ਜਾਂ 3 ਦੀ ਇੱਕ ਫਿਲਮ ਸਟਾਰਟ ਹੁੰਦੀ ਹੈ ਅਤੇ ਉਹ ਜਾ ਕੇ 6-7 'ਤੇ ਖਤਮ ਹੁੰਦੀ ਆ ਅਤੇ ਇਹ ਵੀ ਮੋਸਟਲੀ ਕਾਫੀ ਦੇਖਣ ਨੂੰ ਮਿਲਿਆ ਹੈ ਨਾ ਅਤੇ ਬਸ ਉਹ ਹੈ ਵੀ ਜੋ ਇੱਕ ਬਜਟ ਦੱਸਿਆ ਜਾਂਦਾ ਉਹਦੇ 'ਚ ਅਸੀਂ ਉਹਨੂੰ ਸਬਜੈਕਟ ਨੂੰ ਪੂਰਾ ਕਰਦੇ ਹਾਂ ਅਤੇ ਕਿਤੇ ਨਾ ਕਿਤੇ ਸਿਨਮੇ 'ਚੋਂ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਉਹਨੂੰ ਓ ਟੀ ਟੀ ਜਾਂ ਹੋਰ ਪਾਸੇ 'ਤੇ ਹੈ ਨਾ ਉਹ ਕਿਤੇ ਨਾ ਕਿਤੇ ਰਿਕਵਰੀ ਰਹਿੰਦੀ ਆ ਤਾਂ ਕਰਕੇ ਪ੍ਰੋਡਿਊਸਰ ਨੂੰ ਹੌਸਲਾ ਰਹਿੰਦਾ ਵੀ ਚਲੋ ਸਹੀ ਆ ਯਾਰ ਵੀ ਫਿਲਮ ਵੀ ਬਣ ਗਈ ਉਹਨੇ ਇੱਕ ਬਜਟ 'ਚ ਵੀ ਬਣ ਗਈ ਕਿਤੇ ਨਾ ਕਿਤੇ ਰਿਕਵਰੀ ਵੀ ਹੈਗੀ ਆ ਸ਼ੋਰਟ ਤੁਸੀਂ ਟ੍ਰਾਂਸਪੇਰੈਂਟ ਰਹਿੰਦੇ ਹਾਂ ਵੀ ਮੈਂ ਸਿੱਧਾ ਦੱਸਦਾ ਵੀ ਸਰ ਆਹ ਸਬਜੈਕਟ ਆ ਇੱਦਾਂ ਅਤੇ ਆਹ ਰਿਕਵਰੀ ਆ ਅਤੇ ਰਿਸਕ ਹੈਗਾ ਤੁਹਾਡਾ ਹੈ ਨਾ ਹਾਂ ਵੀ ਜੇ ਤੁਸੀਂ ਇੰਨੇ ਕੁ ਲਾਉਂਦੇ ਤਾਂ 40-50 ਤੁਹਾਡਾ ਰਿਸਕ ਹੋਊਗਾ ਪਰ ਚਲੋ ਜਦੋਂ ਪ੍ਰੋਡਿਊਸਰ ਨੂੰ ਲੱਗਦਾ ਵੀ ਹਾਂ ਇੰਨਾ ਕੁ ਮੈਂ ਚੱਕ ਵੀ ਸਕਦਾ ਅਤੇ ਮੈਨੂੰ ਲੱਗਦੀ ਇਹੀ ਚੀਜ਼ ਆ ਮੇਰੇ 'ਚ ਜਿਹੜਾ ਮੈਂ ਉਹਨਾਂ ਨੂੰ ਸਹੀ ਦੱਸਦਾ ਅਤੇ ਮੈਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਉਹ ਮੇਰੇ ਨਾਲ ਜੁੜਦੇ ਆ ਤੇ ਅਸੀਂ ਨੂੰ ਅੱਛਾ ਇਹ ਰਾਜ ਸੀ ਇਹਨਾਂ ਦਾ ਬੈਕ ਟੂ ਬੈਕ ਫਿਲਮਾਂ ਕਰਨ ਦਾ ਨਹੀਂ ਇਹਨੂੰ ਰਾਜ ਨਹੀਂ ਕਹਿ ਸਕਦੇ ਇਹਨੂੰ ਸੱਚਾਈ ਕਹਿ ਸਕਦੇ ਤੁਸੀਂ ਸੱਚ ਬੋਲੋ ਰਿਐਲਿਟੀ ਹੈ ਉਹਨੂੰ ਦੱਸੋ ਪ੍ਰੋਡਿਊਸਰ ਨੂੰ ਵੀ ਵੀਰੇ ਵੀ ਇਹ ਸਬਜੈਕਟ ਆ ਅਤੇ ਸਭ ਤੋਂ ਵੱਡਾ ਰਿਸਕ ਆ ਇਹਦੇ 'ਚ ਹੈ ਨਾ ਜੇ ਤੁਸੀਂ ਰਿਸਕ ਦੱਸ ਕੇ ਹੈ ਨਾ ਚੱਲੂਗੇ ਫਿਰ ਜਿਹੜਾ ਮੱਲਾ ਦੀ ਰਿਸਕ ਲਊਗਾ ਉਹੀ ਆਊਗਾ ਅਤੇ ਬਾਕੀ ਦੂਆ ਬਜਟ ਆ ਵੀ ਜਿੰਨਾ ਦੱਸਿਓ ਉਹਦੇ 'ਚ ਉਹਨੂੰ ਫਿਲਮ ਬਣਾ ਕੇ ਦਿਓ ਮੋਸਟਲੀ ਉਰੇ ਹੁੰਦਾ ਉਹ ਸਟਾਰਟ ਕਰ ਲੈਂਦੇ ਉਹ ਬਜਟ 'ਚ ਪਰ ਜਦੋਂ ਪ੍ਰੋਡਿਊਸਰ ਫਸ ਜਾਂਦਾ ਨਾ ਫਿਰ ਉਹਨੂੰ ਕਹਿੰਦੇ ਵੀ ਭਾਅ ਜੀ ਨਹੀਂ ਹੁਣ 2-2.5 'ਚ ਪੂਰੀ ਨਹੀਂ ਹੋਣੀ ਇਹ 3.5-4 'ਤੇ ਜਾਊਗੀ ਅਤੇ ਉਹ ਬੜਾ ਚੱਕਰ ਆਪਣੀ ਇੰਡਸਟਰੀ 'ਚ ਕਾਸ਼ ਤੁਸੀਂ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਸਿਨੇਮਾ 'ਚ ਵਰਕ ਕਰ ਰਹੇ ਹੋ ਹੈ ਨਾ ਐਜ਼ ਅ ਡਾਇਰੈਕਟਰ ਅਤੇ ਪਹਿਲਾਂ ਆਪਾਂ ਤੁਹਾਡੇ ਪੁਰਾਣੇ ਸਫ਼ਰ ਬਾਰੇ ਗੱਲ ਕਰਾਂਗੇ ਜਿੱਥੇ ਤੱਕ ਮੈਨੂੰ ਪਤਾ ਹੈ ਨਾ ਜਿੰਨੀ ਕਿ ਮੈਂ ਸਟੱਡੀ ਕੀਤੀ ਆ ਤੁਹਾਡੇ 'ਤੇ ਮੈਨੂੰ ਇਹ ਮੈਂ ਪਤਾ ਲਗਾਇਆ ਕਿ ਤੁਸੀਂ ਐਜ਼ ਅ ਐਕਟਰ ਅਤੇ ਐਜ਼ ਅ ਮਾਡਲ ਤੁਸੀਂ ਕੰਮ ਕਰਦੇ ਸੀ ਪਹਿਲਾਂ ਸੌਂਗਸ ਦੇ ਵਿੱਚ ਫਿਰ ਡਾਇਰੈਕਸ਼ਨ ਵੱਲ ਆਉਣਾ ਕਿਵੇਂ ਹੋਇਆ ਮਿਊਜ਼ਿਕ ਵੀਡੀਓਜ਼ ਵੱਲ ਫਿਲਮਾਂ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ ਦੇਖੋ ਹਾਂ ਐਕਚੁਲੀ ਨਾ ਮੈਂ ਪਹਿਲਾਂ ਡੈਂਟਿਸਟ ਰਿਹਾ ਮੇਰੀ ਆਪਣੀ ਕਲੀਨਿਕ ਦੀ ਮੇਰੀ ਆਪਣੀ ਪ੍ਰੈਕਟਿਸ ਹੈਗੀ ਦੀ ਹੈ ਨਾ ਅਤੇ ਮੇਰਾ ਇੱਕ ਮਿੱਤਰ ਆ ਮਨਦੀਪ ਅਤੇ ਅਸੀਂ ਨਾ ਸਕੂਲ ਟਾਈਮ ਭੰਗੜਾ ਵਗੈਰਾ ਪਾਉਂਦੇ ਹੁੰਦੇ ਤੇ ਕਾਫੀ ਅਤੇ ਗੁਰਚਰਨ ਵਿਰਕ ਸਾਹਿਬ ਆ ਨਾ ਜਿਹੜੇ ਗਾਣੇ ਉਹਨਾਂ ਨੇ ਬਹੁਤ ਕਰਿਆ ਉਹ ਨਹੀਂ ਰਹੇ ਹੁਣ ਅਤੇ ਉਹਨਾਂ ਨਾਲ ਉਹ ਕਿਤੇ ਕੰਮ ਕੁੰਮ ਕਰਦਾ ਹੋਣਾ ਉਹ ਕਹਿੰਦਾ ਵੀ ਡਾਕਟਰ ਵੀ ਯਾਰ ਵੀ ਤੂੰ ਨਾ ਮਾਡਲਿੰਗ ਕਰ ਵੀ ਹੈ ਨਾ ਵੀ ਇੰਨੇ ਮੁੰਡੇ ਵੀ ਚਲੋ
ਸ਼ਾਇਦ ਮੈਂ ਹੈ ਤਾਂ ਥੋੜ੍ਹਾ ਬਹੁਤਾ ਸਮਾਰਟ ਵੀ ਉਹਨੇ ਮੈਨੂੰ ਹੈ ਨਾ ਇਹ ਕਰਿਆ ਅਤੇ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਮੈਨੂੰ ਨੰਬਰ ਦਿੱਤਾ, ਉੱਥੇ ਵਿਸ਼ਾਲ ਭਾਅ ਜੀ ਹੈਗੇ ਦੇਖ ਹੈ ਨਾ, ਵਿਸ਼ਾਲ ਜੀ ਨੂੰ ਮੈਂ ਮਿਲਿਆ ਅਤੇ ਉਹਨਾਂ ਨੇ ਬੜੀ ਇੱਕ ਵਧੀਆ ਗੱਲ ਕਰੀ, ਉਹ ਕਹਿੰਦੇ ਵੀ ਤਾਜ ਵੀ ਦੇਖ ਇੰਡਸਟਰੀ 'ਚ ਕੁਛ ਨਹੀਂ ਬਣਦਾ, ਵੀ ਮਾਡਲਸ ਆਉਂਦੇ ਹਨ ਅਸੀਂ ਤੈਨੂੰ 2000 ਦੇ ਦੂੰਗੇ, 2500 ਦੇ ਦੂੰਗੇ, ਹੈ ਨਾ ਵੀ ਪਰ ਤੂੰ ਕੋਈ ਹੋਰ ਕੰਮ ਨਾਲ ਰੱਖ, ਵੀ ਉਰੇ ਕੋਈ ਜ਼ਿਆਦਾ ਫਿਊਚਰ ਇਹਦਾ ਵਧੀਆ ਹੈ ਨਹੀਂ, ਹੈ ਨਾ ਆਪਾਂ ਨੂੰ ਪਤਾ ਹੀ ਆ ਮਾਡਲਸ ਦਾ, ਕੁੜੀਆਂ ਨੂੰ ਫਿਰ ਵੀ ਪੈਸੇ ਮਿਲੀ ਜਾਂਦੇ ਤੇ ਮੁੰਡਿਆਂ ਨੂੰ ਤਾਂ ਨਾ ਵਿਚਾਰਿਆਂ ਨੂੰ ਕੁਛ ਵੀ ਨਹੀਂ ਮਿਲਦਾ, ਵੀ ਜਿੰਨੇ ਕੁ ਮਿਲਦੇ ਤੇ ਉਹਨਾਂ ਕਿਤੇ ਕੱਪੜੇ ਆ ਜਾਂਦੇ ਤੇ, ਅਤੇ ਉਹਨਾਂ ਨੇ ਬੜੀ ਵਧੀਆ ਗੱਲ ਕਹੀ, ਕਹਿੰਦੇ ਵੀ ਤੂੰ ਕੁਛ ਹੋਰ ਹੈ ਨਾ ਕੰਮ ਦੇਖ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੈਂ ਡੈਂਟਿਸਟ ਹਾਂ ਅਤੇ ਮੇਰੀ ਵਧੀਆ ਪ੍ਰੈਕਟਿਸ ਚੱਲਦੀ ਆ ਅਤੇ ਮੈਂ ਵਧੀਆ ਪੈਸੇ ਕਮਾ ਰਿਹਾ ਵੀ, ਕੋਈ ਚੱਕਰ ਨਹੀਂ, ਕਹਿੰਦੇ ਫਿਰ ਠੀਕ ਆ, ਫਿਰ ਤੂੰ ਇਹੋ ਜਿਹੇ ਸ਼ੌਂਕ ਹੀ ਆ ਹੈ ਨਾ, ਸਾਈਡ ਬਿਜ਼ਨਸ ਹੋਣਾ ਚਾਹੀਦਾ, ਹਾਂ ਹੈ ਨਾ ਵੀ ਤੂੰ ਸ਼ੌਂਕ ਹੀ ਆ ਇਹਨੂੰ ਕਰ, ਜਦੋਂ ਫਿਰ ਮੈਂ ਹੈ ਨਾ ਉਹਨਾਂ ਨਾਲ ਕੰਮ ਕਰਿਆ ਥੋੜ੍ਹਾ ਬਹੁਤਾ, ਮਤਲਬ ਸਾਈਡ ਰੋਲ ਹੀ ਦੇ ਚਲੋ ਹੈ ਨਾ ਐਜ਼ ਏ ਮਾਡਲ ਆ, ਅਤੇ ਕਿਤੇ ਨਾ ਕਿਤੇ ਹੁੰਦਾ ਨਹੀਂ ਬੰਦੇ ਦੇ ਅੰਦਰ ਹੀ ਹੁੰਦਾ, ਅਤੇ ਮੈਨੂੰ ਨਾ ਡਾਇਰੈਕਸ਼ਨ 'ਚ ਬੜਾ ਉਹ ਹੋਇਆ ਵੀ ਯਾਰ ਵੀ ਨਹੀਂ ਵੀ ਮੈਂ ਹਾਂ ਵੀ ਮੇਰੀ ਜੋ ਮੇਰੇ ਲਈ ਬਣੀ ਸ਼ਾਇਦ ਡਾਇਰੈਕਸ਼ਨ ਆ ਵੀ ਮੈਂ ਡਾਇਰੈਕਸ਼ਨ 'ਚ ਨਾ ਥੋੜ੍ਹਾ ਦਿਖਾਵਾਂ, ਅਤੇ ਫਿਰ ਇੱਕ ਆਪਾਂ ਇੰਦਰ ਸੋਈ ਸਾਹਿਬ ਹੈਗੇ ਇੱਕ ਹੈ ਨਾ, ਅਤੇ ਉਹਨਾਂ ਨੂੰ ਮੈਂ ਮਿਲਿਆ ਅਤੇ ਉਹਨਾਂ ਨਾਲ ਫਿਰ ਮੈਂ ਉਹ ਸਫ਼ਰ ਸ਼ੁਰੂ ਕਰਿਆ, ਫਿਰ ਹੋਰ ਇੱਕ ਦੋ ਬੰਦੇ ਮਿਲਦੇ ਗਏ, ਅਤੇ ਬਸ ਫਿਰ ਹੌਲੀ ਹੌਲੀ ਉਹ ਸਫ਼ਰ ਐਜ਼ ਏ ਡਾਇਰੈਕਟਰ ਜਦੋਂ ਮੈਂ ਆਪਣਾ ਕੰਮ ਸ਼ੁਰੂ ਕਰਿਆ, ਫਿਰ ਐਂਜਲ ਰਿਕਾਰਡ ਕਮਲ ਭਾਅ ਜੀ ਮਿਲੇ, ਬਸ ਫਿਰ ਗਾਣੇ ਬਹੁਤ ਵਧੀਆ ਮਿਲੇ ਅਤੇ ਸਾਰੇ ਫਿਰ ਤੁਹਾਡੇ ਤੁਸੀਂ ਤਾਂ ਜਾਣਦੇ ਹੀ ਆ ਸਾਰੇ ਸਹੀ ਚੱਲੀ ਗਏ, ਵੀ ਇਹ ਸਫ਼ਰ ਸਟਾਰਟ ਹੋਇਆ ਮਾਡਲ ਤੋਂ ਹੌਲੀ 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 ਡਾਇਰੈਕਟਰ ਬਣ ਕੇ ਫਿਰ ਹਾਂ ਫਿਰ ਉਹ ਸਹੀ ਤਾਂ। ਤੁਹਾਡੀ ਪਹਿਲੀ ਮਿਊਜ਼ਿਕ ਵੀਡੀਓ ਕਿਹੜੀ ਸੀ ਅਤੇ ਐਜ਼ ਅ ਡਾਇਰੈਕਟਰ ਤੁਹਾਡਾ ਪਹਿਲਾ ਪ੍ਰੋਜੈਕਟ ਤੁਹਾਨੂੰ ਕਿਵੇਂ ਮਿਲਿਆ? ਮੇਰੀ ਪਹਿਲੀ ਹੈਗੀ ਤੀ ਮਿਸ ਪੂਜਾ ਜੀ, ਉਸ ਟਾਈਮ ਬਹੁਤ ਜ਼ਿਆਦਾ ਫੇਮਸ ਤੇ ਹੈ ਨਾ, ਵੀ ਉਹਨਾਂ ਦਾ ਮਤਲਬ ਹਰ ਮੈਂ ਕਹਿੰਦਾ ਦੂਆ ਗਾਣਾ ਉਹਨਾਂ ਦਾ ਹੀ ਹੁੰਦਾ ਤਾ, ਅਤੇ ਉਸ ਟਾਈਮ ਟੀ ਸੀਰੀਜ਼ ਦਾ ਕੋਈ ਪ੍ਰੋਜੈਕਟ ਤਾ, ਅਤੇ ਮੇਰਾ ਇੱਕ ਮਿੱਤਰ ਤਾ ਗਾਮਾ, ਅਤੇ ਉਹਨੂੰ ਵੀ ਇੰਟਰਸਟਡ ਤਾ ਵੀ ਉਹ ਵੀ ਹੁਣ ਉਹਨੂੰ ਪਤਾ ਵੀ ਤਾਜ ਡਾਇਰੈਕਟਰ ਬਣਨਾ ਚਾਹੁੰਦਾ, ਉਹ ਕਹਿੰਦਾ ਵੀ ਵੀਰੇ ਗਾਣਾ ਆ ਗਿਆ ਕਿ ਟੀ ਸੀਰੀਜ਼ ਦਾ ਪ੍ਰੋਜੈਕਟ ਆ ਮਿਸ ਪੂਜਾ ਦਾ, ਅਤੇ ਆਪਾਂ ਮਿਲ ਕੇ ਕਰ ਲੈਂਦੇ ਹਾਂ, ਅਤੇ ਮੈਨੂੰ ਲੱਗਿਆ ਵੀ ਯਾਰ ਵੀ ਵਧੀਆ ਗੱਲ ਆ ਹੈ ਨਾ, ਬਹੁਤ ਵੱਡੀ ਗੱਲ ਹੈ ਪਹਿਲਾ ਪ੍ਰੋਜੈਕਟ ਟੀ ਸੀਰੀਜ਼ ਦਾ ਤੇ ਮਿਸ ਪੂਜਾ ਦਾ, ਤੇ ਦੂਈ ਦੇਖੋ ਵੱਡੀ ਗੱਲ ਉਹ ਮੇਰਾ ਵਧੀਆ ਮਿੱਤਰ ਆ ਹੈ ਨਾ, ਉਹ ਰਾਈਟਰ ਦਾ ਅਤੇ ਉਹਨੇ ਹੀ ਉਹ ਗਾਣਾ ਫੜਿਆ, ਉਹਨੇ ਹੀ ਹੈ ਨਾ ਸਾਰਾ ਸਬਜੈਕਟ ਭਰਿਆ, ਮੈਂ ਪਰ ਗਾਮਾ ਯਾਰ ਵੀ ਨਾ ਤਾਜ ਗਾਮਾ ਆਊਗਾ, ਗਾਮਾ ਤਾਜ ਨਹੀਂ ਆਊਗਾ, ਓਕੇ ਉਹ ਕਹਿੰਦਾ ਭਰਾਵਾ ਤੂੰ ਮੂਹਰੇ ਲਾ ਲਈ ਨਾ ਵੀ ਕੋਈ ਚੱਕਰ ਨਹੀਂ, ਪਰ ਆਪਾਂ ਮਿਲ ਕੇ ਕਰਨਾ ਹੈ ਨਾ, ਵੀ ਬਾਹਲਾ ਵਧੀਆ ਹੈ ਨਾ ਮਿੱਤਰ ਦਾ ਬਾਹਰ ਆ ਹੁਣ ਅੱਜ ਕੱਲ੍ਹ ਆਸਟ੍ਰੇਲੀਆ ਰਹਿੰਦਾ, ਅਤੇ ਅਸੀਂ ਫਿਰ ਉਹ ਵਧੀਆ ਸਬਜੈਕਟ ਸ਼ੁਰੂ ਕਰਿਆ, ਅਤੇ ਅਸੀਂ ਫਿਰ ਉਹ ਦੋ ਗਾਣੇ ਕਰੇ ਤੇ ਮਿਸ ਪੂਜਾ ਜੀ ਦੇ, ਅਤੇ ਬਸ ਉਹ ਤੋਂ ਬਾਅਦ ਫਿਰ ਐਂਜਲ ਰਿਕਾਰਡ 'ਚ ਅਸੀਂ ਚਲੇ ਗਏ, ਫਿਰ ਉੱਥੋਂ ਤਾਂ ਫਿਰ ਕਾਫੀ ਜੈਲੀ ਭਾਜੀ ਇੰਦੂ 'ਚ ਉਹ ਫਿਰ ਬੜੇ ਚੱਲੇ ਸਾਡੇ ਗਾਣੇ। ਇੱਕ ਨਾ ਇੰਡਸਟਰੀ 'ਚ ਇਹ ਬਹੁਤ ਹੁੰਦਾ ਕਿ ਤੁਹਾਡਾ ਨਾਂ ਬਹੁਤ ਮੈਟਰ ਕਰਦਾ, ਕੈਚੀ ਜਿਹਾ ਹੋਣਾ ਚਾਹੀਦਾ, ਕਿ ਤੁਹਾਡੇ ਵੀ ਮਾਇੰਡ 'ਚ ਉੱਦਾਂ ਜੋ ਉੱਦਾਂ ਦਾ ਕੁਝ ਸੀ, ਕਿਉਂਕਿ ਜਦੋਂ ਵੀ ਆਪਾਂ ਦੇਖਦੇ ਹਾਂ ਤੁਹਾਡਾ ਨਾਂ ਤਾਜ ਮਾਇੰਡ 'ਚ ਰਜਿਸਟਰ ਹੁੰਦਾ ਕਿ ਹਾਂ। ਦੇਖੋ ਮੇਰਾ ਨਾਂ ਹੈ ਤਜਿੰਦਰ ਸਿੰਘ ਹੈ ਨਾ, ਅਤੇ ਤਜਿੰਦਰ ਸਿੰਘ ਤੋਂ ਗੱਲ ਉਹੀ ਆ ਗਈ ਵੀ ਤੁਹਾਡਾ ਹੈ ਨਾ ਵੀ ਇੰਡਸਟਰੀ ਦੇ ਹਿਸਾਬ ਨਾਲ ਹੁਣ ਹੋਣਾ, ਅਤੇ ਮੈਨੂੰ ਲੱਗਿਆ ਤੇਜਿੰਦਰ ਤੋਂ ਤਾਜ ਬੜਾ ਵਧੀਆ, ਪਹਿਲਾਂ ਤੇਜੀ ਕਹਿੰਦੇ ਮੈਂ ਨਹੀਂ ਤੇਜੀ, ਫਿਰ ਤਾਜ ਮੈਨੂੰ ਲੱਗਿਆ ਵੀ ਤਾਜ ਫਿੱਟ ਆ, ਅਤੇ ਪਿੰਡਾਂ 'ਚ ਅੱਜ ਵੀ ਮੈਨੂੰ ਸ਼ੰਮੀ ਕਹਿੰਦੇ ਆ ਹੈ ਨਾ, ਵੀ ਜਿਹੜਾ ਮੇਰਾ ਨਾਂ ਹੈ ਸਾਰੇ ਡਾਕਟਰ ਜਾਂ ਸ਼ੰਮੀ ਕਹਿੰਦੇ, ਫਿਰ ਮੈਂ ਤਾਜ ਰੱਖਿਆ, ਫਿਰ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਜਿਹੜਾ ਤਾਜ ਆ ਉਹ ਮੁਸਲਮਾਨੀ ਨਾਂ ਹੁੰਦਾ, ਫਿਰ ਮੈਨੂੰ ਕਈ ਸਿਆਣੇ ਬੰਦੇ ਜਿਹੜੇ ਜਾਣਦੇ ਆ ਨਾ ਵਧੀਆ, ਉਹ ਕਹਿੰਦੇ ਵੀ ਤੂੰ ਤਾਜ ਮੁਹੰਮਦ ਜਾਂ ਮਹਾ ਵੀ ਮੈਨੂੰ ਨਹੀਂ ਪਤਾ, ਪਰ ਚਲੋ ਤੇਜਿੰਦਰ ਤੋਂ ਫਿਰ ਤਾਜ ਬਣਿਆ, ਤੇਜਿੰਦਰ ਸਿੰਘ ਨਾ ਹੈ ਮੇਰਾ ਅਸਲ ਚ। ਹਾਂ ਅੱਛਾ, ਤੇਜਿੰਦਰ ਸਿੰਘ ਬਟ ਇੰਡਸਟਰੀ ਦੇ ਅਕੋਰਡਿੰਗ ਤਾਜ ਮੈਨੂੰ ਲੱਗਦਾ ਤੁਹਾਡੇ ਤੇ ਜ਼ਿਆਦਾ ਹੀ ਸੂਟ ਕਰਦਾ ਹੈ, ਤੇ ਹੁਣ ਤਾਂ ਤੁਹਾਡਾ ਨਾਂ ਬਣ ਚੁੱਕਿਆ ਹੈ। ਨਹੀਂ ਹਾਂ ਮਤਲਬ ਵਧੀਆ ਤਾਰੀਫ ਹੋਈ ਉਦੋਂ ਨਾਂ ਦੀ, ਉਦੋਂ ਨਾ ਔਰਕੁਟ ਚੱਲਦੀ ਹੁੰਦੀ ਸੀ, ਤੇ ਜਦੋਂ ਮੈਂ ਤਾਜ ਰੱਖਿਆ ਤੇ ਮੈਂ ਕਹਿੰਦਾ ਤਾਜ ਕੋਈ ਵੀ ਨਹੀਂ ਤਾਂ ਹੁੰਦਾ, ਮੈਂ ਜਿੰਨੇ ਵੀ ਨਾਂ ਸਰਚ ਕਰਦਾ, ਤਾਂ ਹੀ ਮੈਂ ਤੁਹਾਨੂੰ ਇਹ ਸਵਾਲ ਕੀਤਾ ਕਿ ਉਦੋਂ ਉਸ ਟਾਈਮ 'ਚ ਕਿਵੇਂ ਆਇਆ ਤੁਹਾਡੇ ਮਾਈਂਡ 'ਚ ਕਿ ਹਾਂ ਇੱਦਾਂ ਦਾ ਨਾਂ ਰੱਖਣਾ। ਸਹੀ ਹੈ, ਫਿਰ ਬਾਅਦ 'ਚ ਹੁਣ ਹੌਲੀ ਹੌਲੀ ਹੈ ਨਾ ਉਹ ਸਬਰ, ਹੁਣ ਮੈਂ ਬਹੁਤ ਸਾਰੇ ਨਾਂ ਦੇਖੇ ਜਿਹੜੇ ਤਾਜ ਲੋਕਾਂ ਨੇ ਰੱਖੇ ਨਾ, ਪਰ ਮੈਨੂੰ ਲੱਗੇ ਵੀ ਚਲੋ ਵਧੀਆ ਪਹਿਲੀ ਰੱਖਿਆ ਤਾਂ ਮੈਂ, ਹਾਂ ਪਹਿਲੀ ਰੱਖਿਆ ਪਰ ਸਹੀ ਦਾ ਚਲੋ ਉਸ ਟਾਈਮ। ਤੁਹਾਡਾ ਉਹ ਕਿਹੜਾ ਵੀਡੀਓ ਸੀ ਜਿਸ ਨਾਲ ਤੁਹਾਡੀ ਇੰਡਸਟਰੀ 'ਚ ਪਹਿਚਾਣ ਬਣੀ, ਕਿਹੜਾ ਮਿਊਜ਼ਿਕ ਵੀਡੀਓ ਸੀ?
ਮੇਰਾ ਤਾਂ ਇੱਕ ਜੈਲੀ ਭਾਅ ਜੀ ਦਾ ਇੰਦੂ ਸ਼ਰੀਫ ਦਾ ਬੜਾ ਹਿੱਟ ਰਿਹਾ ਦਾ ਗਾਣਾ, ਕਿੱਥੇ ਗਿਆ ਵੇ ਤੇਰਾ ਪਿਆਰ ਢੋਲਾ, ਹੈ ਨਾ, ਉਹ ਬਹੁਤ ਚੱਲਿਆ, ਉਹ ਅੱਜ ਵੀ ਸਾਰਿਆਂ ਨੂੰ ਹੈ ਨਾ ਪਤਾ। ਇੱਕ ਧਰਮਵੀਰ ਥਾਂਦੀ ਭਾਜੀ ਦਾ ਤਾਂ ਸੱਤਾਂ ਕੋਠਿਆਂ ਦੇ ਜਿੰਦੇ ਤੋੜ ਕੇ ਮੈਂ ਮਿਲਣੇ ਲਈ ਆਜੂ ਸੁਣਿਆ, ਉਹ ਉਸ ਟਾਈਮ ਬਹੁਤ ਚੱਲਿਆ। ਤੇ ਜੈਲੀ ਭਾਜੀ ਦੇ ਤਾਂ ਕਾਫੀ ਹੈ ਨਾ ਕਰੇ ਮੈਂ ਵੀਡੀਓ, ਜਿਹੜੇ ਸਾਰੇ ਵਧੀਆ ਪਿਆਰ ਮਿਲਿਆ। ਤੇ ਗੀਤਾ ਭਾਜੀ ਦਾ ਹੋ ਗਿਆ ਤਾਂ, ਸੁਰਜੀਤ ਭੁੱਲਰ ਭਾਜੀ ਦੇ ਹੋ ਗਏ ਤੇ, ਹੈ ਨਾ, ਉਹਨਾਂ ਦੇ ਮਤਲਬ ਕਾਫੀ ਤੇ, ਜਿਹੜੇ ਐਂਜਲ ਦੇ ਜਿੰਨੇ ਵੀ ਕਰੇ ਮੱਲਾ ਦੀ, ਸਾਰੇ ਬਹੁਤ ਵਧੀਆ ਉਹਨਾਂ ਦਾ ਹਰ ਜਾਣ। ਠੀਕ ਹੈ, ਪਹਿਲੇ ਤੇ ਹੁਣ ਦੇ ਮਿਊਜ਼ਿਕ ਵੀਡੀਓਜ਼ 'ਚ ਤੁਸੀਂ ਕੀ ਫਰਕ ਦੇਖਦੇ ਹੋ ਟੈਕਨੀਕਲੀ, ਦੱਸਿਓ ਐਜ਼ ਅ ਡਾਇਰੈਕਟਰ। ਦੇਖੋ ਟੈਕਨੀਕਲੀ ਇੱਕ ਤਾਂ ਬਜਟ ਬਹੁਤ ਜ਼ਿਆਦਾ ਓਵਰ ਹੋ ਗਿਆ ਨਾ, ਵੀ ਸਾਡੇ ਇਹਨਾਂ ਦਾ ਬਜਟ ਹੀ ਨਹੀਂ ਤੇ ਹੁੰਦੇ, ਹਾਂ ਨਹੀਂ ਹੁੰਦੇ ਸੀ, ਤੇ ਹੈ ਨਾ। ਉਦੋਂ ਮੈਂ ਕਹਿੰਦਾ ਮਾਡਲਸ ਨੂੰ ਵਿਚਾਰੀ ਨੂੰ ਉਹੀ 5-10 ਹਜ਼ਾਰ, ਮੁੰਡੇ ਨੂੰ 2-2.5 ਹਜ਼ਾਰ, ਅਤੇ ਅੱਜ ਮਤਲਬ ਦੀ ਮਾਡਲਸ ਮੈਨੂੰ ਪਤਾ ਲੱਗਦਾ ਵੀ 1,00,000 ਰੁਪਏ ਪਰ ਡੇ ਚੱਲਦਾ ਪਿਆ, ਹੈ ਨਾ, ਅਤੇ ਜਿਹੜਾ ਵੀਡੀਓ ਆਪਾਂ ਉਸ ਟਾਈਮ 1.5 ਦਾ ਕਰਦੇ ਅਤੇ ਅੱਜ ਉਹੀ ਵੀਡੀਓ 10-15 ਲੱਖ ਦਾ ਹੁੰਦਾ ਪਿਆ। ਅਤੇ ਗੱਲ ਟੈਕਨੀਕਲੀ ਇਹ, ਜਦੋਂ ਤੁਹਾਡੇ ਕੋਲ ਵਜਨ ਹੁੰਦਾ ਤਾਂ ਟੈਕਨੀਕਲੀ ਤਾਂ ਸਟਰੋਂਗ ਹੋਣਾ ਹੀ ਹੋਣਾ ਬੰਦੇ ਨੂੰ, ਤੁਹਾਨੂੰ ਸਮਾਂ ਮਿਲ ਜਾਂਦਾ। ਉਦੋਂ ਤਾਂ ਇਹ ਹੁੰਦਾ ਤਾਂ ਵੀ ਸਵੇਰੇ, ਮੈਂ ਕਹਿੰਦਾ ਉਦੋਂ ਤਾਂ ਟਾਈਮ ਇਹ ਹੁੰਦਾ ਤਾਂ ਆਪਣੇ ਟਾਈਮ ਵੀ ਵੀਰੇ 3 ਵੀਡੀਓ ਇੱਕ ਦਿਨ 'ਚ ਨਿਬੇੜ ਦਿਓ, ਜਾਂ ਦੋਵਾਂ ਵੀ ਨੂੰ ਇੱਕ ਖਤਮ ਕਰੋ। ਆਪਣੇ ਕੋਲ ਇੱਕ ਦਿਨ ਹੁੰਦਾ ਤਾਂ ਕਈ ਵਾਰ 2 ਵੀਡੀਓ ਹੁੰਦੇ ਨੇ ਕਿਉਂਕਿ ਬਜਟ ਉਨਾ ਹੁੰਦਾ ਦਾ, ਅਤੇ ਹੁਣ ਇੱਕ ਵੀਡੀਓ ਨੂੰ ਤੁਹਾਡੇ 4-4 ਦਿਨ ਲੱਗਦੇ ਆ, ਹੈ ਨਾ। ਅਤੇ ਵਧੀਆ ਗੱਲ ਆ, ਜਿੰਨਾ ਤੁਹਾਡੇ ਕੋਲ ਟਾਈਮ ਹੋਊਗਾ ਨਾ ਸ਼ੂਟ ਕਰਨ ਲਈ, ਤਾਂ ਉਹ ਟੈਕਨੀਕਲੀ ਸਟਰੋਂਗ ਹੋਣਾ ਹੀ ਹੋਣਾ। ਬਾਕੀ ਚੀਜ਼ਾਂ ਬਹੁਤ, ਮਤਲਬ ਜਿੱਦਾਂ ਕੈਮਰੇ ਬੜੇ ਅਪਡੇਟ ਹੋ ਗਏ, ਅਪਡੇਟ ਹੋ ਗਏ। ਤੁਸੀਂ ਐਜ਼ ਅ ਵੀਡੀਓ ਡਾਇਰੈਕਟਰ, ਹੈ ਨਾ, 1000 ਤੋਂ 1500 ਸੌਂਗਸ ਕੀਤੇ ਨੇ, ਬਹੁਤ ਵੱਡੀ ਗੱਲ ਹੈ। ਅਤੇ ਹਰ ਇੱਕ ਡਾਇਰੈਕਟਰ ਦਾ ਸੁਪਨਾ ਹੁੰਦਾ ਮੂਵੀ ਕਰਨ ਦਾ, ਹੈ ਨਾ, ਅਤੇ ਤੁਹਾਡਾ ਉਹ ਸੁਪਨਾ ਕਿਵੇਂ ਪੂਰਾ ਹੋਇਆ ਅਤੇ ਕਿਵੇਂ ਸਬਬ ਬਣਿਆ ਮੂਵੀਜ਼ ਕਰਨ ਦਾ? ਇਹ ਸਹੀ ਹੈ ਤੁਹਾਡੀ ਗੱਲ, ਹੈ ਨਾ, ਵੀ ਬੰਦਾ ਜਦੋਂ ਵੀਡੀਓ ਸੌਂਗ ਕਰਦਾ ਅਤੇ ਨੈਕਸਟ ਉਹਦਾ ਇਹੀ ਹੁੰਦਾ ਵੀ ਯਾਰ ਹੁਣ ਮੈਂ ਫਿਲਮ ਕਰ ਲਾਂ ਕੋਈ। ਅਤੇ ਉਦੋਂ ਨਾ ਮੈਂ ਕਿਤੇ ਨਾ ਕਿਤੇ, ਹੁਣ ਆਪਾਂ ਗਾਣੇ ਇੰਨੇ ਕਰ ਲਏ ਅਤੇ ਗਾਣੇ 'ਚ ਹੁਣ ਸਟੋਰੀ ਬਣਾਉਣੀ ਹੁੰਦੀ ਆਪਾਂ, ਹੈ ਨਾ, ਅਤੇ ਉਹ ਸਟੋਰੀ ਬਣਾਉਂਦੇ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਿਆ ਵੀ ਯਾਰ ਕੁਛ ਹੋਰ ਲਿਖਾਂ। ਅਤੇ ਮੈਂ ਨਾ ਇੱਕ ਫਿਲਮ ਲਿਖੀ, ਸ਼ਾਰਟ ਫਿਲਮ, ਅਤੇ ਮੈਨੂੰ ਲੱਗਿਆ ਵੀ ਮੈਂ ਚੱਲ ਸ਼ਾਰਟ ਫਿਲਮ ਬਣਾਉਣਾ ਪਹਿਲਾਂ, ਹੈ ਨਾ, ਵੀ ਇੱਕ ਵਾਰ ਟਰਾਈ ਤਾਂ ਕਰੀਏ ਆਪਾਂ। ਅਤੇ ਸ਼ਾਰਟ ਫਿਲਮ ਲਿਖੀ ਅਤੇ ਮੈਂ ਉਦੋਂ ਮਿਲਿਆ ਗੁਰਜਿੰਦ ਮਾਨ ਨੂੰ, ਉਹਨਾਂ ਦੀ ਮੈਨੂੰ ਇੱਕ ਸ਼ਾਰਟ ਫਿਲਮ ਪਈ ਤੀ ਯੂਟਿਊਬ 'ਤੇ, ਮੈਨੂੰ ਬੜੀ ਪਸੰਦ ਸੀ। ਮੈਨੂੰ ਲੱਗਾ ਯਾਰ ਇਹ ਬੰਦੇ ਨੂੰ ਮਿਲਿਆ ਜਾਵੇ, ਤੋ ਉਹ ਤੋਂ, ਹੈ ਨਾ, ਵੀ ਪਤਾ ਲੱਗ, ਕਿਉਂਕਿ ਉਸ ਟਾਈਮ ਲਿਖਣਾ ਪਤਾ ਤਾਂ ਸਕਰੀਨ ਪਲੇਅ ਡਾਇਲੋਗ ਕਿਆ ਹੁੰਦਾ ਆਪਾਂ ਨੂੰ ਨਹੀਂ ਪਤਾ ਤਾਂ। ਅਤੇ ਮੈਂ ਗੁਰਜਿੰਦ ਮਾਨ ਨੂੰ ਮਿਲਿਆ ਅਤੇ ਅੱਗੇ ਉਹ ਕਹਿੰਦਾ ਵੀ ਯਾਰ ਇੱਕ ਮੇਰੇ ਕੋਲ ਵੀ ਸ਼ਾਰਟ ਫਿਲਮ ਆ, ਵੀ ਆਪਾਂ ਉਹ ਕਰਦੇ ਹਾਂ ਪਹਿਲਾਂ। ਅਤੇ ਹੁਣ ਮੈਨੂੰ ਲੱਗਿਆ ਚੱਲ ਵੀਰੇ ਤੁਹਾਡੇ ਵਾਲੀ ਗੱਲ ਆ, ਹੁਣ ਉਹਨੂੰ ਪਤਾ ਵੀ ਪ੍ਰੋਡਿਊਸਰ ਤਾਂ ਹੈ ਹੀ ਆ, ਚਲੋ, ਹੈ ਨਾ, ਇੱਕ ਪਿੱਛੇ ਮੇਰੇ ਕੋਲ, ਅਤੇ ਅਸੀਂ ਮੈਨੂੰ ਲੱਗਿਆ ਚਲੋ ਨੌਲੇਜ ਤਾਂ ਹੋਵੇ ਪਹਿਲਾਂ ਕਿੱਦਾਂ। ਅਤੇ ਮੈਂ ਉਹਨਾਂ ਦੀ ਇੱਕ ਫਿਲਮ, ਉਹਨਾਂ ਨੇ ਮੈਨੂੰ ਸੁਣਾਈ ਨੋਕਿਆ 1100 ਸ਼ਾਰਟ ਫਿਲਮ, ਅਤੇ ਮੈਂ ਉਹ 20-25 ਮਿੰਟ ਦੀ ਫਿਲਮ ਤੀ ਅਤੇ ਆਪਾਂ ਉਹ ਕਰੀ। ਅਤੇ ਹੁਣ ਉਹ ਬੰਦੇ ਨੇ ਦੇਖਿਆ, ਕਿਉਂਕਿ ਐਜ਼ ਏ ਕੈਮਰਾਮੈਨ ਖੁਦ ਹੀ ਹੁੰਦਾ ਤਾ ਮੈਂ ਗਾਣੇ 'ਚ, DOP ਅਤੇ ਐਡੀਟਰ ਵੀ ਖੁਦ ਹੀ ਹੁੰਦਾ ਤਾ ਮੈਂ ਗਾਣੇ, ਮੈਂ ਖੁਦ ਹੀ ਐਡਿਟ ਕਰਦਾ ਤਾ। ਬਟ ਤੁਸੀਂ ਕਦੀ ਸਟੱਡੀ ਨਹੀਂ ਕੀਤੀ ਇੰਨੀ ਨੌਲੇਜ ਕਿਵੇਂ? ਇਹ ਅੰਦਰ ਹੀ ਹੁੰਦਾ, ਜਦੋਂ ਜਨੂੰਨ ਹੁੰਦਾ ਨਾ ਅਤੇ ਸਾਰੀਆਂ ਚੀਜ਼ਾਂ 'ਤੇ ਸਟੱਡੀ ਕਰਨ ਦੀ ਲੋੜ ਹੀ ਨਹੀਂ। ਜੇ ਤੁਹਾਡੇ ਅੰਦਰ ਕੋਈ ਸਿੱਖਣ ਦਾ ਹੈ ਨਾ ਤਾਂ ਤੁਸੀਂ ਯੂਟਿਊਬ 'ਤੇ ਹੀ ਸਿੱਖ ਸਕਦੇ ਹੋ, ਅਤੇ ਮੈਂ ਯੂਟਿਊਬ 'ਤੇ ਹੀ ਸਿੱਖਿਆ ਸਾਰਾ ਕੁਛ, ਸਹੀ ਗੱਲ ਦੱਸਾਂ, ਐਡੀਟਿੰਗ ਲਾ ਲਓ, VFX ਲਾ ਲਓ, ਹੈ ਨਾ, ਸਾਰਾ। ਅਤੇ ਮੈਂ ਉਦੋਂ ਕਰੀ ਉਹ ਨੋਕਿਆ 1100 ਅਤੇ ਉਹ ਬੜੀ ਸੋਹਣੀ ਬਣ ਗਈ। ਅਤੇ ਉਹ ਕਹਿੰਦੇ ਵੀ ਵੀਰੇ ਵੀ ਇਹ ਤਾਂ ਯਾਰ ਬਹੁਤ ਸੋਹਣੀ ਬਣ ਗਈ ਆਪਣੀ, ਹੈ ਨਾ, ਅਤੇ ਇੱਕ ਮਾਹੀ ਔਲਖ ਹੈਗੇ ਤੇ, ਹੈ ਨਾ, ਉਹਨਾਂ ਦੇ ਨਾਲ। ਅਤੇ ਉਹ ਕਹਿੰਦੇ ਵੀ ਅਸੀਂ ਨਾ ਪੰਜਾਬ ਸਿੰਘ ਫਿਲਮ ਸ਼ੁਰੂ ਕਰਨੀ ਹੈ, ਇੱਕ ਵੀ ਤੂੰ ਉਹ ਕਰਦਾ ਅੱਜ। ਅਤੇ ਮੈਨੂੰ ਲੱਗਿਆ ਮਹਾਂ ਵੀ ਮਾਹੀ ਮੈਂ ਅੱਜ ਤੱਕ ਫਿਲਮ ਨਹੀਂ ਕਰੀ ਕਦੀ, ਵੀ ਇਹ ਸ਼ਾਰਟ ਵੀ ਮੈਂ ਇੱਕ ਬਸ ਐਕਸਪੈਰੀਮੈਂਟ ਤਾਂ, ਹੈ ਨਾ। ਉਹ ਕਹਿੰਦੀ ਪਰ ਐਕਸਪੈਰੀਮੈਂਟ ਇੰਨਾ ਸੋਹਣਾ ਹੋ ਗਿਆ ਵੀ ਅਸੀਂ ਹੋਰ ਵੀ ਬਣਾਈਆਂ, ਹੈ ਨਾ, ਵੀ ਜੋ ਤੈਨੂੰ ਨੌਲੇਜ ਹੈਗੀ, ਕਿਉਂਕਿ ਗਾਣੇ ਹੀ ਇੰਨੇ ਕਰੇ ਪਿਆ। ਅਤੇ ਉਹ, ਹੈ ਨਾ, ਵੀ ਉਹ ਜਿੰਨਾ ਵੀ ਲਾ ਲਓ ਵੀ 5-7 ਸਾਲ ਦਾ ਜੋ ਹੈ ਤਾਂ ਅੰਦਰ, ਹੈ ਨਾ, ਵੀ ਆਪਾਂ ਹਾਂ ਐਕਸਪੀਰੀਅੰਸ ਹੈਗਾ ਤਾਂ ਆਪਾਂ ਆਊਟਪੁੱਟ ਦਿੱਤੀ। ਅਤੇ ਉਹਨਾਂ ਨੇ ਚਲੋ ਭਰੋਸਾ ਜਿਤਾਇਆ ਮੇਰੇ 'ਤੇ, ਅਤੇ ਫਿਰ ਅਸੀਂ ਪੰਜਾਬ ਸਿੰਘ ਸ਼ੁਰੂ ਕਰੀ। ਅਤੇ ਉਹ ਤੁਸੀਂ ਅੱਜ ਵੀ ਉਹਦਾ ਟ੍ਰੇਲਰ ਦੇਖਿਓ ਐਕਸ਼ਨ ਦੀ, ਅਤੇ ਉਹ ਕਮਾਲ ਬਣੀ ਉਦੋਂ, ਹੈ ਨਾ, ਉਹਦੀ ਮੇਕਿੰਗ ਵਾਈਜ਼ ਉਹ ਸਾਰੀ। ਅਤੇ ਸਭ ਤੋਂ ਵਧੀਆ ਗੱਲ ਇਹ ਉਹਦੇ 'ਚ, ਅਤੇ ਉਦੋਂ ਨਾ ਜਿੰਨੇ DOP ਆਪਣੇ ਸਾਰੇ ਆਉਂਦੇ ਤੇ ਬੋਂਬੇ ਤੋਂ, ਪੰਜਾਬ ਦਾ ਕੋਈ DOP ਉਸ ਟਾਈਮ ਫਿਲਮ ਨਹੀਂ ਤਾਂ ਕਰ ਰਿਹਾ। ਅਤੇ ਉਹ ਕਹਿੰਦੇ ਵੀ ਕਿਹਨੂੰ ਲਈਏ, ਅਤੇ ਸੁਨੀਲ ਹੈਗੇ ਅਤੇ ਕੇ ਸੁਨੀਲ, ਅਤੇ ਮੈਂ ਕਿਹਾ ਵੀ ਯਾਰ ਵੀ ਆਪਣੀ ਤਾਂ ਉਹਨਾਂ ਨਾਲ ਵਧੀਆ ਟਿਊਨਿੰਗ ਆ ਗਾਣਿਆਂ 'ਚ, ਵੀ ਆਪਾਂ ਉਹਨਾਂ ਨਾਲ ਕਰਦੇ ਹਾਂ। ਉਹ ਕਹਿੰਦੇ ਵੀ ਤਾਂ ਨਹੀਂ, ਵੀ ਪੰਜਾਬ ਵਾਲਿਆਂ ਨੂੰ ਨਹੀਂ ਫਿਲਮਾਂ ਆਉਂਦੀਆਂ, ਹੈ ਨਾ, ਵੀ ਆਪਾਂ ਬੋਂਬੇ ਤੋਂ ਜਿਹੜਾ ਤੂੰ ਕਹਿੰਦਾ ਆਪਾਂ ਉਹਨੂੰ ਬੁਲਾ ਲੈਂਦੇ ਹਾਂ। ਪਰ ਮੈਂ ਕਿਹਾ ਨਹੀਂ, ਵੀ ਇੱਕ ਵਾਰ ਤੁਸੀਂ ਟਰਾਈ ਕਰੋ। ਅਤੇ ਅਸੀਂ ਉਹ ਕੇ ਸੁਨੀਲ ਨੇ ਕਰੀ,
ਤੇ ਮੈਨੂੰ ਲੱਗਦੀ ਉਹਦੀ ਜੋ ਮੇਕਿੰਗ ਤੇ ਉਹ ਅੱਜ ਵੀ ਤਾਰੀਫ ਹੁੰਦੀ ਆ ਉਹਦੀ ਫਿਲਮ ਦੀ। ਹਾਂ ਇਹ ਤਾਂ ਹੈ। ਐਜ਼ ਅ ਡਾਇਰੈਕਟਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਐਕਟਰ ਦਾ ਕੀ ਮਾਈਨਸ ਪੁਆਇੰਟ ਹੁੰਦਾ ਹੈ? ਤੁਸੀਂ ਇੰਨੇ ਐਕਟਰਸ ਦੇ ਨਾਲ ਕੰਮ ਕਰਦੇ ਹੋ, ਮੈਂ ਇੱਕ ਡਾਇਰੈਕਟਰ ਦਾ ਵਿਜ਼ਨ ਜਾਣਨਾ ਚਾਹੂੰਗੀ, ਇੱਕ ਡਾਇਰੈਕਟਰ ਦੀ ਸੋਚ ਜਾਣਨਾ ਚਾਹੂੰਗੀ ਐਕਟਰਸ ਨੂੰ ਲੈ ਕੇ। ਦੇਖੋ ਐਕਟਰਸ ਮੈਂ ਕਈਆਂ ਨੂੰ ਮਿਲਦਾ ਰਹਿਣਾ ਮੈਨੂੰ, ਹੁਣ ਜਿੱਦਾਂ ਮੈਂ ਰਾਈਟਰ ਵੀ ਹਾਂ, ਮੈਂ ਆਪਣੀਆਂ ਫਿਲਮਾਂ ਆਪ ਹੀ ਲਿਖ ਰਿਹਾ ਇਸ ਟਾਈਮ। ਰਾਈਟਰ ਪੱਖੋਂ ਮੈਂ ਇਹ ਚਾਹੁੰਦਾ ਵੀ ਪਹਿਲਾਂ ਨਾ ਐਕਟਰ ਉਹ ਕਰੈਕਟਰ ਨੂੰ ਸਮਝੇ, ਉਹ ਲੁੱਕ ਨੂੰ ਸਮਝੇ। ਮੈਂ ਪਿੱਛੇ ਜੇ ਇੱਕ ਫਿਲਮ ਲਿਖੀ ਤੀ ਲਵਰ, ਹੈ ਨਾ, ਜਦੋਂ ਲਵਰ ਮੈਂ ਦਿੱਤੀ ਕੇ ਵੀ ਨੂੰ, ਹੈ ਨਾ, ਉਹ ਐਜ਼ ਏ ਰਾਈਟਰ ਮੇਰੀ ਆਈ ਤੀ, ਮੈਂ ਉਹਨਾਂ ਨੂੰ ਕਿਹਾ ਤਾ ਮੈਂ ਵੀਰੇ ਵੀ ਜਿਹੜੀ ਇਹ ਫਿਲਮ ਆ ਨਾ, ਮਤਲਬ ਇੱਕ ਸਾਲ ਚਾਹੀਦਾ ਮੈਨੂੰ ਐਕਟਰ ਦਾ, ਕਿਉਂਕਿ ਤਿੰਨ ਚੇਂਜ ਆ ਉਹਦੇ 'ਚ, ਅਤੇ ਇੱਕ ਸਾਲ ਉਹੀ ਬੰਦਾ ਦੇ ਸਕਦਾ। ਹੁਣ ਜਿਹਨੇ ਹੈ ਨਾ ਹਰੇਕ ਮਹੀਨੇ ਫਿਲਮ ਕਰਨੀ ਆ ਜਾਂ 2 ਮਹੀਨੇ ਬਾਅਦ ਫਿਲਮ ਕਰਨੀ, ਉਹ ਕਦੀ ਨਹੀਂ ਕਰੂਗਾ, ਕਿਉਂਕਿ ਉਹਨੇ ਲੁੱਕ ਹੀ ਨਹੀਂ ਮੈਨੇਜ ਹੁੰਦੀ ਉਹਦੀ। ਅਤੇ ਉਹਨਾਂ ਨੇ ਉਹਨੂੰ ਇੱਕ ਸਾਲ ਦਿੱਤਾ ਅਤੇ ਉਹ ਬਹੁਤ ਸੋਹਣੀ ਬਣੀ ਉਹ। ਤਾਂ ਕਰਕੇ ਕਿਤੇ ਨਾ ਕਿਤੇ ਮੈਨੂੰ ਇਹ ਹੁੰਦਾ, ਜ਼ਿਆਦਾਤਰ ਤੁਹਾਨੂੰ ਐਕਟਰ ਉਹੀ ਮਿਲਦੇ ਆ ਜੇ ਤੁਸੀਂ ਉਹਨਾਂ ਨੂੰ ਸਬਜੈਕਟ ਸੁਣਾਉਣਾ ਨਹੀਂ, ਭਾਅ ਜੀ ਮੇਰੀ ਆਹ ਲੁੱਕ ਆ ਅਤੇ ਇੱਦਾਂ ਇੱਦਾਂ ਚਾਹੁੰਦਾ, ਉਹ ਕਹਿੰਦਾ ਨਹੀਂ ਵੀਰੇ ਵੀ ਲੁੱਕ ਲੱਕ ਤਾਂ ਇਹੀ ਰਹਿਣੀ ਆ, ਕਿਉਂਕਿ ਮੇਰੀ ਅਗਲੇ ਮਹੀਨੇ ਫਿਲਮ ਸ਼ੁਰੂ ਆ। ਅਤੇ ਦੂਜੀ ਸਭ ਤੋਂ ਬੜੀ ਪ੍ਰੋਬਲਮ ਜਿਹੜੀ ਆਉਂਦੀ ਵੀਰੇ, ਮੇਰੇ ਕੋਲ 25 ਜਾਂ 30 ਦਿਨ ਆ, 31 ਉਹਨਾਂ ਕੋਲ ਦਿਨ ਨਹੀਂ ਹੁੰਦਾ। ਅਤੇ ਸਾਨੂੰ ਉਹ ਫਿਰ ਕੰਪਰੋਮਾਈਜ਼ ਆ ਕਿਤੇ ਨਾ ਕਿਤੇ ਕਰੈਕਟਰ ਨਾਲ ਵੀ, ਐਕਟਰ ਨਾਲ ਵੀ, ਹੈ ਨਾ, ਵੀ ਉਹ ਹੈ ਕਿਤੇ ਚੀਜ਼ ਨੂੰ ਲੈ ਕੇ ਐਕਟਰ ਨੂੰ ਵੀ, ਮਤਲਬ ਜ਼ਿਆਦਾਤਰ ਹਾਂ ਡੈਡੀਕੇਸ਼ਨ ਹੈ ਨਹੀਂ। ਹੁਣ ਮੈਂ ਬੱਬਲ ਨਾਲ ਕੰਮ ਕਰਿਆ ਪਿੱਛੇ ਜੇ, ਉਹਦੇ 'ਚ ਵੀ ਮੈਂ ਵਧੀਆ ਦੇਖਿਆ ਨਾ, ਉਹਨੂੰ ਮੈਂ ਜੋ ਕਰੈਕਟਰ ਦੱਸਿਆ ਉਹਨੇ ਉਸ ਹਿਸਾਬ ਨਾਲ ਵਾਲ ਵੀ ਵਧਾਏ, ਹੈ ਨਾ, ਵੀ ਉਹ ਲੁੱਕ 'ਚ ਆਇਆ। ਅਤੇ ਮੈਨੂੰ ਖੁਸ਼ੀ ਉਦੋਂ ਹੀ ਹੁੰਦੀ ਹੈ ਵੀ ਜਦੋਂ ਇੱਕ ਕਰੈਕਟਰ ਨੂੰ ਸਮਝੇ ਐਕਟਰ ਅਤੇ ਉਹਨੂੰ ਨਿਭਾਵੇ, ਹੈ ਨਾ, ਵੀ ਉਹਦੀ ਲੁੱਕ 'ਤੇ ਵੀ ਵਰਕ ਕਰੇ, ਉਹ 'ਤੇ ਵੀ ਵਰਕ ਕਰੇ। ਨਹੀਂ ਮੈਂ ਜ਼ਿਆਦਾਤਰ ਦੇਖਿਆ ਤੁਸੀਂ, ਮੈਂ ਕਹਿੰਦਾ ਐਕਟਰ ਬਸ ਵੈਂਟੀ 'ਚ ਆ ਕੇ ਵੀ ਭੇਜ ਦਿਓ ਸੀਨ, ਕਿਹਾ ਬਸ ਉਹਨਾਂ ਨੇ ਸਟੋਰੀ ਸੁਣਨੀ ਆ ਪਹਿਲਾਂ, ਉਹ ਤੋਂ ਬਾਅਦ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਟੋਰੀ ਨਾਲ, ਪੈਸੇ ਪਾ ਦਿਓ ਉਹਨਾਂ ਨੂੰ, ਉਹਨਾਂ ਨੇ ਆਉਣਾ ਲਿਆਓ ਜੀ ਕਿਆ ਸੀਨ ਅੱਜ ਦਾ, ਅਤੇ ਉਹ ਤੁਸੀਂ ਦੇ ਦਿਓ ਉਹਨਾਂ ਨੂੰ। ਉਹ ਬੜੀ ਨਹੀਂ ਪਾਉਂਦੇ ਸਾਰੀ ਸਬਜੈਕਟ, ਉਹ ਸਾਰੀ ਪੜ੍ਹਦੀ ਨਹੀਂ ਸਟੋਰੀ, ਹੈ ਨਾ। ਅਤੇ ਕੁਛ ਕੁ ਹੈਗੇ ਜਿਹੜੇ ਮੈਨੂੰ ਵਧੀਆ ਲੱਗੇ ਵੀ, ਉਹ ਕਹਿੰਦੇ ਭਾਅ ਜੀ ਪਹਿਲਾਂ ਸਕ੍ਰਿਪਟ ਦਿਓ, ਮੌਡ ਸਕ੍ਰਿਪਟ ਮੈਂ ਪੜ੍ਹਨਾ, ਫਿਰ ਉਹ ਡਿਸਕਸ ਕਰਦੇ ਮੇਰੇ ਨਾਲ ਵੀ ਇੱਦਾਂ ਇ੦ਾਂ, ਹੈ ਨਾ, ਉਹ ਮੈਨੂੰ ਵਧੀਆ ਲੱਗਦਾ ਫਿਰ ਵੀ ਹਾਂ ਵੀਰੇ ਤੁਸੀਂ ਮਤਲਬ ਇੰਟਰਸਟ ਤਾਂ ਲੈ ਰਹੇ ਹੋ ਸਟੋਰੀ, ਤੁਸੀਂ ਕਰੈਕਟਰ ਤੁਹਾਨੂੰ ਸਮਝਦਾ ਆ ਰਿਹਾ ਕਰੈਕਟਰ, ਅਤੇ ਉਹ ਹੈ ਉਹ ਕਾਫੀ ਘੱਟ 'ਚ ਹੀ ਦੇਖਿਆ ਮੈਂ। ਤੁਸੀਂ ਗੱਲ ਕੀਤੀ ਲਵਰ ਦੀ, ਹੈ ਨਾ, ਬਹੁਤ ਸੋਹਣੀ ਸਟੋਰੀ ਹੈ, ਬਹੁਤ ਸੋਹਣੀ ਲਿਖੀ ਹੋਈ ਹੈ, ਤੁਸੀਂ ਸੋਚਿਆ ਨਹੀਂ ਕਿ ਮੈਂ ਡਾਇਰੈਕਟ ਕਰੂੰਗਾ? ਅੱਛਾ ਹਾਂ, ਹੁਣ ਇਹ ਵੀ ਦੇਖੋ, ਹੈ ਨਾ, ਵੀ ਉਹ ਪਹਿਲਾਂ ਮਹਿਰਾਜ ਹੈਗਾ ਛੋਟਾ ਬ੍ਰਦਰ, ਉਹਨੇ ਪੇਂਟਰ ਕਰੀ ਹੁਣ, ਅਤੇ ਆਪਾਂ ਉਹਦੇ ਲਈ ਲਿਖੀ ਦੀ ਇਹ, ਓਕੇ, ਅਤੇ ਉਹਦੇ ਲਈ ਲਿਖੀ ਮੈਂ, ਅਤੇ ਮੈਂ ਉਹਨੂੰ ਕਿਹਾ ਵੀ ਉਹ ਬੋਂਬੇ ਦਾ ਦੋ ਲੋਕਡਾਊਨ, ਹੈ ਨਾ, ਅਤੇ ਮੈਂ ਤੂੰ ਆ ਜਾ ਵੀਰੇ ਵੀ ਇੱਕ ਬਹੁਤ ਸੋਹਣੀ ਫਿਲਮ ਲਿਖੀ, ਵੀ ਆਪਾਂ ਤੈਨੂੰ ਲਾਂਚ ਕਰਦੇ, ਕਿਉਂਕਿ ਮੈਨੂੰ ਨਵਾਂ ਮੁੰਡਾ ਕੁੜੀ ਚਾਹੀਦੇ ਤੇ, ਹੈ ਨਾ, ਲਵਰ 'ਚ, ਅਤੇ ਉਹ ਆ ਗਿਆ, ਪਤਾ ਨਹੀਂ ਕਿੱਦਾਂ ਆਇਆ ਉਹ ਬੋਂਬੇ ਤੋਂ ਵਿਚਾਰਾ, ਹੈ ਨਾ, ਕਿਉਂਕਿ ਸਾਰਾ ਕੁਛ ਹੀ ਬੰਦ ਤਾ, ਚਲੋ ਆ ਗਿਆ ਸੀ ਨਾ, ਸਟੱਡੀ ਸਟੂਡੀ ਚੱਲਦੀ ਪਈ ਤੀ ਉਹਦੀ ਸਕ੍ਰਿਪਟ 'ਤੇ ਜੇ ਵਗੈਰਾ ਵਗੈਰਾ, ਅਤੇ ਕੁਦਰਤੀ ਉਹ ਮੈਂ ਕਿਤੇ ਕੇ ਵੀ ਨੂੰ ਮਿਲਿਆ ਕਿਸੇ ਦੇ ਥਰੂ, ਹੈ ਨਾ, ਆਪਾਂ ਮਿਲਣਾ ਤਾਂ ਉਹ ਕਹਿੰਦਾ ਵੀ ਮੈਂ ਵੀਰੇ KV ਬਾਈ ਕੋਲ ਆਇਆ ਵਾਂ, ਅਤੇ ਮੈਂ ਚੱਲ ਮੈਂ ਵੀ ਭਰਾ ਨੂੰ ਮਿਲਣਾ ਸੀ ਪੁਰਾਣੇ ਜਾਣ ਕਰਤੇ, ਅਤੇ ਮੈਂ ਉਹਨਾਂ ਨੂੰ ਮਿਲਿਆ ਅਤੇ ਉਹ ਕਹਿੰਦੇ ਵੀ ਕਿਆ ਚੱਲਦਾ ਤਾਜ, ਹੈ ਨਾ, ਮੈਂ ਵੀ ਮੈਂ ਨਾ ਛੋਟੇ ਨਾਲ ਇੱਕ ਫਿਲਮ ਕਰਨ ਲੱਗਿਆ ਲਵਰ, ਹੁਣ ਉਹਨੂੰ ਟਾਈਟਲ ਬੜਾ ਸੋਹਣਾ ਲੱਗਿਆ, ਉਹ ਕਹਿੰਦੇ ਯਾਰ ਇਹ ਤਾਂ ਟਾਈਟਲ ਬੜਾ ਸੋਹਣਾ, ਅਤੇ ਸਟੋਰੀ ਸੁਣਾ ਸਾਨੂੰ, ਅਤੇ ਮੈਂ ਸੁਣਾ ਤੀ ਚਲੋ ਵਨ ਲਾਈਨ ਕਿੱਦਾਂ, ਹੁਣ ਉਹ ਜਦੋਂ ਮੈਂ ਉਹਨਾਂ ਨੂੰ ਸਟੋਰੀ ਸੁਣਾਈ ਉਹ ਕਹਿੰਦੇ ਵੀ ਨਹੀਂ, ਵੀ ਤੂੰ ਭਰਾਵਾ ਕੋਈ ਹੋਰ ਕਰ ਲਈ, ਇਹ ਸਾਨੂੰ ਫਿਲਮ ਦੇ ਦੇ। ਮੈਂ ਵੀ ਵੀਰੇ ਨਹੀਂ ਵੀ ਇੱਦਾਂ, ਉਹ ਕਹਿੰਦਾ ਯਾਰ ਅਸੀਂ ਤੈਨੂੰ ਡਾਇਰੈਕਟਰ ਵੀ ਨਹੀਂ ਲੈ ਸਕਦੇ, ਕਿਉਂਕਿ ਮਤਲਬ ਦੀ ਉਹਨਾਂ ਨੇ ਕੋਈ ਨਾ ਸਬਜੈਕਟ ਉਦੋਂ ਸ਼ੁਰੂ ਕਰਨਾ ਤਾਂ ਮਹੀਨੇ ਕੁ ਬਾਅਦ, ਉਹਨਾਂ ਦਾ ਸਾਰਾ ਕੁਛ ਲੋਕ ਹੀ ਤਾ, ਉਹ ਕਹਿੰਦੇ ਵੀ ਯਾਰ ਵੀ ਰਿਕੁਐਸਟ ਹੀ ਆ ਵੀ ਲਵਰ 2 ਬਣੂਗੀ ਉਹ ਤੂੰ ਡਾਇਰੈਕਟ ਕਰ ਲਈ, ਪਰ ਆਹ ਨਾ ਵੀ ਸਾਡਾ ਸਾਰਾ ਸੈਟਅਪ ਤਿਆਰ ਆ ਵੀ ਅਸੀਂ ਸਿਰਫ ਸਟੋਰੀ ਚੇਂਜ ਕਰਨੀ ਆ, ਹੈ ਨਾ, ਅਤੇ ਫਿਰ ਮੈਨੂੰ ਵੀ ਲੱਗਿਆ ਮੈਂ ਚਲੋ ਕੋਈ ਗੱਲ ਨਹੀਂ, ਹੈ ਨਾ, ਵੀ ਵਧੀਆ ਪ੍ਰੋਡਕਸ਼ਨ ਦਾ ਉਸਤਾ ਅਤੇ ਵਧੀਆ ਸਾਰਾ ਕੁਛ, ਅਤੇ ਮੈਨੂੰ ਇਹ ਵੀ ਤਾਂ ਵੀ ਕਿਉਂਕਿ ਉਹ ਮਿਊਜ਼ਿਕਲੀ ਫਿਲਮ ਤੀ, ਵੀ ਉਹਨੂੰ KV ਕਰੂਗਾ ਤਾਂ ਮਿਊਜ਼ਿਕ ਬਹੁਤ ਵੱਡਾ ਹੋਊਗਾ, ਅਤੇ ਕਿਤੇ ਨਾ ਕਿਤੇ ਹੁੰਦਾ ਵੀ ਜਦੋਂ ਤੁਹਾਡੇ ਮਤਲਬ ਸਬਜੈਕਟ ਨਾਲ, ਹੈ ਨਾ, ਵੀ ਸਹੀ ਹੁੰਦਾ ਤਾਂ ਫਿਰ ਬੰਦੇ ਨੂੰ ਦੇ ਦੇਣਾ ਚਾਹੀਦਾ। ਮੈਂ ਸ਼ਾਇਦ ਉਹਨੂੰ ਉੱਡੀ ਵੱਡੀ ਨਾ ਬਣਾ ਪਾਉਂਦਾ, ਹੈ ਨਾ, ਕਿਉਂਕਿ ਉਹ ਮੇਰਾ ਪ੍ਰੋਡਕਸ਼ਨ ਹੈ ਉਸਦਾ, ਪਰ ਉਹਨਾਂ ਨੇ ਬਹੁਤ ਸੋਹਣੀ ਬਣਾਈ, ਬਹੁਤ ਸੋਹਣੀ। ਹਾਂ, ਕਾਸਟਿੰਗ ਪ੍ਰੋਸੈਸ ਕਿਵੇਂ ਹੁੰਦਾ, ਹੈ ਨਾ, ਜਦੋਂ ਤੁਸੀਂ ਆਪਣੇ ਐਕਟਰ ਜਿਹੜੇ ਹੁੰਦੇ ਆ ਤੁਸੀਂ ਕਿਵੇਂ ਫਾਈਨਲ ਕਰਦੇ ਹੋ, ਅਕੋਰਡਿੰਗ ਟੂ ਦ ਡਿਮਾਂਡ ਆਫ ਦ ਸਕ੍ਰਿਪਟ, ਔਰ ਕੀ ਕਹਿੰਦੇ ਆ, ਤੁਸੀਂ ਪਰਸਨਲ ਰਿਲੇਸ਼ਨਸ਼ਿਪਸ ਵੀ ਮੈਟਰ ਕਰਦੇ ਹੋ ਜਾਂ ਉਹ ਵੀ ਦੇਖਦੇ ਹੋ ਕਿ ਪਰਸਨਲ ਟਿਊਨਿੰਗ ਕਿਵੇਂ ਆ? ਦੇਖੋ
ਵੈਸੇ ਤਾਂ ਜੋ ਡਿਮਾਂਡ ਹੁੰਦੀ ਹੈ ਨਾ ਸਕ੍ਰਿਪਟ ਦੀ ਵੀ ਜਿਹੜੇ ਮੈਂ ਤਾਂ ਉਹੀ ਰੱਖਦਾ ਹਨਾ, ਬਾਕੀ ਜਿਹੜੇ ਵੱਡੇ ਉੱਥੇ ਤੱਕ ਹੱਥ ਵੀ ਨਹੀਂ ਪਾਉਂਦਾ ਬੰਦੇ ਦਾ ਨਵੇਂ ਦਾ ਹੈ ਨਾ, ਤਾਂ ਚਲੋ ਹੁਣ ਹਰ ਬੰਦਾ ਚਾਹੁੰਦਾ ਵੀ ਮੈਂ ਯਾਰ ਐਮੀ ਨਾਲ ਫਿਲਮ ਕਰਾਂ, ਮੈਂ ਦਲਜੀਤ ਨਾਲ ਕਰਾਂ, ਹੁਣ ਅਸੀਂ ਤਾਂ ਸਟਰਗਲਰ ਹਾਂ ਹਾਲੇ ਵੀ ਤਾਂ ਕਰਕੇ ਚਲੋ, ਪਰ ਮੇਰਾ ਫਸਟ ਇਹੀ ਹੁੰਦਾ ਵੀ ਜਿਹੜਾ ਸਕ੍ਰਿਪਟ ਦੇ ਵਿੱਚ ਬਹਿ ਜੇ ਜੋ ਹੈ ਨਾ, ਵੀ ਮੈਂ ਕਰੈਕਟਰ ਲਿਖਦਾ ਤੇ ਮੈਨੂੰ ਇੱਕ ਦੋ ਆਪਸ਼ਨਾਂ ਹੁੰਦੀਆਂ ਮੇਰੇ ਮਾਇੰਡ 'ਚ ਤੇ ਮੈਂ ਉਹਨਾਂ ਨੂੰ ਹੀ ਪ੍ਰੈਫਰ ਕਰਦਾ ਤੇ ਉਹਨਾਂ ਨੂੰ ਹੀ ਲੈ ਕੇ ਆਉਣਾ ਲਿਖਦੇ ਹੋਏ ਆਲਰੇਡੀ ਹੁੰਦੇ ਮਾਇੰਡ 'ਚ, ਮਾਇੰਡ 'ਚ ਹੁੰਦਾ ਹਾਂ ਵੀ ਵੀ ਹਾਂ ਵੀ ਇੱਦਾਂ ਦਾ ਕਰੈਕਟਰ ਹੋਊਗਾ ਤੇ ਉਹ ਤੁਹਾਡੇ ਕੋਲ ਆਪਸ਼ਨਾਂ ਹੁੰਦੀਆਂ ਦੋ ਤਿੰਨ ਇੰਡਸਟਰੀ ਦੀਆਂ ਵੀ ਯਾਰ ਅੱਜ ਤੇ ਮਤਲਬ ਸੂਟ ਇਹ ਕਰਦਾ ਤੇ ਮੈਂ ਮਤਲਬ ਉਹਨਾਂ ਕੋਲ ਹੀ ਜਾਣਾ ਲੈ ਕੇ। ਠੀਕ ਹੈ, ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਨੂੰ ਨਵੇਂ ਹੀਰੋ ਤੇ ਹੀਰੋਇਨ ਦੀ ਜ਼ਰੂਰਤ ਹੈ ਜਾਂ ਫਿਰ ਲੋਕਾਂ ਨੂੰ ਉਹੀ ਫੇਸਿਸ ਦੇਖਣਾ ਪਸੰਦ ਹੈ? ਦੇਖੋ ਜੇ ਮਤਲਬ ਮੈਂ ਤਾਂ ਚਾਹੁੰਦਾ ਵੀ ਹੋਵੇ, ਕਿਉਂਕਿ ਜੇ ਹੋਗੀ ਤਾਂ ਕੰਮ ਵੀ ਜ਼ਿਆਦਾ ਮਿਲੂਗਾ ਹੈ ਨਾ, ਵੀ ਮੈਂ ਤਾਂ ਸਗੋਂ ਪ੍ਰੋਡਕਸ਼ਨ ਹਾਊਸ ਨੂੰ ਵੀ ਕਹਿਣਾ ਹੁੰਦਾ ਪਿੱਛੇ ਜੇ ਵੀ ਵੀਰੇ ਤੁਸੀਂ ਇੱਕ ਜਿਹੜੀ 15-20 ਕਰੋੜ ਦੀ ਇੱਕ ਬਣਾਉਂਦੇ ਹੈ ਨਾ, ਵੀ ਤੁਸੀਂ ਮੈਂ ਕਹਿੰਦਾ 20-10 ਬਣ ਜੂਗੀਆਂ ਦੋ ਦੋ ਦੀਆਂ, ਜਿਹਦੇ 'ਚ ਨਵਾਂ ਹੀਰੋ ਵੀ ਆਜੂਗਾ, ਨਵੀਂ ਹੀਰੋਇਨ ਵੀ ਆਜੂਗੀ, ਨਵਾਂ ਡਾਇਰੈਕਟਰ ਵੀ ਆਜੂਗਾ, ਨਵਾਂ ਰਾਈਟਰ, ਮਤਲਬ ਮੌਕਾ ਤਾਂ ਮਿਲੂਗਾ। ਹਾਂ ਤੇ ਜੇ 10 ਬਣਦੀਆਂ 10 'ਚੋਂ ਇੱਕ ਸ਼ਾਇਦ ਚੱਲੀ ਜਾਵੇ ਹੈ ਨਾ, ਜੇ 20 ਵਾਲੀ ਨਾ ਚੱਲੀ ਤਾਂ ਫਿਰ ਪਤਾ ਹੀ ਹੈ ਪਿੱਛੇ ਜੋ ਹਾਲ ਹੋਏ ਹੈ ਨਾ ਫਿਲਮ ਦੇ, ਤਾਂ ਫਿਰ ਸਾਰਾ ਕੁਛ ਉਹੀ ਹੋ ਗਿਆ। ਅਤੇ ਬਾਕੀ ਨਾ ਥੋੜ੍ਹਾ ਆਡੀਅੰਸ ਦਾ ਵੀ ਹੈਗਾ, ਆਡੀਅੰਸ ਮੈਨੂੰ ਲੱਗਦੀ ਜਦੋਂ ਸਿਨੇਮੇ 'ਚ ਜਾਂਦੀ ਆ ਤਾਂ ਉਹ ਵੱਡਾ ਸਟਾਰ ਹੀ ਦੇਖਣ ਜਾਂਦੀ ਆ, ਉਹ ਨਵੇਂ ਨੂੰ ਕਹਿੰਦੀ ਆ ਵੀ ਸ਼ਾਇਦ ਛੱਡੋ ਵੀ ਕਾਹਨੂੰ ਤੇ 2000 ਲਾਉਣਾ ਹੈ ਨਾ, ਕਿਉਂਕਿ ਫੈਮਿਲੀ ਜੋਗੀ ਤਾਂ 2000-3000 ਤੁਹਾਡਾ ਲੱਗ ਜਾਂਦਾ ਅਤੇ ਉਹਨੂੰ ਲੱਗਦਾ ਵੀ ਇਹ OTT 'ਤੇ ਦੇਖ ਲੂੰਗੇ ਜਾਂ ਕਿਤੇ ਹੋਰ ਪਾਸੇ ਆ ਜੂਗੀ ਨਾ, ਵੀ ਉਹ ਦੇਖ ਹੀ ਲੈਂਦਾ ਬੰਦਾ। ਅਤੇ ਕਿਤੇ ਨਾ ਕਿਤੇ ਆਡੀਅੰਸ ਦਾ ਵੀ ਮੈਂ ਹੈ ਵੀ ਜੇ ਉਹ ਸਿਨੇਮੇ 'ਚ ਜਾਂਦੀ ਆ ਤਾਂ ਉਹ ਵੱਡੇ ਸਟਾਰ ਨੂੰ ਹੀ ਦੇਖਣਾ ਪ੍ਰੈਫਰ ਕਰਦੀ, ਹਾਂ ਪ੍ਰੈਫਰ ਕਰਦੀ ਆ ਅਤੇ ਉਹ ਫੈਮਿਲੀ ਡਰਾਮਾ ਜਿਹਾ ਹੈ ਨਾ ਉਹੀ ਚੱਲ ਰਿਹਾ ਆਪਣੇ ਪੰਜਾਬ 'ਚ ਹਲੇ, ਆਪਾਂ ਜੇ ਕੁਛ ਕਹੀਏ ਵੀ ਕੋਈ ਐਕਸਪੈਰੀਮੈਂਟ ਜਾਂ ਉਹ ਵੀ ਨਹੀਂ ਮੈਨੂੰ ਲੱਗਦਾ ਵੀ, ਕਿਉਂਕਿ ਸ਼ਾਇਦ ਇੰਡਸਟਰੀ ਛੋਟੀ ਆ ਹਲੇ, ਕੰਮ ਤਾਂ ਬਹੁਤ ਵੱਧ ਗਿਆ, ਮਤਲਬ ਗ੍ਰਾਫ ਬਹੁਤ ਵੱਡਾ ਹੋ ਰਿਹਾ ਪਰ ਮਤਲਬ ਆਡੀਅੰਸ ਨਹੀਂ ਉੱਡੀ ਵੱਡੀ ਹੋ ਰਹੀ, ਪਰ ਚਲੋ ਹੌਲੀ ਹੌਲੀ ਮਤਲਬ ਚੇਂਜ ਹੋ ਜਾਵੇ ਤਾਂ ਵਧੀਆ ਗੱਲ ਆ, ਸਾਰਿਆਂ ਨੂੰ ਕੰਮ ਮਿਲੂਗਾ। ਹਾਂਜੀ ਇਹ ਤਾਂ ਹੈ, ਲੋਕਾਂ ਦਾ ਪ੍ਰੋਸਪੈਕਟਿਵ ਹੈ ਕਿ ਜਿਹੜੇ ਫਿਲਮ ਡਾਇਰੈਕਟਰਸ ਹੁੰਦੇ ਨੇ ਉਹ ਇੱਕ ਸੀਟ 'ਤੇ ਬਹਿ ਕੇ ਐਕਸ਼ਨ ਅਤੇ ਕੱਟ ਬੋਲਦੇ ਨੇ ਹੈ ਨਾ, ਪਰ ਮੈਨੂੰ ਲੱਗਦਾ ਹੈ ਡਾਇਰੈਕਟਰ ਦਾ ਜਿਹੜਾ ਕੰਮ ਹੈ ਇਹ ਤੋਂ ਕਈ ਜ਼ਿਆਦਾ ਵੱਧ ਕੇ ਹੁੰਦਾ, ਰਿਸਪੋਂਸਿਬਿਲਿਟੀ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਨਾ, ਜਿਵੇਂ ਪ੍ਰੀ ਪ੍ਰੋਡਕਸ਼ਨ ਕਹਿ ਲਓ, ਫਿਲਮ ਪ੍ਰੋਡਕਸ਼ਨ ਕਹਿ ਲਓ, ਉਹ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਕਹਿ ਲਓ, ਮੈਨੂੰ ਲੱਗਦਾ ਲੋਕਾਂ ਨੂੰ ਇਹ ਚੀਜ਼ ਪਤਾ ਵੀ ਨਹੀਂ ਹੋਊਗੀ। ਮੈਂ ਚਾਹੁੰਦੀ ਹਾਂ ਤੁਸੀਂ ਐਜ਼ ਅ ਡਾਇਰੈਕਟਰ ਤੁਸੀਂ ਆਪਣੇ ਵਰਡਸ ਦੇ ਵਿੱਚ, ਈਜ਼ੀ ਵਰਡਸ ਦੇ ਵਿੱਚ ਲੋਕਾਂ ਨੂੰ ਥੋੜ੍ਹਾ ਜਿਹਾ ਦੱਸੋ। ਦੇਖੋ ਇੱਕ ਉਹ ਕਹਿੰਦੇ ਨੇ ਵੀ ਟੈਂਸ਼ਨ 'ਚ ਧੌਲੇ ਆ ਜਾਂਦੇ ਹੈ ਨਾ, ਅਤੇ ਮੈਂ ਜਿੱਦਾਂ ਦੀ ਫਿਲਮ ਬਣਾ ਕੇ ਮੇਰੀ ਸਾਰੀ ਦਾੜੀ ਚਿੱਟੀ ਹੋ ਗਈ, ਇੰਨੀ ਹੁਣ ਕਾਲੀ ਕਰੀ ਗਿਆ। ਅਤੇ ਮੈਨੂੰ ਲੱਗਦਾ ਡਾਇਰੈਕਟਰ ਦਾ ਜਿਹੜਾ ਕੰਮ ਹੁੰਦਾ ਨਾ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਰਿਲੀਜ਼ਿੰਗ ਤੋਂ ਬਾਅਦ ਵੀ ਨਹੀਂ ਖਤਮ ਹੁੰਦਾ, ਅਤੇ ਉਹੀ ਚੱਕਰ ਆ ਜੀ। ਦੇਖੋ ਪਹਿਲਾਂ 3 ਮਹੀਨਾ ਤੁਹਾਡਾ ਪਹਿਲਾਂ ਕੰਮ ਚੱਲਦਾ, 1 ਮਹੀਨਾ ਤੁਹਾਡਾ ਸ਼ੂਟ 'ਤੇ ਚੱਲਦਾ, 2 ਮਹੀਨੇ ਤੁਹਾਡਾ ਪੋਸਟ ਚੱਲਦਾ, ਫਿਰ ਫਿਲਮ ਚੱਲੀ ਤਾਂ ਠੀਕ ਹੈ, ਜੇ ਨਹੀਂ ਚੱਲੀ ਫਿਰ ਜਿਹੜਾ ਟੈਂਸ਼ਨ ਆ 3 ਮਹੀਨੇ ਉਹ ਵੀ ਚੱਲਦੀ ਆ ਹੈ ਨਾ, ਵੀ ਉਹ ਸਾਰੀਆਂ ਡਾਇਰੈਕਟਰ 'ਤੇ ਰਹਿਣੀਆਂ। ਮੈਂ ਨਾ ਕਈ ਵਾਰ ਸ਼ੂਟ 'ਤੇ ਵੀ ਹੁੰਦਾ, ਮਤਲਬ ਜੇ ਲੰਚ ਬ੍ਰੇਕ ਹੋ ਗਈ ਤਾਂ ਮੈਨੂੰ ਭੁੱਖ ਵੀ ਨਹੀਂ ਹੁੰਦੀ ਕਈ ਵਾਰ ਹੈ ਨਾ, ਵੀ ਉਸ ਟਾਈਮ ਐਡਾ ਦਿਮਾਗ 'ਤੇ ਬੋਝ ਹੀ ਹੁੰਦਾ ਵੀ ਹੈ ਨਾ, ਵੀ ਆਹ ਚੀਜ਼ ਨੂੰ ਮੈਂ ਕੱਢਣਾ। ਔਰ ਜੇ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਆਰਟਿਸਟ ਕੋਈ ਤੰਗ ਕਰਨ ਲੱਗ ਜਾਵੇ, ਕੋਈ ਲੇਟ ਆਉਣ ਲੱਗ ਜਾਵੇ, ਉਹ ਫਿਰ ਮਤਲਬ ਘੁੰਮ ਜਾਂਦਾ ਦਿਮਾਗ ਹੈ ਨਾ, ਹਾਂ ਵੀ ਉਹ ਚੀਜ਼ਾਂ। ਤਾਂ ਮੈਨੂੰ ਲੱਗਦੀ ਡਾਇਰੈਕਟਰ ਨੂੰ ਬਹੁਤ ਸਾਰੀਆਂ ਟੈਨਸ਼ਨਾਂ ਹੁੰਦੀਆਂ ਜਿਹਨਾਂ ਨੂੰ ਲੱਗਦਾ ਵੀ ਨਹੀਂ ਹੁੰਦੀਆਂ, ਉਹ ਕਦੀ ਸ਼ੂਟ 'ਤੇ ਜਾਣ ਇੱਕ ਵਾਰ ਦੇਖਣ ਵੀ ਡਾਇਰੈਕਟਰ ਦੀ ਹਾਲਤ ਕਿਆ ਹੁੰਦੀ ਹੈ, ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਆ, ਬਹੁਤ ਵੱਡੀ। ਤੇ ਉਹ ਪਿੱਛੇ ਜੀ ਗੱਲ ਹੋਈ ਸੀ ਵੀ ਜੇ ਹਿੱਟ ਹੋ ਗਈ ਫਿਰ ਤਾਂ ਹੀਰੋ ਦੀ ਆ, ਜੇ ਫਲੋਪ ਹੋ ਗਈ ਫਿਰ ਡਾਇਰੈਕਟਰ ਦੀ। ਹਾਂ ਤੇ ਡਾਇਰੈਕਟਰ ਦਾ ਫੇਰ ਸਟਰਗਲ ਸ਼ੁਰੂ, ਉਹਦੀ ਪੇਮੈਂਟ ਵੀ ਨਹੀਂ ਵਧਣੀ, ਹਿੱਟ ਹੋ ਗਈ ਹੀਰੋ ਦੀ ਪੇਮੈਂਟ ਵੀ ਵੱਧ ਜਾਣੀ ਤੇ ਉਹਨੂੰ 10 ਫਿਲਮਾਂ ਵੀ ਮਿਲ ਜਾਣੀਆਂ। ਉਹ ਕਿਹੜੀ ਫਿਲਮ ਜਾਂ ਵੈਬ ਸੀਰੀਜ਼ ਹੈ ਜਿਹੜੀ ਤੁਸੀਂ ਡਾਇਰੈਕਟ ਕੀਤੀ ਹੋਈ ਤੇ ਤੁਹਾਡੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਆ? ਚਲੋ ਹਰ ਸਬਜੈਕਟ ਨਾ ਮਤਲਬ ਵਧੀਆ ਹੀ ਹੁੰਦਾ ਹਰ ਬੰਦੇ ਦਾ, ਵੀ ਉਹ ਨੇੜੇ ਹੀ ਹੁੰਦਾ। ਇੱਕ ਫੇਵਰਿਟ ਹੁੰਦਾ ਹੈ ਕਿ ਨਹੀਂ, ਫੇਵਰਿਟ ਜਿਹੜਾ ਮੈਨੂੰ ਮੇਰੇ ਦੋ ਸਬਜੈਕਟ ਸਭ ਤੋਂ ਵਧੀਆ ਲੱਗਦੇ ਆ ਲਵਰ ਤੇ ਪੇਂਟਰ। ਓਕੇ ਹੈ ਨਾ, ਜਿਹੜੇ ਮਤਲਬ ਪੇਂਟਰ ਮੈਂ ਬੜੀ ਰੂਹ ਨਾਲ ਬਣਾਈ ਆ ਨਾ, ਉਹਦਾ ਜਿੱਦਾਂ ਦਾ ਇੱਕ ਯੂਨੀਕ ਜਿਹਾ ਸਬਜੈਕਟ ਤਾਂ ਪੇਂਟਰ ਵੀ ਜਦੋਂ ਲਿਖੀ ਗਈ ਤੀ ਉਹ ਲਵ ਸਟੋਰੀ, ਕਿਉਂਕਿ ਨਾ ਮੈਨੂੰ ਯਾਦ ਆ ਵੀ
ਸਾਡੇ ਸੂਆ ਪਿੰਡ ਦੇ ਨਾਲ ਹੈ ਨਾ, ਸੂਆ ਲੰਘਦਾ ਅਤੇ ਮੈਂ ਖੇਤਾਂ 'ਤੇ ਜਾ ਕੇ ਨਾ ਸੂਏ ਦੀ ਪਟੜੀ 'ਤੇ ਬਹਿ ਜਾਂਦਾ ਤਾਂ ਜਾ ਕੇ ਅਸੀਂ, ਕਿਉਂਕਿ ਲੋਕਡਾਊਨ ਹੁੰਦਾ ਤਾਂ ਹੈ ਨਾ ਵੀ ਕੋਈ ਇੱਧਰ ਉੱਧਰ ਹੁੰਦਾ ਜਿੱਦਾਂ ਖੇਤਾਂ 'ਚ ਜਾ ਕੇ, ਅਤੇ ਉਹਨੂੰ ਜਿੰਨਾ ਸਮਾਂ ਮਿਲਿਆ ਉਹਨੂੰ ਲਿਖਣ ਨੂੰ ਲੱਗਾ ਨੂੰ ਹੈ ਨਾ, ਅਤੇ ਉਹ ਬਹੁਤ ਦਿਲ ਨਾਲ ਜੁੜੀ ਰਹੀ ਮੇਰੇ ਫਿਰ ਉਹ। ਤੁਸੀਂ ਕੋਈ ਸਕ੍ਰਿਪਟ ਜਾਂ ਕਨਸੈਪਟ ਕਿਵੇਂ ਚੂਜ਼ ਕਰਦੇ ਹੋ, ਇਹ ਦੇਖ ਕੇ ਕਿ ਉਹ ਬਿਜ਼ਨਸ ਵਧੀਆ ਕਰੂਗੀ ਜਾਂ ਜੋ ਦਿਲ ਨੂੰ ਛੂ ਜਾਏ ਬਸ ਉਹੀ ਡਨ ਉਹੀ ਫਾਈਨਲ? ਨਹੀਂ, ਜੋ ਦਿਮਾਗ 'ਚ ਆ ਗਿਆ, ਜੋ ਮਾਈਂਡ 'ਚ ਆ ਗਿਆ। ਮੈਂ ਇੱਕ ਉਹਰੇ ਦੱਸਣਾ ਚਾਹੁੰਦਾ, ਬਿਜ਼ਨਸ ਪਰਸਪੈਕਟਿਵ ਨਾਲ ਨਹੀਂ ਸੋਚਦੇ। ਨਹੀਂ ਨਹੀਂ, ਰਾਈਟਰ ਕਦੀ ਵੀ ਨਹੀਂ ਸੋਚਦਾ, ਰਾਈਟਰ ਹਮੇਸ਼ਾ ਮਤਲਬ ਜੋ ਮਾਈਂਡ 'ਚ ਕਦੋਂ ਕਿਆ ਆਉਣਾ ਉਹ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ। ਮੈਂ ਉਹਰੇ ਦੱਸੂੰਗਾ, ਮੇਰੀ ਨਾ ਇੱਕ ਫਿਲਮ ਆਈ ਪਿੱਛੇ ਜਿਹੇ ਡਸਟਬਿਨ, ਉੱਤੇ ਚੁਪਾਲ 'ਤੇ ਆਈ ਹੈ ਨਾ, ਉਹ ਵੈਬ ਫਿਲਮ 'ਤੇ ਇੱਕ, ਅਤੇ ਉਹਦਾ ਹੁਣ ਆਈਡੀਆ ਕਿੱਦਾਂ ਆਇਆ ਵੀ ਮੈਂ ਓਰੀਓ ਬਹੁਤ ਪਸੰਦ ਮੈਨੂੰ ਹੈ ਨਾ, ਅਤੇ ਬੇਟੇ ਨੂੰ ਮੇਰੇ ਨੂੰ ਬਹੁਤ ਪਸੰਦ ਆ, ਅਤੇ ਮਤਲਬ ਘਰ ਦੇ ਵਿੱਚ ਜੇ ਓਰੀਓ ਆਇਆ ਵਾ ਅਤੇ ਖਾਲੀ ਉਹਨੂੰ ਮਿਲ ਗਿਆ ਨਾ, ਅਤੇ ਉਹਨੇ ਕਹਿਣਾ ਵੀ ਇਹ ਕਿੱਦਾਂ ਖਾਲੀ ਹੋ ਗਿਆ, ਤਾਂ ਕਰਕੇ ਨਾ ਵੀ ਉਹਦੇ ਲਈ ਸੰਭਾਲ ਕੇ ਰੱਖਣੇ ਪੈਂਦੇ ਆ। ਅਤੇ ਇੱਦਾਂ ਮੈਂ ਬਿਸਕੁਟ ਖਾਂਦਾ ਖਾਂਦਾ ਨਾ, ਮੈਂ ਥਰਡ ਫਲੋਰ 'ਤੇ ਜਾਣਾ ਤਾ ਫਲੈਟ 'ਤੇ, ਅਤੇ ਮੈਂ ਨਾ ਉਹ ਜਾਂਦਾ ਜਾਂਦਾ ਮਤਲਬ ਓਰੀਓ ਖਾਂਦਾ ਖਾਂਦਾ ਮੈਂ ਉੱਪਰ ਤੱਕ ਪਹੁੰਚਿਆ, ਅਤੇ ਉੱਥੋਂ ਮੈਨੂੰ ਡਸਟਬਿਨ ਪਿਆ ਤਾ ਸਾਡੇ ਹੈ ਨਾ ਗੁਆਂਢੀ ਦਾ ਬਾਹਰ, ਉੱਥੋਂ ਬਸ ਉਹ ਆਈਡੀਆ ਆ ਗਿਆ, ਮੈਂ ਨਾ ਓਰੀਓ ਕਿਤੇ ਸਿੱਟਣ ਲੱਗਿਆ ਉਹਦੇ ਡਸਟਬਿਨ 'ਚ, ਅਤੇ ਉਹਦੇ ਬੱਚੇ ਆ, ਅਤੇ ਮੈਨੂੰ ਲੱਗਿਆ ਵੀ ਯਾਰ ਉਹਨੂੰ ਕਿਤੇ ਬਾਹਰ ਡਸਟਬਿਨ 'ਚ ਦੇਖ ਲੈ ਲੈਣ ਵੀ ਓਰੀਓ ਕਿਹਨੇ ਖਾਧਾ ਹੈ ਨਾ, ਵੀ ਤਾਂ ਕਰਕੇ। ਪਰ ਉਹ ਫਿਰ ਮਾਇੰਡ ਹੈ ਨਾ ਵੀ ਚੱਲਦਾ ਚੱਲਦਾ ਮਤਲਬ ਆਈਡੀਆ ਦੇਖੋ, ਫਸਟ ਤੋਂ ਥਰਡ ਫਲੋਰ 'ਤੇ ਆਈਡੀਆ ਆ ਗਿਆ, ਅਤੇ ਮੈਂ ਕਹਿੰਦਾ ਉਹ ਪਹਿਲੀ ਫਿਲਮ ਆ ਚੁਪਾਲ ਦੀ ਜਿਹਦੀ ਜਿਹੜੀ ਹਰ ਭਾਸ਼ਾ 'ਚ ਟ੍ਰਾਂਸਲੇਟ ਹੋਈ ਯੂਟਿਊਬ 'ਤੇ, ਉਹਨੂੰ ਮਤਲਬ ਇੰਨਾ ਉਹਦਾ ਕੰਟੈਂਟ ਦੀ ਇੰਨੀ ਤਾਰੀਫ ਹੋਈ, ਤਾਂ ਕਰਕੇ ਹਾਂ ਵੀ ਉਹ ਵੀ ਆਈਡੀਆ ਕਦੀ ਕਿਤੇ ਵੀ ਆ ਸਕਦਾ, ਕਿਤੇ ਵੀ ਆ ਸਕਦਾ। ਐਗਜ਼ੈਕਟਲੀ। ਅਤੇ ਪੰਜਾਬੀ ਸਿਨੇਮਾ ਹਰਭਜਨ ਮਾਨ ਜੀ ਦੀਆਂ ਫਿਲਮਾਂ ਤੋਂ ਬਾਅਦ ਹੈ ਨਾ ਦੁਬਾਰਾ ਸ਼ੁਰੂ ਹੋਇਆ, ਅਤੇ ਤੁਸੀਂ ਕੀ ਚੇਂਜ ਦੇਖਦੇ ਹੋ ਸਿਨੇਮਾ ਦੇ ਵਿੱਚ ਉਸ ਟਾਈਮ ਤੋਂ ਲੈ ਕੇ ਹੁਣ ਤੱਕ, ਤੁਹਾਨੂੰ ਕੀ ਲੱਗਦਾ ਕਿ ਇਹ ਮੇਜਰ ਚੇਂਜਸ ਨੇ ਜੋ ਆਏ ਨੇ? ਦੇਖੋ, ਇੱਕ ਸਭ ਤੋਂ ਵਧੀਆ ਗੱਲ ਆ, ਗ੍ਰਾਫ ਬਹੁਤ ਵੱਡਾ ਹੋ ਗਿਆ ਹੈ ਨਾ, ਵੀ ਉਹ ਚੀਜ਼ਾਂ ਫਿਲਮਾਂ ਹੁਣ ਆਪਾਂ ਵੀ ਦੇਖੀਆਂ ਹੈ ਨਾ, ਪਹਿਲਾਂ ਜਿੱਦਾਂ ਜੀ ਆਇਆਂ ਨੂੰ ਆਈ ਤੀ ਉਹ, ਉਹ ਅੱਜ ਵੀ ਮੈਂ ਕਹਿੰਦਾ ਡੀਵੀਡੀ ਅੱਜ ਵੀ ਪੁਰਾਣੀਆਂ ਘਰਾਂ ਦੇ ਵਿੱਚ ਪਈਆਂ, ਹਰ ਬੰਦੇ ਨੇ ਉਹਦੀ ਡੀਵੀਡੀ ਖਰੀਦੀ ਦੀ। ਕੰਮ 'ਚ, ਸਟੋਰੀ 'ਚ, ਟੈਕਨੀਕਲੀ ਹੋ ਗਿਆ ਹੈ ਨਾ, ਡਾਇਰੈਕਸ਼ਨ 'ਚ ਲਾ ਲਓ, ਮਤਲਬ ਬਹੁਤ ਚੀਜ਼ਾਂ ਦਾ ਫਰਕ ਪਿਆ। ਵੀ ਅੱਜ ਹੁਣ ਪਿੱਛੇ ਜਿੱਦਾਂ ਮਸਤਾਨੇ ਆਈ ਹੈ ਨਾ, ਕੈਰੀਓਨ ਚਿੱਟਾ 100 ਕਰੋੜ ਕਰਕੇ ਗਈ ਹੈ ਨਾ, ਕਿਤੇ ਨਾ ਕਿਤੇ ਵੀ ਵੱਡਾ ਹੀ ਹੋ ਰਿਹਾ, ਵੱਡਾ ਹੋ ਰਿਹਾ। ਹਾਂ, ਵੀ ਸਿਨੇਮਾ ਗਰਾਹ ਵੀ ਵੱਡਾ ਹੋ ਰਿਹਾ, ਸਿਨੇਮਾ ਵੀ ਵੱਡਾ ਹੋ ਰਿਹਾ, ਅਤੇ ਇਹ ਵਧੀਆ ਗੱਲ ਆ ਪੰਜਾਬੀ ਇੰਡਸਟਰੀ ਲਈ। ਇਹ ਤਾਂ ਹੈ। ਕਈ ਡਾਇਰੈਕਟਰਸ ਹੁੰਦੇ ਨੇ, ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਸੀ, ਕਈ ਡਾਇਰੈਕਟਰਸ ਹੁੰਦੇ ਨੇ ਪ੍ਰੋਡਿਊਸਰਸ ਨੂੰ ਬਹੁਤ ਮਿਸਗਾਈਡ ਕਰਦੇ ਨੇ ਪ੍ਰੋਫਿਟ ਦੇ ਨਾਮ 'ਤੇ, ਹੈ ਨਾ, ਅਤੇ ਤੁਸੀਂ ਵੀ ਇੱਕ ਇੰਟਰਵਿਊ 'ਚ ਕਿਹਾ ਕਿ ਡਾਇਰੈਕਟਰ ਹੀ ਖਰਾਬ ਕਰਦੇ ਨੇ ਥੋੜ੍ਹਾ ਇੰਡਸਟਰੀ ਨੂੰ, ਸੋ ਤੁਹਾਨੂੰ ਕੀ ਲੱਗਦਾ ਇਸ ਚੀਜ਼ 'ਤੇ ਕਿਵੇਂ ਵਰਕ ਕੀਤਾ ਜਾ ਸਕਦਾ? ਦੇਖੋ, ਮੈਂ ਪ੍ਰੋਡਿਊਸਰ ਦੀ ਗਲਤੀ ਮੰਨਦਾ ਹੈ ਨਾ, ਡਾਇਰੈਕਟਰ ਦੀ, ਕਿਉਂਕਿ ਡਾਇਰੈਕਟਰ ਦਾ ਤਾਂ ਕੰਮ ਹੀ ਆ ਵੀ। ਮੈਨੂੰ ਲੱਗਦਾ ਨਵੇਂ ਪ੍ਰੋਡਿਊਸਰਸ ਨਾਲ ਇਦਾਂ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਇਹ ਹੁੰਦੇ, ਕਿਉਂਕਿ ਪਰ ਨਵੇਂ 90% ਨਵੇਂ ਆ ਨਾ, 10% ਹੀ ਆ ਜਿਹੜੇ ਪੁਰਾਣੇ ਆ, ਔਰ ਜਿਹੜੇ ਪੁਰਾਣੇ ਉਹ ਕਦੇ ਮੈਂ ਕਹਿੰਦਾ ਉਹ ਡਾਇਰੈਕਟਰ ਨੂੰ ਕੰਮ ਵੀ ਨਹੀਂ ਦਊਗੇ, ਉਹਨੂੰ ਪਤਾ ਹੁੰਦਾ ਵੀ ਇਹ ਸਾਰੀਆਂ ਹੈ ਨਾ ਵੀ ਕਿਆ ਹੈ ਉਹਨਾਂ ਨੂੰ ਕਿਆ ਨਹੀਂ, ਅਤੇ ਉਹਨਾਂ ਨੇ ਸਟੱਡੀ ਕਰੀ ਹੁੰਦੀ ਆ। ਪਰ 90 ਉਹੀ ਆ ਨਾ, ਵੀ ਇੱਕ ਤਾਂ ਆਹੀ ਬਸ ਮਿਸਗਾਈਡ ਵੀ ਇੱਦਾਂ ਹੋਜੂਗਾ, ਇਹ ਹੋਜੂਗਾ। ਫਿਰ ਦੂਆ ਸਭ ਤੋਂ ਜਿਹੜੀ ਮੈਂ ਵੱਡੀ ਪ੍ਰੋਬਲਮ ਸਮਝਦਾ ਪ੍ਰੋਡਿਊਸਰ ਨੂੰ, ਵੀ ਉਹ ਨਾ ਫਿਰ ਪੈਸਾ ਵੀ ਇੰਨੇ ਵਾ ਵੰਡਦੇ ਆ, ਭਾਜੀ ਨੂੰ ਇੰਨੇ ਦੇ ਦਿਓ, ਉਹਨਾਂ ਨੇ ਦੇ ਦੇਣੇ, ਭਾਜੀ ਉਹਨੂੰ ਇੰਨੇ ਦੇ ਦਿਓ, ਤੁਸੀਂ ਉਹ ਵਰਕ ਨਹੀਂ ਕਰਦੇ। ਵੀ ਭਰਾਵਾ, ਤੁਹਾਡਾ ਪੈਸਾ ਪਹਿਲਾਂ ਤਾਂ ਜਾਣਕਾਰੀ ਲਓ ਵੀ ਸਾਡਾ ਪੈਸਾ ਕਿਵੇਂ ਲੱਗਦਾ ਅਤੇ ਕਿੱਥੇ ਲੱਗਦਾ। ਅੱਜ ਤੁਹਾਨੂੰ ਪਤਾ ਵੀ ਕੈਮਰੇ ਦਾ ਯਾਰ 20,000 ਲੱਗਿਆ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 20 ਲੱਗਿਆ, ਵੀ ਇਹ ਤਾਂ ਨਹੀਂ ਵੀ 10 ਆ ਰਿਹਾ ਕਿਤੇ, ਹੈ ਨਾ, ਵੀ ਉਹ ਸਟੱਡੀ ਨਹੀਂ ਹੈਗੀ ਪ੍ਰੋਡਿਊਸਰ ਦੀ ਨਵੇਂ ਦੀ, ਉਹਨੂੰ ਬਸ ਇਹ ਆ ਵੀ 5 ਕਰੋੜ ਜਾਂ 4 ਕਰੋੜ ਜਾਂ ਜੋ ਵੀ ਇੱਕ ਬਜਟ ਹੋਊਗਾ ਵੀ ਮੈਂ ਬਸ ਡਾਇਰੈਕਟਰ ਨੂੰ ਦੇਣਾ, ਹੁਣ ਉਹਨੇ ਦੇਈ ਜਾਣਾ, ਉਹਦੀ ਕੋਈ ਸਟੱਡੀ ਨਹੀਂ ਹੈਗੀ। ਅਤੇ ਮੈਨੂੰ ਲੱਗਦਾ ਵੀ ਤਾਂ ਹੀ ਫਿਰ ਬਜਟ ਵੀ ਵੱਧਦੇ ਆ ਅਤੇ ਬਾਅਦ 'ਚੋਂ ਰਿਪੀਟ ਵੀ ਨਹੀਂ ਹੁੰਦੇ, ਕਿਉਂਕਿ ਉਹ ਲੋਸ 'ਚ ਜਾਂਦਾ। ਕਹਿੰਦੇ ਨਹੀਂ ਹੁੰਦੇ ਵੀ ਜਦੋਂ ਸਟਾਰਟਿੰਗ 'ਚ ਹੀ ਟੋਪਿਕ ਘੁੰਮਣ ਲੱਗ ਜਾਏ ਹੈ ਨਾ, ਅਤੇ ਐਂਡ ਤੱਕ ਫਿਰ ਉਹ ਨੈਗਟਿਵਿਟੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਨਾ, ਉਹ ਸਬਜੈਕਟ ਦਾ ਨੁਕਸਾਨ ਹੀ ਹੁੰਦਾ। ਮੈਨੂੰ ਲੱਗਦਾ ਵੀ ਜਿਹੜੇ ਨਵੇਂ ਪੁਲਿਸ ਹੋਣ ਨਾ, ਪਹਿਲਾਂ ਸਟੱਡੀ ਕਰੋ ਵੀ ਇੰਨੇ ਵਾ ਪੈਸਾ ਨਹੀਂ ਦੇਣਾ ਹੈ ਨਾ, ਵੀ ਤੁਹਾਡਾ ਕਿੱਥੇ ਕਿਵੇਂ ਲੱਗ ਰਿਹਾ, ਇੱਕ ਇੱਕ ਪੈਸੇ ਦੀ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ। ਜੇ ਉਹ ਕਹਿੰਦੇ ਨਹੀਂ ਹੁੰਦੇ ਵੀ ਤੁਸੀਂ ਪਹਿਲਾਂ ਬਚਾ ਲਓ, ਪ੍ਰੀ ਪ੍ਰੋਡਕਸ਼ਨ 'ਚ ਇੰਨਾ ਪੈਸਾ ਬਚਾ ਲਿਆ, ਉਹੀ ਤੁਹਾਡੀ ਰਿਕਵਰੀ ਆ, ਅਤੇ ਉਹ ਬਣਦਾ।
ਜੇ ਰੱਖੂਗੇ ਧਿਆਨ ਤਾਂ ਮੈਂ ਕਹਿੰਦਾ ਪੈਸਾ ਵੀ ਬਜੂਗਾ ਅਤੇ ਸਬਜੈਕਟ ਵੀ ਵਧੀਆ ਬਣੂਗੇ ਅਤੇ ਫਿਰ ਡਾਇਰੈਕਟਰ ਨੂੰ ਵੀ ਹੋਊਗਾ ਵੀ ਯਾਰ ਹਾਂ ਵੀ ਪ੍ਰੋਡਿਊਸਰ ਨਜ਼ਰ ਰੱਖ ਰਿਹਾ ਵੀ ਉਹ ਧਿਆਨ ਦੇ ਰਿਹਾ ਅਤੇ ਉਹਨੂੰ ਫਿਰ ਕੰਮ 'ਤੇ ਉਹਦਾ ਧਿਆਨ ਹੋਊਗਾ। ਪਿੱਛੇ ਜੇ ਮੈਂ ਸੁਣਿਆ ਡਾਇਰੈਕਟਰ ਉਹਨਾਂ ਦਾ ਤਾਂ ਹੁੰਦਾ ਵੀ ਉਹ ਪ੍ਰੋਡਕਸ਼ਨ ਵਾਲੇ ਨੂੰ ਕਹਿੰਦਾ ਵੀ ਤੂੰ ਭਰਾਵਾ ਸ਼ਾਮ ਤੱਕ ਮੈਨੂੰ 10,000 ਰੁਪਇਆ ਇਕੱਠਾ ਕਰਕੇ ਦੇਣਾ, ਉਹ ਕੈਮਰੇ ਵਾਲੇ ਨੂੰ ਵੀ ਕਹਿੰਦਾ ਵੀ ਭਰਾਵਾ ਤੂੰ 10 ਨਹੀਂ ਤੂੰ 20 ਕਹਿਣਾ ਨਾ ਵੀ ਹਰ ਜਗ੍ਹਾ 'ਤੇ। ਉੱਥੇ ਫਿਰ ਮੈਨੂੰ ਲੱਗਦਾ ਵੀ ਉਹਦਾ ਧਿਆਨ ਪੈਸੇ ਕਮਾਉਣ 'ਤੇ ਜ਼ਿਆਦਾ ਹੁੰਦਾ, ਸ਼ੂਟ 'ਤੇ ਤਾਂ ਹੁੰਦਾ ਹੀ ਨਹੀਂ ਸਟੋਰੀ 'ਤੇ, ਹਾਂ ਵੀ ਉਹ ਫਿਰ ਕ੍ਰੀਏਟੀਵਿਟੀ ਖਤਮ ਹੀ ਹੋਣੀ ਆ ਜਦੋਂ ਉਹੀ ਵੀ ਜਾਂ ਤੁਸੀਂ ਪੈਸੇ ਦੇ ਲਓ, ਪੈਸੇ ਕਮਾ ਲਓ ਜਾਂ ਤੁਸੀਂ ਹੈ ਨਾ ਆਪਣਾ 100% ਦੇ ਦਿਓ। ਹਾਂ ਬਾਕੀ ਰਹੀ ਫਿਲਮ ਦੀ ਗੱਲ, ਫਿਲਮ ਚੱਲਣੀ ਨਾ ਚੱਲਣੀ ਬਾਅਦ ਦੀ ਗੱਲ ਆ, ਪਰ ਤੁਸੀਂ ਸਬਜੈਕਟ ਤਾਂ ਵਧੀਆ ਬਣਾਓ ਵੀ ਲੋਕ ਨੂੰ ਦੇਖ ਤਾਂ ਸਕਣ ਵੀ ਯਾਰ ਵੀ ਸੋਹਣੀ ਬਣਾਈ ਦੀ ਪਰ ਚੱਲੀ ਨਹੀਂ, ਉਹ ਤੁਹਾਡਾ ਲੱਕ ਆ। ਹਾਂ ਪਰ ਸਬਜੈਕਟ ਸੋਹਣਾ ਬਣਾਓ, ਪਰ ਉਹ ਫਿਰ ਸੋਹਣਾ ਉਦੋਂ ਹੀ ਬਣੂਗਾ ਜਦੋਂ ਤੁਸੀਂ ਆਪਣੇ ਕੰਮ ਲਈ ਇਮਾਨਦਾਰ ਹੋਵੋਗੇ। ਤੁਸੀਂ ਬੈਕ ਟੂ ਬੈਕ ਮੂਵੀਜ਼ ਕਰਦੇ ਹੋ ਹੈ ਨਾ, ਅਤੇ ਤੁਹਾਡੇ ਟਾਈਟਲ ਜਿਹੜੇ ਹੁੰਦੇ ਨੇ ਨਾ ਮੈਨੂੰ ਪਰਸਨਲੀ ਬਹੁਤ ਪਸੰਦ ਨੇ ਹੈ ਨਾ। ਤੁਸੀਂ ਕਿਹਾ ਕਿ ਕਿਤੇ ਵੀ ਆਈਡੀਆ ਆ ਜਾਂਦਾ, ਹਰ ਵਾਰ ਇੱਦਾਂ ਹੁੰਦਾ ਕਿ ਕਿਤੇ ਵੀ ਆਈਡੀਆ ਆ ਜਾਂਦਾ। ਨਹੀਂ ਟਾਈਟਲਾਂ ਦੀ ਸਹੀ ਹੈ ਤੁਹਾਡੀ, ਟਾਈਟਲਾਂ ਦੀ ਬਹੁਤ ਤਰੀਫ ਹੁੰਦੀ ਆ ਵਾਕਈ ਹੈ ਨਾ, ਅਤੇ ਪਤਾ ਨਹੀਂ ਕਿਉਂ ਉਹੀ ਆ ਵੀ ਜਦੋਂ ਮੈਂ ਸਟੋਰੀ ਲਿਖਦਾ ਵੀ ਟਾਈਟਲ ਵੀ ਆਪ ਹੀ ਆ ਜਾਂਦਾ ਹੈ ਨਾ ਦਿਮਾਗ ਦੇ ਵਿੱਚ, ਅਤੇ ਔਰ ਸਾਰੀ ਵਧੀਆ ਹੀ ਹੁੰਦਾ ਟਾਈਟਲ, ਅਤੇ ਪਤਾ ਨਹੀਂ ਕਿੱਥੋਂ ਆ, ਪਰ ਗੱਲ ਉਹੀ ਆ ਗਈ ਨਾ ਵੀ ਉਹ ਦਿਮਾਗ 'ਚ ਹੀ ਆਉਂਦਾ, ਜਿਹੜਾ ਆਉਂਦਾ ਉਹ ਸਾਰਿਆਂ ਨੂੰ ਪਸੰਦ ਆ ਰਿਹਾ ਟਾਈਟਲ, ਉਹ ਵਧੀਆ ਗੱਲ ਆ। ਪਰ ਇਹ ਵੀ ਇੱਦਾਂ ਹੀ ਆ ਜਾਂਦਾ ਵੀ ਆਹ ਟਾਈਟਲ ਰੱਖ ਲਓ, ਅਤੇ ਕਿਸਮਤ ਚੰਗੀ ਉਹ ਮਿਲ ਵੀ ਜਾਂਦਾ ਬਾਅਦ 'ਚ ਹੈ ਨਾ ਜਦੋਂ ਉਹਨੂੰ ਬਾਅਦ 'ਚ ਬਾਅਦ 'ਚ। ਮੇਰਾ ਨਾ ਇੱਕ ਪਿੱਛੇ ਜੇ ਮੈਂ ਇੱਕ ਟਾਈਟਲ ਹੁਣ ਦੱਸੂੰਗਾ ਨਹੀਂ, ਮੈਂ ਇੱਕ ਫਿਲਮ ਨਹੀਂ ਉਹ ਹਾਲੇ ਮਿਲਿਆ ਨਹੀਂ ਮੈਨੂੰ, ਅਤੇ ਮੈਂ ਉਹਨੂੰ ਫਿਲਮ ਲਿਖਤੀ ਅਤੇ ਮੈਂ ਸੋਚਿਆ ਵੀ ਆਹ ਟਾਈਟਲ ਆ, ਅਤੇ ਮੈਂ ਪ੍ਰੋਡਿਊਸਰ ਨੂੰ ਸੁਣਾ ਦੀ ਕਹਿੰਦਾ ਵੀ ਠੀਕ ਆ ਟਾਈਟਲ ਬਹੁਤ ਸੋਹਣਾ ਤਾਂ ਤੇਰਾ, ਅਤੇ ਮੈਂ ਜਦੋਂ ਰਜਿਸਟਰ ਕਰਾਇਆ ਉਹ ਕਹਿੰਦੇ ਵੀ ਤੁਹਾਡੇ ਕੋਲ ਨਹੀਂ ਹੈਗਾ ਵੀ ਇਹ ਕਿਸੇ ਆਹ ਪ੍ਰੋਡਕਸ਼ਨ ਹਾਊਸ ਕੋਲ ਆ, ਅਤੇ ਮੈਂ ਯਾਰ ਸੋਚਿਆ ਵੀ ਇਹ ਤਾਂ ਮੈਂ ਪ੍ਰੋਡਿਊਸਰ ਨੂੰ ਨਹੀਂ ਦੱਸਿਆ ਵੀ ਉਹ ਮਿਲਿਆ ਨਹੀਂ ਮੈਨੂੰ ਹੈ ਨਾ। ਚਲੋ ਉਹ ਚੱਲਦੀ ਗਈ ਅਤੇ ਮੈਂ ਹੁਣ ਉਹਦਾ ਸੋਚੀ ਜਾ ਰਿਹਾ ਇੱਕ ਸਾਲ ਤੋਂ ਵੀ ਟਾਈਟਲ ਕਿਆ ਰੱਖਾਂ। ਹੁਣ ਪਿੱਛੇ ਜੀ ਨਾ ਮੈਂ ਉਹੀ ਬਾਈ 10 ਕੁ ਦਿਨ ਪਹਿਲਾਂ ਮੈਂ ਕੋਈ ਟਾਈਟਲ ਰਜਿਸਟਰ ਕਰਵਾਇਆ, ਮੈਂ ਉਹੀ ਪੁੱਛ ਲਿਆ ਮੈਂ ਵੀ ਆਹ ਟਾਈਟਲ ਕਿੱਦਾਂ, ਅਤੇ ਉਹ ਕਹਿੰਦੇ ਵੀ ਇਹ ਫ੍ਰੀ ਆ, ਮੈਂ ਵੀ ਇਹ ਤਾਂ ਪ੍ਰੋਡਕਸ਼ਨ ਹਾਊਸ ਕੋਲ ਤੋਂ, ਕਹਿੰਦੇ ਵੀ ਇਹ ਰਿਨਿਊ ਨਹੀਂ ਕਰਵਾਇਆ ਉਹਨਾਂ ਨੇ ਵੀ ਉਹ ਹਾਲੇ ਉਹਨਾਂ ਤੋਂ ਨਿਕਲ ਗਿਆ, ਅਤੇ ਮੈਂ ਛੇਤੀ ਛੇਤੀ ਉਹਨੂੰ ਕਰਾ ਕੇ ਹੈ ਨਾ, ਅਤੇ ਉਹ ਫਿਰ ਮਿਲ ਗਿਆ ਮੈਨੂੰ। ਡਾਇਰੈਕਟਰਸ ਮੈਨੂੰ ਲੱਗਦਾ ਜਿਹੜੇ ਸਮਾਰਟ ਡਾਇਰੈਕਟਰਸ ਹੁੰਦੇ ਨੇ ਉਹ ਟਾਈਟਲ ਪਹਿਲੇ ਰਜਿਸਟਰ ਪਹਿਲੇ ਕਰਾਉਣਾ, ਪਰ ਦੇਖੋ ਹੈ ਨਾ ਵੀ ਉਹ ਕਿਤੇ ਨਾ ਕਿਤੇ ਮੇਰੀ ਸਟੋਰੀ 'ਤੇ ਬੜਾ ਫਿੱਟ ਆ ਟਾਈਟਲ, ਮੈਨੂੰ ਮਿਲ ਨਹੀਂ ਤਾ ਰਿਹਾ ਕੋਈ ਹੋਰ, ਮੇਰੇ ਕੋਲ ਆਪਸ਼ਨ ਆਈ ਨਹੀਂ ਹੈ ਨਾ ਇੱਕ ਸਾਲ ਤੋਂ ਟਾਈਟਲ ਦੀ, ਪਰ ਉਹ ਐਂਡ 'ਚ ਫਿਰ ਮੈਨੂੰ ਮਿਲ ਹੀ ਗਿਆ ਵੀ ਚਲੋ, ਅਤੇ ਮੈਨੂੰ ਲੱਗਿਆ ਵੀ ਯਾਰ ਮਤਲਬ ਮੈਂ ਉਸ ਚੀਜ਼ ਵੀ ਲੱਕ ਸਮਝਦਾ ਵੀ ਜੋ ਮੈਂ ਟਾਈਟਲ ਰੱਖਣਾ ਚਾਹੁੰਦਾ ਮੈਨੂੰ ਮਿਲ ਜਾਂਦਾ ਫਿਲਮ ਦਾ, ਅਤੇ ਉਹ ਮਿਲ ਗਿਆ ਅੱਜ ਮਿਲ ਗਿਆ। ਅਤੇ ਇੱਕ ਨਾ ਬਹੁਤ ਹੁੰਦਾ ਡਾਇਰੈਕਟਰਸ, ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਹੈ ਨਾ ਕਿ ਜਿਹੜੇ ਡਾਇਰੈਕਟਰਸ ਹੁੰਦੇ ਨੇ ਨਾ ਪੋਸਟਰ ਪਹਿਲਾਂ ਹੀ ਪਾ ਦਿੰਦੇ ਨੇ ਫਿਲਮ ਦਾ, ਉਹਦੇ ਪਿੱਛੇ ਕੀ ਰੀਜ਼ਨ ਹੁੰਦਾ ਕਿ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਪ੍ਰੋਡਿਊਸਰ ਜਾਂ ਕੋਈ ਫਾਈਨੈਂਸਰ ਮਿਲ ਜੂਗਾ, ਇਹ ਮੈਨੂੰ ਇਹ ਥੋਟ ਪ੍ਰੋਸੈਸ ਨਹੀਂ ਸਮਝ ਆਉਂਦਾ। ਦੇਖੋ ਦੋ ਆਪਸ਼ਨਾਂ ਹੁੰਦੀਆਂ, ਇੱਕ ਤਾਂ ਤੁਹਾਡੇ ਵਾਲੀ ਆਈ ਆ ਵੀ ਮੈਂ ਇੱਕ ਵਾਰ ਪੋਸਟਰ ਪਾ ਦਾਂ ਵੀ ਕੋਈ ਪ੍ਰੋਡਿਊਸਰ ਆਜੂਗਾ, ਇੱਕ ਆਪਸ਼ਨ ਹੋਰ ਹੁੰਦੀ ਆ ਜਿੱਦਾਂ ਮੈਂ ਆਪਣੀ ਦੱਸਣ ਲੱਗਿਆ ਤੁਹਾਨੂੰ, ਮੈਂ ਨਾ ਇੱਕ ਪਿੱਛੇ ਪੋਸਟਰ ਪਾਇਆ ਹੱਸਦੇ ਹੀ ਰਹਿੰਦੇ ਹਾਂ ਟਾਈਟਲ ਦਾ ਹੈ ਨਾ, ਅਤੇ ਮੈਂ ਜਦੋਂ ਹੁਣ ਉੱਥੇ ਹੈ ਨਾ ਵੀ ਆਪਾਂ ਇੰਪਾ ਦੇ ਵਿੱਚ ਕਾਲ ਕਰਦੇ ਹਾਂ ਨਾ, ਅਤੇ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਟਾਈਟਲ ਦੀ ਇਨਕੁਆਇਰੀ ਬਹੁਤ ਆ, ਅਤੇ ਇਨਕੁਆਇਰੀ ਬਹੁਤ ਆ, ਅਤੇ ਹੁਣ ਮੈਂ ਤੁਹਾਡੀ ਗੱਲ ਵੀ ਕਰਦਾ ਉਰੇ, ਤੁਹਾਡਾ ਇੱਕ ਟਾਈਟਲ ਆਇਆ ਬੱਲੇ ਉਹ ਚਲਾਕ ਸੱਜਣਾ, ਉਹ ਟਾਈਟਲ ਮੇਰੇ ਕੋਲ ਰਜਿਸਟਰਡ ਦਾ, ਪਰ ਉਹਨਾਂ ਨੇ ਲਾਤਾ ਕਦੇ ਆਵੇਂ ਕਦੇ ਜਾਵੇਂ ਕਿਸੇ ਹੋਰ ਨਾਲ ਬੱਲੇ ਚਲਾ, ਹੁਣ ਉਹ ਤਾਂ ਖਰਾਬ ਹੋ ਗਿਆ ਨਾ ਜਿਹੜਾ ਹੈਗਾ ਤਾਂ, ਅਤੇ ਇੱਦਾਂ ਹੀ ਆ ਹੁਣ ਜਿੱਦਾਂ ਹੁਣ ਮੈਂ ਅਨਾਊਂਸ ਕਰਦਾ ਵੀ ਹੱਸਦੇ ਹੀ ਰਹਿੰਦੇ ਆ, ਹੁਣ ਇਹ ਟਾਈਟਲ ਮੇਰੇ ਕੋਲ, ਹੁਣ ਇਹ ਕੱਲ ਨੂੰ ਕਿਸੇ ਨੇ ਅੱਗੇ ਪਿੱਛੇ ਲਾ ਕੇ ਅਨਾਊਂਸ ਕਰਦਾ ਹਾਂ ਹੱਸਦੇ ਹੀ ਰਹਿੰਦੇ ਹਾਂ, ਅਤੇ ਉਹ ਖਰਾਬ ਹੋ ਜਾਣਾ ਟਾਈਟਲ, ਅਤੇ ਮੈਨੂੰ ਜਦੋਂ ਪਤਾ ਲੱਗਿਆ ਕਹਿੰਦੇ ਵੀ ਤੁਹਾਡੇ ਨਾ ਟਾਈਟਲ ਦੀ ਇਨਕੁਆਇਰੀ ਬਹੁਤ ਆ ਰਹੀ ਹੈ ਵੀ ਕਿਸੇ ਨੇ ਰਜਿਸਟਰ ਕਰਾਉਣਾ, ਪੁੱਛਦਾ ਕਿਹਦੇ ਕੋਲ ਅਤੇ ਪਤਾ ਲੱਗਦਾ ਹੈ ਨਾ ਵੀ ਦਾਜ ਕੋਲ, ਅਤੇ ਫਿਰ ਉਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਯਾਰ ਅਨਾਊਂਸ ਕਰ ਦਈਏ ਵੀ ਕਿਤੇ ਖਰਾਬ ਨਾ ਹੋ ਜਾਵੇ, ਅਤੇ ਹੁਣ ਅੱਜ ਮੈਂ ਅਨਾਊਂਸ ਕਰਤਾ, ਹੁਣ ਉਹਨਾਂ ਨੂੰ ਪਤਾ ਵੀ ਯਾਰ ਤਾਜ ਨੇ ਇਹ ਟਾਈਟਲ ਅਨਾਊਂਸ ਕਰਿਆ ਵਾ, ਜੇ ਮੈਂ ਨਹੀਂ ਕਰਦਾ ਮਤਲਬ ਮੇਰੇ ਲਈ ਇਹ ਆ ਵੀ ਹਾਂ ਵੀ ਮੇਰੀ ਸਟੋਰੀ ਖਰਾਬ ਹੋ ਜਾਣੀ ਹੈ ਨਾ ਕਿ ਉਹ ਟਾਈਟਲ ਦੇ ਉੱਪਰ ਮੈਂ ਸਾਰਾ ਹੈ ਨਾ ਜੋ ਲਿਖਿਆ ਵਾ, ਮੈਨੂੰ ਜੋ ਟਾਈਟਲ ਨਾਲ ਮਿਲਿਆ ਮੇਰਾ ਤਾਂ ਸਾਰਾ ਕੁਛ ਹੀ ਉਹ
ਖਰਾਬ ਹੋ ਜਾਣਾ ਅਤੇ ਐਡਾ ਸੋਹਣਾ ਟਾਈਟਲ ਆ, ਤਾਂ ਕਰਕੇ ਤੇ ਇਹ ਵੀ ਹੁੰਦਾ ਵੀ ਪੋਸਟਰ ਪਾ ਦੋ ਯਾਰ, ਇੱਕ ਵਾਰ ਟਾਈਟਲ ਅਨਾਊਂਸ ਕਰ ਦੋ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਆਹ ਟਾਈਟਲ ਆ ਰਿਹਾ ਇਹਦੇ ਕੋਲ, ਮਤਲਬ ਹਾਂ ਇਹ ਹੈਗੇ ਜੈਨੂਇਨ ਬੰਦੇ, ਦੂਏ ਬੰਦੇ ਉਹੀ ਆ ਤੁਹਾਡੇ ਵਾਲੇ ਵੀ ਜਿਹੜੇ ਕਹਿੰਦੇ ਯਾਰ ਪੋਸਟਰ ਪਾਓ ਪ੍ਰੋਡਿਊਸਰ, ਫਿਰ ਆਪਾਂ ਲੱਭਦੇ ਹਾਂ, ਕਈ ਤਾਂ ਟ੍ਰੇਲਰ ਵੀ ਕੱਟ ਲੈਣੇ ਵੀ ਟ੍ਰੇਲਰ ਕੱਟੋ ਫਿਲਮ ਦਾ, ਪ੍ਰੋਡਿਊਸਰਾਂ ਨੇ ਆ ਜਾਣਾ ਉਹ ਫਿਰ ਟ੍ਰੇਲਰ ਹੀ ਰਹਿ ਜਾਣੇ ਉਹ। ਐਗਜ਼ੈਕਟਲੀ, ਐਜ਼ ਅ ਡਾਇਰੈਕਟਰ ਤੁਹਾਡਾ ਡ੍ਰੀਮ ਪ੍ਰੋਜੈਕਟ ਕਿਹੜਾ ਆ? ਡ੍ਰੀਮ ਮੇਰੀ ਇੱਕ ਫਿਲਮ ਆ ਪੀੜ ਤੇਰੇ ਜਾਣ ਦੀ, ਓਕੇ ਉਹ ਟਾਈਟਲ ਤੁਹਾਨੂੰ ਮੈਂ ਦੱਸਾਂ, ਉਹ ਬਹੁਤ ਸੋਹਣਾ ਟਾਈਟਲ, ਉਹ ਮੇਰਾ ਡ੍ਰੀਮ ਪ੍ਰੋਜੈਕਟ ਆ ਜਿਹੜਾ ਮੈਂ ਚਾਹੁੰਦਾ ਵੀ ਆ 2024 ਚ ਮੇਰਾ ਪੂਰਾ ਹੋ ਜਾਵੇ। ਚਲੋ ਆਈ ਵਿਸ਼ ਤੁਹਾਡਾ ਇਹ ਡ੍ਰੀਮ ਛੇਤੀ ਪੂਰਾ ਹੋਏ, 2024 ਚ ਹੀ ਫਿਰ ਪੂਰਾ ਹੋਏ। ਅਤੇ ਰਾਈਟਰ ਪਲੱਸ ਫਿਲਮ ਮੇਕਰ ਬਹੁਤ ਵਧੀਆ ਕੋਂਬੀਨੇਸ਼ਨ ਹੈ, ਅਤੇ ਤੁਸੀਂ ਰਾਈਟਰ ਵੀ ਹੋ ਅਤੇ ਡਾਇਰੈਕਟਰ ਵੀ ਹੋ, ਹੈ ਨਾ, ਤੀਜਾ ਰਹਿ ਗਿਆ ਡੀ ਓ ਪੀ, ਤੁਸੀਂ ਆਪਣਾ ਵਿਜ਼ਨ ਆਪਣੇ ਡੀ ਓ ਪੀ ਦੇ ਨਾਲ ਕਿਵੇਂ ਸ਼ੇਅਰ ਕਰਦੇ ਹੋ? ਦੇਖੋ ਹਾਂ, ਉਹ ਜਿੱਦਾਂ ਕੇ ਸੁਨੀਲ ਹੈਗਾ ਨਾ ਆਪਣਾ ਡੀ ਓ ਪੀ, ਦੇਖੋ ਜਿਹੜਾ ਡਾਇਰੈਕਟਰ ਹੁੰਦਾ ਨਾ ਉਹਨੂੰ ਕੈਪਟਨ ਆਫ ਦਾ ਸ਼ਿਪ ਕਿਹਾ ਜਾਂਦਾ, ਮਤਲਬ ਫਿਰ ਉਹਨੂੰ ਨਾ ਸਾਰੀਆਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਆ। ਅਤੇ ਮੇਰਾ ਇਹੀ ਹੁੰਦਾ ਵੀ ਤੋਂ ਮੈਨੂੰ ਐਡੀਟਿੰਗ ਦੀ ਵੀ ਨੌਲੇਜ ਆ, ਮੈਨੂੰ ਕੈਮਰੇ ਦੀ ਵੀ ਨੌਲੇਜ ਆ, ਹੈ ਨਾ। ਜੇ ਤੁਸੀਂ ਨੌਲੇਜ ਹੋਊਗੀ ਤਾਂ ਤੁਸੀਂ ਆਪਣੇ ਡੀ ਓ ਪੀ ਤੋਂ ਵੀ ਵਧੀਆ ਕੰਮ ਕਢਵਾ ਸਕਦੇ ਆ, ਤੁਸੀਂ ਆਪਣੇ ਐਡੀਟਰ ਤੋਂ ਵੀ, ਹੈ ਨਾ। ਉਹ ਚੀਜ਼ਾਂ ਬਹੁਤ ਮਤਲਬ ਮੈਨੇ ਰੱਖਦੀਆਂ, ਤੁਹਾਨੂੰ ਕੁਛ ਨਹੀਂ ਪਤਾ ਹੋਊਗਾ ਨਾ, ਤਾਂ ਫਿਰ ਡੀ ਓ ਪੀ ਨੂੰ ਵੀ ਪਤਾ ਹੋਊਗਾ ਵੀ ਡਾਇਰੈਕਟਰ ਨੂੰ ਉਹੀ ਤੁਹਾਡੇ ਲਈ ਗੱਲ ਵੀ ਐਕਸ਼ਨ ਹੀ ਕਰਨਾ ਕੱਟ ਕਰਨਾ, ਹੈ ਨਾ। ਅਤੇ ਉਹ ਕਿਤੇ ਨਾ ਕਿਤੇ ਫਿਰ ਮੈਨੂੰ ਲੱਗਦਾ ਵੀ ਫਿਰ ਉਹਨਾਂ ਦੇ ਹਿਸਾਬ ਨਾਲ ਫਿਲਮ ਬਣਦੀ ਆ, ਡਾਇਰੈਕਟਰ ਦੇ ਹਿਸਾਬ ਨਾਲ ਫਿਲਮ ਨਹੀਂ ਬਣਦੀ ਹੈਗੀ। ਹਾਂ, ਇਹ ਤੁਹਾਨੂੰ ਸਾਰੀ ਚੀਜ਼ ਦੀ ਜੇ ਨੌਲੇਜ ਆ ਫਿਰ ਫਿਲਮ ਹਮੇਸ਼ਾ ਤੁਹਾਡੇ ਹਿਸਾਬ ਨਾਲ ਬਣਦੀ ਆ, ਅਤੇ ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਯਾਰ ਇਹ ਬੰਦੇ ਨੂੰ ਨੌਲੇਜ ਆ, ਨੌਲੇਜ ਆ, ਅਤੇ ਇਹ ਹੋਣੀ ਜ਼ਰੂਰੀ ਆ, ਤਾਂ ਤੁਸੀਂ ਕੈਪਟਨ ਆਫ ਦਾ ਸ਼ਿਪ ਮੰਨੇ ਜਾਂਦੇ ਆ। ਜੇ ਤੁਸੀਂ ਐਕਸ਼ਨ ਕੱਟ ਹੀ ਕਰਨਾ ਫਿਰ ਤਾਂ ਭਰਾਵਾ ਬਸ ਪ੍ਰੋਡਿਊਸਰ ਲੱਭੋ, ਐਕਸ਼ਨ ਕੱਟ ਕਰੋ, ਹੋਰ ਕੁਛ ਨਹੀਂ ਹੈਗਾ। ਇਹ ਤਾਂ ਹੈ, ਜਦੋਂ ਆਪਾਂ ਇੱਕ ਪ੍ਰੋਜੈਕਟ ਕਰਦੇ ਹਾਂ ਅਤੇ ਉਹ ਵਧੀਆ ਨਹੀਂ ਚੱਲਦਾ, ਹੈ ਨਾ, ਬਾਅਦ 'ਚੋਂ ਕੀ ਹੁੰਦਾ, ਪ੍ਰੋਡਿਊਸਰ ਡਾਇਰੈਕਟਰ ਨੂੰ ਬਲੇਮ ਕਰਦੇ ਨੇ, ਡਾਇਰੈਕਟਰ ਪ੍ਰੋਡਿਊਸਰ ਨੂੰ ਕਰਦੇ ਨੇ, ਕਿਤੇ ਨਾ ਕਿਤੇ ਇੱਕ ਬਲੇਮ ਗੇਮ ਸਟਾਰਟ ਹੋ ਜਾਂਦਾ, ਹੈ ਨਾ। ਅਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਫਿਲਮ ਵਰਕ ਕਰਨ ਦੇ, ਫਿਲਮ ਜਿਹੜੀ ਵਰਕ ਨਹੀਂ ਕਰਦੀ ਉਹਦੇ ਪਿੱਛੇ ਕੀ ਕਾਰਨ ਹੁੰਦਾ? ਦੇਖੋ ਉਹ ਬਲੇਮ ਗੇਮ ਉਹ ਵੀ ਹੁਣ ਉਹੀ ਆ ਗਈ ਜਦੋਂ ਤੁਹਾਡਾ ਓਵਰ ਬਜਟ ਹੋਊਗਾ। ਹੁਣ ਅੱਜ ਤੁਸੀਂ ਪ੍ਰੋਡਿਊਸਰ ਦੀ 10 ਕਰੋੜ ਦੀ ਫਿਲਮ ਬਣਾਈ ਆ ਤੇ ਤੁਹਾਨੂੰ 1 ਆਇਆ, 9 ਘੱਟ ਆ, ਹੁਣ ਉਹ ਬਲੇਮ ਗੇਮ ਸ਼ੁਰੂ ਹੋਣੀ, ਉਹਨੇ ਕਹਿਣਾ ਤੂੰ ਮਾਰਤਾ, ਤੂੰ ਇੰਨਾ ਬਜਟ, ਤੁਹਾਨੂੰ ਪਹਿਲਾਂ ਨਹੀਂ ਤਾਂ ਪਤਾ, ਹੈ ਨਾ ਵੀ ਉਹ ਚੀਜ਼ ਆ। ਅਤੇ ਕੁਛ ਤਾਂ ਆਰਟਿਸਟ ਨੂੰ ਵੀ ਬਲੇਮ ਕਰ ਦਿੰਦੇ ਨੇ ਕਿ ਨਵੇਂ ਆਰਟਿਸਟ ਹੈ ਤਾਂ ਕਰਕੇ ਫਿਲਮ ਨਹੀਂ ਚੱਲੀ, ਜਾਂ ਇਹ ਆਰਟਿਸਟ ਨਹੀਂ ਚੱਲਦਾ ਤਾਂ ਕਰਕੇ ਫਿਲਮ ਨਹੀਂ ਚੱਲੀ। ਉਹ ਸਾਰਿਆਂ ਦੀ ਜਾਣਾ, ਜਦੋਂ ਨਹੀਂ ਚੱਲੀ ਫਿਰ ਸਾਰਿਆਂ ਦੇ, ਹੈ ਨਾ, ਵੀ ਹੁੰਦਾ। ਪਰ ਗੱਲ ਉਹੀ ਆ ਗਈ ਹੁਣ, ਮੇਰਾ ਉਹੀ ਆ ਗਈ ਫਿਰ ਪਹਿਲੇ ਵਾਲੀ ਗੱਲ ਵੀ, ਮੈਂ ਹਮੇਸ਼ਾ ਪ੍ਰੋਡਿਊਸਰ ਨੂੰ ਇਹੀ ਦੱਸ ਕੇ ਚੱਲਦਾ, ਭਾਅ ਜੀ ਸਿਨੇਮਾ ਛੱਡ ਦਿਓ, ਆਪਾਂ ਸਮਝ ਲਓ ਵੀ ਸਿਨੇਮੇ 'ਚੋਂ ਕੁਛ ਨਹੀਂ ਆਇਆ, ਉਹ ਤੇ ਬਾਅਦ ਆ ਜਾਓ ਵੀ ਆਹ ਬਜਟ ਆ ਇੰਨਾ ਇੰਨਾ ਵੀ ਆਹ ਕਰਕੇ, ਹੁਣ ਤੁਹਾਡਾ ਇੰਨਾ ਕੁ ਰਿਸਕ ਆ, ਜੇ ਲੰਨਿਆ ਫਿਰ ਆਪਾਂ ਸ਼ੁਰੂ ਕਰੀਏ, ਜੇ ਨਹੀਂ ਲੈਣਾ ਫਿਰ ਕੋਈ ਫਾਇਦਾ ਨਹੀਂ ਤੁਹਾਨੂੰ, ਹੈ ਨਾ, ਇੰਡਸਟਰੀ ਜਾਣ ਦਾ। ਪਰ ਚਲੋ ਇਹ ਵੀ ਹੈ ਨਾ, ਹਰ ਪ੍ਰੋਡਿਊਸਰ ਨੂੰ ਲਾਲਚ ਹੁੰਦਾ ਵੀ ਜਦੋਂ ਫਿਰ ਫਿਲਮ ਤੋਂ ਪੈਸੇ ਬਣਦੇ ਫਿਰ ਉਹ ਬਹੁਤ ਜ਼ਿਆਦਾ ਬਣਦਾ, ਅਤੇ ਉਹ ਚੱਕਰ 'ਚ ਸਾਰੇ ਆਉਂਦੇ, ਹੈ ਨਾ, ਵੀ ਉਹ ਕਿਤੇ ਨਾ ਕਿਤੇ ਉਹ ਵੀ ਹੈਗੀ। ਅਤੇ ਉਹ ਉਹਨੂੰ ਪਤਾ, ਜਿਹਨੂੰ ਪਤਾ ਵੀ ਮੇਰਾ ਇੰਨਾ ਲੋਸ ਹੋਣਾ, ਉਹ ਫਿਰ ਜਦੋਂ ਆਊਗਾ ਨਾ, ਉਹ ਬਾਅਦ 'ਚ ਵੀ ਬਲੇਮ ਗੇਮ ਨਹੀਂ ਸ਼ੁਰੂ ਹੁੰਦੀ, ਉਹਨੂੰ ਪਤਾ ਵੀ ਯਾਰ ਇਹ ਬੰਦੇ ਨੇ ਮੈਨੂੰ ਪਹਿਲਾਂ ਦੱਸਿਆ ਦੱਸਿਆ ਹੋਇਆ। ਅਤੇ ਮੈਂ ਹਮੇਸ਼ਾ ਜਦੋਂ ਸਬਜੈਕਟ ਸ਼ੁਰੂ ਕਰਦਾ, ਮੈਂ ਸਿਨੇਮੇ ਨੂੰ ਸਾਈਡ 'ਤੇ ਹੀ ਰੱਖ ਕੇ ਚੱਲਦਾ ਵੀ ਭਾਅ ਜੀ ਇਹ ਤਾਂ ਤੁਹਾਡੀ ਲੋਟਰੀ ਆ, ਜੇ ਜਿੰਨੇ ਵੀ ਆ ਗਏ ਆਪਣੇ ਕੋਲ ਆਏ, ਜਿਹੜਾ ਮਤਲਬ ਜੈਨੂਇਨ ਆਉਣਾ, ਜਿਹੜਾ ਤੁਹਾਡਾ ਘਟਣਾ ਨਹੀਂ। ਇਹੀ ਕਹਿ ਕੇ ਕਿ ਲੋਟਰੀ ਹੈ, ਇਹੀ ਕਹਿ ਕੇ ਸਭ ਨੂੰ ਫਿਲਮ ਸ਼ੁਰੂ ਕਰਨੀ ਚਾਹੀਦੀ ਹੈ, ਸਪੈਸ਼ਲੀ ਜਿਹੜੇ ਨਵੇਂ ਪ੍ਰੋਡਿਊਸਰਸ ਆਉਂਦੇ ਨੇ, ਹੈ ਨਾ, ਡਾਇਰੈਕਟਰ ਨੂੰ ਦੱਸਣਾ ਚਾਹੀਦਾ ਹੈ। ਹਾਂ ਵੀ ਜੇ ਤੁਸੀਂ ਪ੍ਰੋਫਿਟ ਦੇਖ ਕੇ ਆ ਨਾ, ਤਾਂ ਤੁਹਾਨੂੰ ਲੋਸ ਵੀ ਅਸੈਪਟ ਕਰਨਾ ਪੈਣਾ, ਅਤੇ ਲੋਸ ਜ਼ਿਆਦਾ ਹੈ, ਇਹ ਵੀ ਕਰਨਾ ਪੈਣਾ। ਹਾਂ ਜ਼ਿਆਦਾ ਵੀ, ਤੁਸੀਂ ਇਹ ਨਾ ਸੋਚੋ ਵੀ 100 'ਚੋਂ ਮੈਂ ਕਹਿੰਦਾ 80-90% ਫਿਲਮਾਂ ਫਲੋਪੀਆਂ, ਨਾ ਫੇਲੀਅਰ ਹੀ ਆ, ਅਤੇ 10% ਹਿੱਟ ਹੋਣੀ ਆ। ਪਰ ਉਹ ਉਹਨਾਂ ਨੂੰ ਸਮਝਣਾ ਚਾਹੀਦਾ, ਪਰ ਫਿਰ ਉਹਨਾਂ ਨੂੰ ਉਹ ਬਜਟ 'ਚ ਹੀ ਬਣਾਉਣੀ ਚਾਹੀਦੀ, ਜਿਹੜਾ ਉਹਨੂੰ ਲੱਗੇ ਵੀ ਯਾਰ ਅਸੀਂ ਇੰਨਾ ਕੁ ਤਾਂ ਝੱਲ ਸਕਦੇ ਹਾਂ। ਪਰ ਹੁਣ ਜੇ ਤੁਸੀਂ 10 ਦੀ ਬਣਾ ਕੇ 2 ਹੀ ਆਉਂਦਾ 8, ਉਹ ਕੋਈ ਨਹੀਂ ਚੱਲ ਪਾਉਂਦਾ, ਉਹ ਜ਼ਿਆਦਾ ਵੱਡਾ ਲੋਸ ਆ। ਇਹ ਤਾਂ ਹੈ। ਤੁਸੀਂ ਪੋਸਟਰ ਪਾਇਆ ਸੀ ਮੇਰੀ ਪਿਆਰੀ ਦਾਦੀ ਮਾਂ, ਅਤੇ ਮੈਨੂੰ ਬਹੁਤ ਹੀ ਯੂਨੀਕ ਅਤੇ ਬਹੁਤ ਫਰੈਸ਼ ਲੱਗਿਆ ਇਹ ਟੋਪਿਕ, ਹੈ ਨਾ, ਕੁਛ ਇੱਦਾਂ ਦਾ ਨਹੀਂ ਆਇਆ, ਥੋੜ੍ਹਾ ਜਿਹਾ ਦੱਸ ਸਕਦੇ ਹੋ ਉਸ ਪ੍ਰੋਜੈਕਟ ਬਾਰੇ? ਉਹ ਸਾਡੀ ਹੈ ਨਾ ਮਾਰਚ 'ਚ ਸ਼ੁਰੂ ਹੋ ਰਹੀ ਹੈ ਫਿਲਮ, ਨੈਕਸਟ ਮੰਥ, ਅਤੇ ਅਨੀਤਾ ਦੇਵਗਨ ਜੀ ਕਰ ਰਹੇ ਹੈ ਨਾ ਦਾਦੀ ਦਾ ਰੋਲ, ਅਤੇ ਪੋਤੇ ਦਾ ਕਰ ਰਿਹਾ ਮੇਰਾ ਬੇਟਾ ਸ਼ਬਦ, ਹਾਂਜੀ, ਹੈ ਨਾ, ਉਹ ਪਹਿਲੀ ਵਾਰ ਆ ਰਿਹਾ। ਅਤੇ ਦਾਦੀ ਪੋਤੇ ਦੀ ਨਾ
ਸਾਡੇ ਮਾਤਾ ਜਿਹੜੇ ਹੈ ਨਾ ਹੁਣ ਹੈ ਨਹੀਂ ਦੁਨੀਆਂ 'ਚ, ਮੇਰੇ ਮਾਤਾ ਦਾ ਨਾ ਮੇਰੇ ਬੇਟੇ ਨਾਲ ਬਹੁਤ ਪਿਆਰ ਤਾ, ਮਤਲਬ ਇੰਨਾ ਤਾਂ ਵੀ ਪਿੰਡ ਵਾਲੇ ਉਹਨਾਂ ਨੂੰ ਪਾਗਲ ਕਹਿੰਦੇ ਹੁੰਦੇ ਤੇ ਵੀ ਇਹ ਪਾਗਲ ਇਹਨੂੰ ਚੱਕ ਕੇ ਉਹ ਕਦੇ ਉੱਧਰ ਨੂੰ ਲੈ ਜਾਂਦੀ ਤੀ, ਕਦੇ ਹੁੰਦਾ ਨਾ ਵੀ ਇੰਨਾ ਮੋਹ ਹੁੰਦਾ ਤਾ ਉਹਨੂੰ ਹੈ ਨਾ ਵੀ ਤੂੰ ਹਟਦੀ ਉਹ ਨਹੀਂ। ਅਤੇ ਉਹ ਵੀ ਮੈਂ ਦੇਖਿਆ ਮਾਤਾ ਮੇਰੀ ਬਿਮਾਰ ਹੁੰਦੀ ਤੀ, ਉਹਨੇ ਢਿੱਡ 'ਤੇ ਹੈ ਨਾ ਉਹਨੇ ਝੂੰਟੇ ਨਹੀਂ ਦਿੰਦੇ ਹੁੰਦੇ ਲੱਤਾਂ ਨਾ, ਉਹ ਕਿਆ ਕਹਿੰਦੇ ਉਹਨਾਂ ਨੂੰ, ਅਤੇ ਉਹ ਮਾਤਾ ਮੇਰੀ ਬਿਮਾਰ ਵੀ ਆ ਪਰ ਉਹਨੇ ਸੌਣਾ ਮਾਤਾ ਕੋਲ ਆ ਝੂੰਟੇ ਲੈ ਕੇ, ਅਤੇ ਉਹਨੇ ਝੂੰਟੇ ਲੈ ਕੇ ਸੋਣਾ ਅਸੀਂ ਇਹਨੂੰ ਚੱਕ ਕੇ ਲੈ ਜਾਣਾ। ਉਹ ਨਾ ਉਹਦਾ ਜੋ ਮੈਂ ਮੋਹ ਦੇਖਿਆ ਦਾਦੀ ਪੋਤੇ ਦਾ, ਉਹ ਮੋਹ ਦੇ ਵਿੱਚ ਹੈ ਨਾ ਮੈਨੂੰ ਕਿਤੇ ਨਾ ਕਿਤੇ ਮੇਰੇ ਦਿਮਾਗ 'ਚ ਬੈਠਾ ਤਾ। ਅਤੇ ਪਿੱਛੇ ਅਸੀਂ ਨਾ 12ਵੀਂ ਫੇਲ ਫਿਲਮ ਦੇਖਣ ਗਏ, 12ਵੀਂ ਫੇਲ ਜਦੋਂ ਮੈਂ ਫਿਲਮ ਦੇਖੀ, ਦੇਖੀ ਤੁਸੀਂ? ਉਹਦੇ 'ਚ ਜਦੋਂ ਹੀਰੋ ਪੜ੍ਹਨ ਜਾਂਦਾ ਨਾ ਅਤੇ ਉਹਦੀ ਦਾਦੀ ਨਾ ਮਤਲਬ ਐਡੀ ਦਿਖਾਈ ਵੀ ਉਹ ਕਿਸੇ ਨੂੰ ਪੈਸੇ ਨਹੀਂ ਦਿੰਦੀ ਹੁੰਦੀ ਆਪਣੀ, ਉਹ ਜੇ ਉਹਨੂੰ ਆਉਂਦੀ ਆ ਪੈਨਸ਼ਨ ਉਹ ਸਾਂਭ ਕੇ ਰੱਖਦੀ ਹੁੰਦੀ ਆ, ਪਰ ਉਹ ਆਪਣੇ ਪੋਤੇ ਨੂੰ ਦਿੰਦੀ ਆ। ਉਹ ਕਹਿੰਦੀ ਲੈ ਤੂੰ ਚੱਲਿਆ ਹੁਣ ਵੀ ਤੂੰ ਇਹਨੂੰ ਲੈ ਜਾਓ, ਕਹਿੰਦਾ ਵੀ ਦਾਦੀ ਤੂੰ ਤਾਂ ਕਿਸੇ ਨੂੰ ਪੰਜੀ ਨਹੀਂ ਦਿੰਦੀ, ਉਹ ਕਹਿੰਦੀ ਨਹੀਂ ਤੂੰ ਮਤਲਬ ਪਿਆਰ ਦਿਖਾਉਂਦੀ ਹੈ ਨਾ। ਹੁਣ ਮੇਰਾ ਬੇਟਾ ਮੇਰੇ ਨਾਲ ਬੈਠਾ ਦੇਖ ਰਿਹਾ ਅਤੇ ਉਹ ਕਹਿੰਦਾ ਵੀ ਪਾਪਾ, ਮੈਂ ਕਿਹਾ ਹਾਂ, ਕਹਿੰਦਾ ਦਾਦੀ ਨੇ ਮਰ ਜਾਣਾ। ਮੈਂ ਵੀ ਤੈਨੂੰ ਕਿੱਦਾਂ ਪਤਾ, ਕਹਿੰਦਾ ਦੇਖਿਓ ਹੈ ਨਾ। ਅਤੇ ਉਹੀ ਹੋਇਆ ਜਦੋਂ ਪੜ੍ਹ ਕੇ ਆਇਆ ਦਾਦੀ ਮਰ ਜਾਂਦੀ ਆ ਉਹਦੀ ਹੈ ਨਾ ਫਿਲਮ ਦੇ ਵਿੱਚ, ਅਤੇ ਮੈਂ ਉਹਨੂੰ ਦੱਸਿਆ ਵੀ ਤੈਨੂੰ ਕਿੱਦਾਂ ਪਤਾ, ਉਹ ਕਹਿੰਦਾ ਵੀ ਦਾਦੀ ਮਰ ਜਾਂਦੀ ਹੁੰਦੀ ਆ ਹੈ ਨਾ। ਅਤੇ ਉਹ ਫਿਲਮ 'ਚ ਵੀ ਜਦੋਂ ਹੈ ਨਾ ਦਾਦੀ ਨਹੀਂ ਰਹਿੰਦੀ ਤਾਂ ਉਹ ਮਤਲਬ ਉਹ ਜੋ ਫਿਰ ਮੋਹ ਉਹ ਅਟੈਚਮੈਂਟ ਹੈ ਨਾ ਫਿਲਮ ਦੇ ਵਿੱਚ ਦਿਖਾਇਆ, ਉਹ ਬੜਾ ਪਿਆਰਾ ਸਬਜੈਕਟ। ਅਤੇ ਜਦੋਂ ਮੈਂ ਅਨੀਤਾ ਜੀ ਨੂੰ ਵੀ ਦੱਸਿਆ ਹੈ ਨਾ, ਅਤੇ ਉਹੀ ਗੱਲ ਵੀ ਦਾਦੀ ਪੋਤੇ 'ਤੇ ਅੱਜ ਤੱਕ ਕੁਛ ਨਹੀਂ ਆਇਆ, ਅਤੇ ਮਤਲਬ ਜੋ ਵੀ ਬਣੂਗੀ ਮੈਨੂੰ ਲੱਗਦਾ ਬਹੁਤ ਵਧੀਆ ਬਹੁਤ, ਮਤਲਬ ਦਾਦੀ ਪੋਤੇ ਦੀ ਮੈਂ ਆਪਣੇ ਘਰ 'ਚ ਦੇਖੀ ਆ ਹੈ ਨਾ, ਹਰ ਘਰ 'ਚ ਹੀ ਹੁੰਦੀ ਆ ਫਿਰ ਦਾਦੀ ਪੋਤੇ ਦਾ ਮੋਹ ਜੋ ਹੈਗਾ ਹੈ ਨਾ। ਬਸ ਮੈਂ ਕਹਿਣਾ ਵੀ ਹੁੰਦਾ ਵੀ ਜੋ ਮੈਂ ਦੇਖਦਾ ਮੈਂ ਉਹੀ ਲਿਖਦਾ ਹੈ ਨਾ, ਅਤੇ ਕਿਤੇ ਨਾ ਕਿਤੇ ਮੈਂ ਫਿਰ ਜੋ ਦੇਖਿਆ ਨਾ ਮੈਂ ਉਹੀ ਲਿਖਿਆ, ਪਰ ਵਾਕਈ ਵੀ ਇਹ ਬਹੁਤ ਪਿਆਰਾ ਸਬਜੈਕਟ ਆ ਇਹ। ਪੰਜਾਬੀ ਇੰਡਸਟਰੀ ਦੇ ਉਹ ਕਿਹੜੇ ਡਾਇਰੈਕਟਰ ਅਤੇ ਰਾਈਟਰ ਨੇ ਜਿਨ੍ਹਾਂ ਦਾ ਕੰਮ ਤੁਹਾਨੂੰ ਪਰਸਨਲੀ ਬਹੁਤ ਵਧੀਆ ਲੱਗਦਾ? ਦੇਖੋ ਪੰਜਾਬੀ ਦੇ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਸਾਰਿਆਂ ਦਾ ਆਪਣਾ ਆਪਣਾ ਸਟਾਈਲ ਆ ਹੈ ਨਾ ਵੀ, ਅਤੇ ਮੈਂ ਜਿਹਦਾ ਫੈਨ ਆ ਮੈਂ ਸੰਜੇ ਲੀਲਾ ਭੰਸਾਲੀ ਹੈ ਨਾ ਵੀ ਭੰਸਾਲੀ, ਉਹਨਾਂ ਨੂੰ ਮਤਲਬ ਮੈਂ ਉਹਨਾਂ ਦੀ ਹਰ ਮੂਵੀ ਦੇਖਦਾ, ਉਹਨਾਂ ਦੀ ਮੇਕਿੰਗ, ਉਹਨਾਂ ਦੀ ਮਤਲਬ ਕਮਾਲ ਆ ਹੁੰਦੇ ਹੈ ਨਾ ਸੰਜੇ ਸਾਹਿਬ, ਅਤੇ ਮੈਂ ਜੇ ਆਪਣਾ ਫੇਵਰੇਟ ਕੰਮ ਹੈ ਉਹੀ ਆ। ਅਤੇ ਪੰਜਾਬ ਦੇ ਸਾਰੀ ਮਤਲਬ ਪਸੰਦ ਆ ਜਿਹੜੇ ਵਧੀਆ ਫਿਲਮਾਂ ਬਣਾਉਂਦੇ ਆ, ਹੁਣ ਮੈਂ ਇੱਕ ਤਾਂ ਕੋਈ ਕਹੂੰਗਾ ਨਹੀਂ ਵੀ ਹਰ ਬੰਦੇ ਦਾ ਟੇਸਟ ਆ। ਹਾਂ ਅਤੇ ਜੀ 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 ਕੀ ਤੁਹਾਨੂੰ ਲੱਗਦਾ ਕਿ ਬਾਲੀਵੁੱਡ ਦੇ ਜਿਹੜੇ ਡਾਇਰੈਕਟਰ ਨੇ ਉਹ ਪੰਜਾਬੀ ਆਡੀਅੰਸ ਨੂੰ ਟਾਰਗੇਟ ਕਰਦੇ ਨੇ ਬਿਜ਼ਨਸ ਵਾਈਜ਼? ਜਿਵੇਂ ਸੰਦੀਪ ਰੈਡੀ ਵਾਂਗਾ ਨੇ ਐਨੀਮਲ ਬਣਾਈ ਹੈ ਨਾ, ਉਹਦੇ 'ਚ ਸੌਂਗ ਸੀ ਅਰਜਨ ਵੈਲੀ। ਰਾਜਕੁਮਾਰ ਹਿਰਾਨੀ ਨੇ ਜਦੋਂ ਡੰਕੀ ਬਣਾਈ, ਉਹਨਾਂ ਨੇ ਇਹ ਕਿਹਾ ਮੈਂ ਜਲੰਧਰ ਆਇਆ ਹੋਇਆ ਸੀ ਜਦੋਂ ਮੈਨੂੰ ਡੰਕੀ ਦਾ ਕੰਸੈਪਟ ਮਿਲਿਆ ਹੈ ਨਾ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੇ ਆਰ ਕੀਪਿੰਗ ਪੰਜਾਬੀ ਆਡੀਅੰਸ ਇਨ ਦੇਅਰ ਮਾਇੰਡ ਹੈ ਨਾ। ਅਤੇ ਸਾਡੇ ਕੋਲ ਤਾਂ ਡੀਪਰ ਨੌਲੇਜ ਵੀ ਹੈ ਅਤੇ ਰਿਸੋਰਸਿਸ ਵੀ ਨੇ, ਫਿਰ ਵੀ ਤੁਹਾਨੂੰ ਕੀ ਲੱਗਦਾ ਆਪਾਂ ਇੱਕ ਆਡੀਅੰਸ ਨੂੰ ਟਾਰਗੇਟ ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਜੇ ਆਪਾਂ ਟਾਰਗੇਟ, ਹੁਣ ਉਹੀ ਆਡੀਅੰਸ ਸਾਨੂੰ ਗਾਲਾਂ ਕੱਢਦੀ ਆ। ਹੁਣ ਮੈਂ ਐਨੀਮਲ ਬਣਾਵਾਂ ਤਾਂ ਆਡੀਅੰਸ ਦਾ ਮਤਲਬ ਘਰ ਪਹੁੰਚ ਜਾਣਾ ਮੇਰੇ ਵੀ, ਹਾਂ ਵੀ ਤੂੰ ਆ ਬੋਲਿਆ, ਹਾਂ ਦਿਖਾਇਆ ਗਿਆ, ਅਤੇ ਉਹਨਾਂ ਨੂੰ ਅਕਸੈਪਟ ਕਰਦੀ ਆ। ਹੁਣ ਐਨੀਮਲ ਬਣੀ, ਉਹਨੇ ਪੈਨ ਇੰਡੀਆ ਕਵਰ ਕਰਿਆ, ਉਹਨੇ ਫੈਮਿਲੀ ਕਿਹੜੀ ਦਿਖਾਈ? ਪੰਜਾਬੀ, ਪੰਜਾਬ ਐਗਜੈਕਟਲੀ ਹੈ ਨਾ। ਡਾਇਰੈਕਟਰ ਸਾਊਥ ਦਾ, ਸਾਊਥ ਦਾ ਹਾਂ, ਸਟਾਰ ਬਾਲੀਵੁੱਡ ਆ, ਉਹਨੇ ਤਾਂ ਸਾਰੇ ਹੀ ਕਵਰ ਕਰ ਲਿਆ ਹੈ ਨਾ। ਅਤੇ ਹੁਣ ਉਹੀ ਪੰਜਾਬੀ ਇੰਡਸਟਰੀ ਆ ਜਿਨ੍ਹਾਂ ਨੇ ਮਤਲਬ ਥੀਏਟਰ ਭਰੇ ਜਾ ਕੇ ਹੈ ਨਾ। ਜਦਕਿ ਮੈਨੂੰ ਬੜੀ ਪਸੰਦ ਆ ਉਹ ਫਿਲਮ, ਕਈਆਂ ਨੂੰ ਨਹੀਂ ਪਸੰਦ ਆਈ, ਪਰ ਉਹ ਮੈਂ ਡਾਇਰੈਕਟਰ ਦੀ ਫਿਲਮ ਮੰਨਦਾ, ਉਹ ਡਾਇਰੈਕਟਰ ਨੇ ਜੋ ਦਿਖਾਇਆ ਉਹ ਬਾ ਕਮਾਲ ਹੈ ਨਾ, ਉਹਨੇ ਆਪਣੇ ਦਿਮਾਗ ਨਾਲ ਸਾਰਿਆਂ ਨੂੰ ਚਲਾਇਆ। ਅਤੇ ਫਿਰ ਸਾਡੇ ਵਾਲੇ ਤਾਂ ਉਹੀ ਹੈ ਨਾ ਵੀ ਜੋ ਸਾਡੇ ਖੂਨ 'ਚ ਆ ਪੰਜਾਬੀਆਂ ਦੇ, ਉਹਨੇ ਉਹੀ ਕਰੈਕਟਰ ਦਿਖਾਇਆ ਇੱਕ। ਅਤੇ ਸੰਦੀਪ ਰੈਡੀ ਵਾਂਗਾ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਥੀਏਟਰ ਇਜ਼ ਨੋਟ ਦ ਟੈਂਪਲ ਆਫ ਲਰਨਿੰਗ ਹੈ ਨਾ, ਕਿ ਤੁਸੀਂ ਥੀਏਟਰ 'ਚ ਜਾ ਕੇ ਸਿੱਖ ਨਹੀਂ ਸਕਦੇ, ਅਸੀਂ ਫਿਲਮਾਂ ਤਾਂ ਨਹੀਂ ਬਣਾਉਂਦੇ ਕਿ ਤੁਸੀਂ ਉੱਥੇ ਆ ਕੇ ਕੁਝ ਸਿੱਖੋ, ਸਿੱਖਣ ਦੇ ਲਈ ਸਕੂਲਸ ਨੇ, ਕਾਲਜਿਸ ਨੇ ਹੈ ਨਾ। ਅਤੇ ਮੈਨੂੰ ਬਹੁਤ ਵਧੀਆ ਲੱਗੀ ਇਹ ਗੱਲ, ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ ਉੱਦਾਂ ਵੀ ਕੀ ਕਹਿੰਦੇ ਪ੍ਰੋਟੈਸਟ ਕੀਤਾ ਐਨੀਮਲ ਦੇ ਲਈ ਹੈ ਨਾ, ਕਿ ਵਾਇਲੈਂਸ ਦਿਖਾ ਰਿਹਾ ਜਾਂ ਯੂਥ ਨੂੰ ਵਿਗਾੜ ਰਿਹਾ ਹੈ ਨਾ।
ਤੇ ਮੈਨੂੰ ਲੱਗਿਆ ਕਿ ਇਹ ਚੀਜ਼ ਬਹੁਤ ਵਧੀਆ ਹੈ ਕਿ ਥੀਏਟਰ ਇਜ਼ ਨਾਟ ਦ ਟੈਂਪਲ ਆਫ ਲਰਨਿੰਗ। ਤੇ ਮੈਂ ਵੀ ਇਹੀ ਸੋਚਦਾ, ਮੈਂ ਪਿੱਛੇ ਇੱਕ ਇੰਟਰਵਿਊ 'ਚ ਗਿਆ, ਮਾਂ ਜੇ ਮੇਰੇ ਸਿੱਖਣਾ ਹੈ ਜਾਂ ਹੈ ਨਾ ਕੋਈ ਸਲਾਹ ਲੈ, ਗੁਰਦੁਆਰੇ ਜਾਓ, ਬਾਣੀ ਪੜ੍ਹੋ। ਜੇ ਤੁਸੀਂ ਕੋਈ ਸਿੱਖਣੀ ਚਾਹੁੰਦੇ ਹੋ ਕਿਸੇ ਦੇ, ਮਤਲਬ ਕਹਿੰਦੇ ਵੀ ਫਿਲਮ ਦੇਖ ਕੇ ਮੈਂ ਆਹ ਚੀਜ਼ ਆਪਣੇ 'ਚ, ਕਹਿੰਦੇ ਨੇ ਵੀ ਚੇਂਜ ਕਰੂੰਗਾ, ਤੇ ਮਤਲਬ ਸਭ ਤੋਂ ਵਧੀਆ ਚੀਜ਼ ਆ ਬਾਣੀ ਪੜ੍ਹੋ, ਕਿਤਾਬਾਂ ਪੜ੍ਹੋ ਚੰਗੀਆਂ, ਹੈ ਨਾ ਵੀ ਜੇ ਤੁਸੀਂ ਸਿੱਖਣਾ। ਫਿਲਮ ਹੈਗੀ ਐਂਟਰਟੇਨਮੈਂਟ, ਉੱਥੇ ਸਿਰਫ ਐਂਟਰਟੇਨਮੈਂਟ ਲਈ ਆ ਵੀ ਯਾਰ ਅਸੀਂ ਆਇਆ ਐਂਟਰਟੇਨਮੈਂਟ ਹੋਇਆ, ਬਸ ਗੱਲ ਖਤਮ। ਉੱਥੇ ਮੈਂ ਮਤਲਬ ਖੁਦ ਨਹੀਂ ਚਾਹੁੰਦਾ ਮੈਂ ਕਿਸੇ ਨੂੰ ਸਿਖਾ ਕੇ ਬਾਹਰ ਕੱਢਾਂ, ਨਾ ਮੈਨੂੰ ਐ ਵੀ ਯਾਰ ਇੱਕ ਮੈਂ ਸਬਜੈਕਟ ਬਣਾਇਆ ਲੋਕਾਂ ਨੂੰ ਐਂਟਰਟੇਨਮੈਂਟ ਕਰਿਆ, ਤੇ ਐਨੀਮਲ ਵਾਲੇ ਉਹਨੇ ਡਾਇਰੈਕਟਰ ਨੇ ਕਰੀ ਐਂਟਰਟੇਨਮੈਂਟ, ਉਹਨੇ ਕੁਛ ਨਹੀਂ ਸਿਖਾਇਆ, ਉਹਨੇ ਦੁਨੀਆ ਨੂੰ ਉਹ ਦਿਖਾਇਆ ਜਿਹੜਾ ਆਪਾਂ ਨੂੰ ਸਭ ਨੂੰ ਪਤਾ, ਪਰ ਅਸੀਂ ਦਿਖਾਉਂਦੇ ਨਹੀਂ ਹੈਗੇ, ਹੈ ਨਾ। ਤੇ ਉਹ ਚੀਜ਼ ਆ ਤਾਂ ਕਰਕੇ, ਪਰ ਉਹੀ ਆ ਨਾ ਵੀ ਹੁਣ ਸਾਡੇ ਪੰਜਾਬ ਨੇ ਇਹਨੂੰ ਪੂਰਾ ਪਿਆਰ ਦਿੱਤਾ ਫਿਲਮ, ਤੇ ਆਪਾਂ ਦੱਸੋ ਮੈਂ ਪਿੱਛੇ ਜੇ ਪੰਜਾਬ ਸਿੰਘ ਬਣਾਈ ਤੀ ਉਹਦੇ 'ਚ ਉਹਨੇ ਅਨੀਤਾ ਦੇਵਗਨ ਜੀ ਨੇ ਪਤਾ ਨਹੀਂ ਕਹਿਤਾ ਤਾ ਵੀ ਮੈਂ ਫੁੱਦੂ ਨਹੀਂ, ਤੇ ਉਹ ਫੁੱਦੂ ਸ਼ਬਦ ਨੂੰ ਲੈ ਕੇ ਇੰਨਾ ਕਲੇਸ਼ ਹੋਇਆ ਵੀ ਮੈਨੂੰ ਵੀ ਗਾਲਾਂ ਪਈਆਂ ਵੀ ਹਾਂ ਵੀ ਤੂੰ ਕਿੱਦਾਂ ਕਵਾ ਸਕਦਾ ਇੱਕ ਲੇਡੀ ਤੋਂ ਇਹ ਗੱਲ। ਤੇ ਉਹ ਚੀਜ਼ ਆ ਵੀ ਆਪਣੇ ਕੋਲ ਬਹੁਤ ਕੁਛ ਆ, ਹੁਣ ਜਿੱਦਾਂ ਆਪਣੇ ਤਾਂ ਮਤਲਬ ਧਰਮ 'ਚ ਹੀ ਬਹੁਤ ਕੁਛ ਆ, ਜੇ ਫਿਲਮਾਂ ਬਣ ਤੇ ਆਉਣ ਤਾਂ ਆਪਾਂ ਤਾਂ ਕਿੱਥੇ ਤੇ ਕਿੱਥੇ ਤੱਕ ਪਹੁੰਚਾ ਦੀ, ਹੈ ਨਾ। ਪਰ ਉਹ ਵੀ ਉਹ ਚੀਜ਼ ਸਾਡਾ ਕੋਈ ਸਾਥ ਨਹੀਂ ਦਿੰਦਾ ਹੈਗਾ, ਤਾਂ ਕਰਕੇ ਵੀ ਸਾਨੂੰ ਵੀ ਉਹ ਕਿਤੇ ਨਾ ਕਿਤੇ ਬੰਨ ਕੇ ਹੀ ਰਹਿਣਾ ਪੈਂਦਾ, ਰਾਈਟਰ ਦੇ ਹੱਥ ਬੰਨੇ ਹੁੰਦੇ ਵੀ ਯਾਰ ਨਹੀਂ ਵੀ ਉਹੀ ਲਿਖੀਏ ਵੀ ਬਸ ਜਿਹੜੇ ਫੈਮਿਲੀ ਆਉਣ ਦੇਖਣ, ਅਤੇ ਸਭ ਤੋਂ ਵਧੀਆ ਕੋਮੇਡੀ ਤਾਂ ਹੈਗਾ ਹੀ ਆ ਮੁੱਦਾ ਵੀ, ਬਸ ਇਹੀ ਬਣਾਈ ਚਲੋ। ਜਿੱਦਣ ਲੋਕ ਅਸੈਪਟ ਕਰਨ ਲੱਗ ਗਏ, ਹੈ ਨਾ, ਸਮਝਣ ਲੱਗ ਗਏ ਸਿਨੇਮੇ ਨੂੰ, ਤਾਂ ਹਾਂ ਆਪਣੇ ਤਾਂ ਫਿਰ ਬਹੁਤ ਵਧੀਆ ਸਬਜੈਕਟ ਆ ਆਪਣੇ ਕੋਲ, ਤਾਂ ਆਪਾਂ ਕੁਛ ਵੀ ਕਰ ਸਕਦੇ ਹਾਂ। ਜਿੱਦਾਂ ਸਾਊਥ ਦੀਆਂ ਮੂਵੀਜ਼ ਆਪਣੀ ਲੈਂਗੁਏਜ ਨੂੰ ਬਹੁਤ ਪਿਆਰ ਕਰਦੇ ਨੇ, ਹੈ ਨਾ, ਕਿ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਸਿਨੇਮਾ ਵੀ ਹਰ ਲੈਂਗੁਏਜ ਵਿੱਚ ਡਬ ਹੋ ਕੇ ਸਾਰੇ ਲੋਕਾਂ ਤੱਕ ਡਿਸਟ੍ਰੀਬਿਊਟ ਹੋਣਾ ਚਾਹੀਦਾ ਹੈ, ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜਾ ਪੰਜਾਬੀ ਕੰਟੈਂਟ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਾਈਕ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪੰਜਾਬੀ ਕੰਟੈਂਟ ਨੂੰ? ਦੇਖੋ ਪਹਿਲਾਂ ਤਾਂ ਆਪਾਂ ਆਪਣਾ ਕਲਚਰ ਭੁੱਲ ਗਏ ਸਿਨੇਮੇ 'ਚ। ਹੁਣ ਤੁਸੀਂ ਪੁਸ਼ਪਾ ਦੇਖ ਲਓ, ਇੱਕ ਓਰਿਜਨਲ ਕਰੈਕਟਰ, ਓਰਿਜਨਲ ਲੁੱਕ, ਤੰਤਾਰਾ ਦੇਖ ਲਓ ਓਰਿਜਨਲ ਲੁੱਕ, ਓਰਿਜਨਲ ਕੰਟੈਂਟ, ਹੈ ਨਾ। ਤੇ ਆਪਣੇ ਵਾਲੇ ਕਿਆ ਕਰਦੇ ਆ, ਆਪਣੇ ਵਾਲੇ ਬਾਹਰ ਚਲੇ ਜਾਂਦੇ ਆ। ਹੁਣ ਬਾਹਰ ਮਤਲਬ ਬਾਹਰ ਵਾਲੇ ਵੀ ਆਪਾਂ ਨੂੰ ਗਾਲਾਂ ਕਰਦੇ ਵੀ ਭਰਾਵਾ ਇੱਦਾਂ ਦੇ ਨਹੀਂ ਹੁੰਦੇ, ਜਿਹੜਾ ਆਪਾਂ ਉੱਥੇ ਜਾ ਕੇ ਜਲੂਸ ਕੱਢਦੇ ਹਾਂ ਆਪਣੇ ਕਰੈਕਟਰਾਂ ਦਾ, ਨਾ ਵੀ ਉੱਦਾਂ ਉੱਥੇ ਇੱਦਾਂ ਦਾ ਕੁਛ ਨਹੀਂ ਹੈਗਾ। ਤੇ ਬਾਹਰ ਵਾਲੇ ਮੁੱਲਾਂ ਦੀ ਉਹ ਵੀ ਕਹਿੰਦੇ ਵੀ ਅਸੀਂ ਪੰਜਾਬ ਦੇਖਣਾ ਚਾਹੁੰਦੇ ਹਾਂ, ਅਸੀਂ ਜੋ ਮਤਲਬ ਆਪਾਂ ਨਾ ਜੋ ਪੰਜਾਬ 'ਚ ਹੈ ਜੋ ਓਰਿਜਨਲ ਹੈ ਉਹਨੂੰ ਤਾਂ ਦਿਖਾਈ ਨਹੀਂ ਰਿਹਾ, ਹਾਂ ਗਰਾਊਂਡ ਰਿਐਲਿਟੀ ਦਾ ਦਿਖਾਈ ਨਹੀਂ, ਆਪਾਂ ਤਾਂ ਕੁਛ ਹੋਰ ਮੁੱਦਿਆਂ 'ਤੇ ਹੀ ਭੱਜੇ ਪਏ, ਹੈ ਨਾ। ਪਹਿਲਾਂ ਸਬਜੈਕਟ ਚਲੋ ਸਹੀ ਬਣਦੇ, ਹੁਣ ਉਹ ਮਤਲਬ ਜਿੱਦਾਂ ਹੁਣ ਪਾਕਿਸਤਾਨ ਡਰਾਮੇ ਚੱਲਦੇ ਆ, ਹੁਣ ਉਹ ਚੀਜ਼ ਨੂੰ ਬਹੁਤ ਲੈ ਕੇ ਆ ਗਏ ਆਪਾਂ ਫਿਲਮਾਂ 'ਚ, ਤਾਂ ਕਰਕੇ ਆਪਾਂ ਉਹ ਚੀਜ਼ 'ਤੇ ਨਹੀਂ, ਉਹ ਬੜੇ ਇਮਾਨਦਾਰ ਆ ਸਾਊਥ ਵਾਲੇ, ਉਹ ਆਪਣੇ ਸਬਜੈਕਟ ਲਈ, ਉਹ ਆਪਣੇ ਕਲਚਰ ਲਈ, ਹੈ ਨਾ, ਅਤੇ ਆਪਣੇ ਕਰੈਕਟਰ ਲਈ। ਤੁਸੀਂ ਦੱਸੋ ਪੁਸ਼ਪਾਲਾ ਕਰੈਕਟਰ ਅੱਜ ਤੱਕ ਕੋਈ ਦੇਖਿਆ ਹੋਵੇ? ਮੈਂ ਇੱਕ ਕਰੈਕਟਰ ਮੰਨਦਾ ਆਪਣਾ ਬਾਈ ਜਿਹੜਾ ਪ੍ਰਿੰਸ ਕਮਲਜੀਤ ਬਾਈ ਆ, ਹੈ ਨਾ, ਉਹ ਬਹੁਤ ਸੋਹਣਾ ਕਰੈਕਟਰ ਲੱਗਦਾ ਮੈਨੂੰ ਬਾਈ, ਹੈ ਨਾ, ਵੀ ਉਹ ਢਲਦਾ ਉਹ ਕਰੈਕਟਰ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਓਰਿਜਨਲ ਕਰੈਕਟਰ ਆ ਪਿੰਡਾਂ ਦਾ, ਸਾਡੇ ਪੰਜਾਬ ਦਾ, ਜਿਹਨੂੰ ਲੋਕ ਦੇਖਣਾ ਚਾਹੁੰਦੇ ਆ, ਹੈ ਨਾ, ਵੀ ਬਾਈ ਮੈਨੂੰ ਉੱਦਾਂ ਦਾ ਦਿਖਦਾ ਮੈਨੂੰ ਹੋਰ ਨਹੀਂ ਅੱਜ ਤੱਕ ਕੋਈ ਦੇਖਿਆ। ਵੀ ਜਿੱਦਾਂ ਵੀ ਪੰਜਾਬ ਦੇ ਲੋਕ ਹੁੰਦੇ ਆ, ਤੁਸੀਂ ਹੀਰੋ ਦੇਖ ਲਓ, ਉਹਨਾਂ ਨੂੰ ਦਿਖਾਇਆ ਪਿੰਡ ਦਾ ਹੁੰਦਾ, ਪਰ ਉਹਦਾ ਹੇਅਰ ਸਟਾਈਲ, ਉਹਦੀ ਦਾੜੀ ਆਪਾਂ ਇੱਦਾਂ ਦੀ ਰੱਖੀ ਹੁੰਦੀ, ਵੀ ਉਹ ਲੱਗਦੇ ਨਹੀਂ ਵੀ ਯਾਰ ਇਹ ਪਿੰਡ ਦਾ ਮੁੰਡਾ ਹੋਊਗਾ, ਸਿੰਪਲ, ਤਾਂ ਕਰਕੇ ਉਹ ਸਾਡੀ ਉਹ ਕਮੀ ਆ, ਜਿੱਦਣ ਅਸੀਂ ਓਰਿਜਨਲ ਕੁਛ ਦਿਖਾਉਣ ਲੱਗ ਜੂਗੇ ਲੋਕ ਦੇਖਣਾ ਚਾਹੁੰਦੇ ਆ ਆਪਾਂ, ਪਰ ਆਪਾਂ ਪਤਾ ਨਹੀਂ, ਹਾਂ ਜਦ ਹੁਣ ਬਾਹਰ ਵਾਲੀ ਗੱਲ ਹੋਈ ਹੈਗੀ ਸਬਸਿਡੀ 'ਤੇ ਵੀ ਬਹੁਤ ਸਾਰੇ ਚੱਕਰ ਆ, ਤਾਂ ਕਰਕੇ ਹੁਣ ਪਿੱਛੇ ਜੇ ਉਹ ਆਈ ਆਪਣੀ ਮਸਤਾਨੇ ਆਈ, ਉਹ ਚੱਲੀ, ਉਹ ਵੀ ਉਹ ਜੋ ਦਿਖਾਇਆ ਗਿਆ, ਹੈ ਨਾ, ਆਪਣੇ ਬਾਰੇ, ਤਾਂ ਕਰਕੇ ਦਿਖਾਓ। ਮੈਂ ਤਾਂ ਕਹਿੰਦਾ ਓਰਿਜਨਲ ਜਿੰਨਾ ਬਣਾਓਗੇ ਉਹਨਾਂ ਲੋਕ ਪਸੰਦ ਵੀ ਕਰੋਗੇ, ਪਰ ਗੱਲ ਉਹੀ ਆ ਗਈ ਫੇਰ ਸਟਾਰ 'ਤੇ, ਉਹ ਓਰਿਜਨਲ ਕਰੈਕਟਰ 'ਚ ਆਉਣ ਨੂੰ ਉਹਨਾਂ ਨੂੰ ਟਾਈਮ ਲੱਗਣਾ, ਉਹਨਾਂ ਨੂੰ 6 ਮਹੀਨੇ ਦਾੜੀ ਵੀ ਰੱਖਣੀ ਪੈਣੀ ਆ, ਵਾਲ ਵੀ ਹੁੰਦੇ, ਪਰ ਉਹ ਨਹੀਂ ਕਰਦੇ, ਨਹੀਂ ਕਰਦੇ, ਹਾਂ। ਅਤੇ ਬਾਕੀ ਵੱਡੇ ਪ੍ਰੋਡਕਸ਼ਨ ਹਾਊਸ, ਮੈਂ ਤਾਂ ਕਹਿੰਦਾ ਵੀ ਜਿੰਨੇ ਵੱਡੇ ਪ੍ਰੋਡਕਸ਼ਨ ਹਾਊਸ ਆ ਉਹਨਾਂ ਨੂੰ ਇਹ ਪਹਿਲਾ ਸਟੈਪ ਚੱਕਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਟਾਈਮ ਵੀ ਆ, ਉਹਨਾਂ ਕੋਲ ਪੈਸਾ ਵੀ ਆ। ਹੁਣ ਸਾਡਾ ਜਿਹੜਾ ਸਾਡਾ ਸਟਰਗਲ ਬੰਦਾ ਅਸੀਂ ਨਹੀਂ ਚੱਕ ਸਕਦੇ, ਸਾਨੂੰ ਤਾਂ ਹੁੰਦਾ ਵੀ ਯਾਰ ਚਲੋ ਮਸੋਂ ਇੱਕ, ਹੈ ਨਾ, ਵੱਡਾ ਸਟਾਰ ਮਿਲਿਆ ਵੀ ਇਹਨੂੰ ਬਣਾਈਏ ਅਤੇ ਛੇਤੀ ਨਹੀਂ ਮਿਲੀਏ, ਅਤੇ ਪ੍ਰੋਡਕਸ਼ਨ ਹਾਊਸ ਚਲੋ ਲੱਗੇ ਹੁਣ ਸਾਰੇ, ਹੈ ਨਾ, ਉਹ 'ਤੇ ਤਾਂ ਵਧੀਆ ਗੱਲ ਆ। ਇਹ ਤਾਂ ਹੈ। ਹੁਣ ਆਪਾਂ ਇੱਕ ਛੋਟਾ ਜਿਹਾ ਰੈਪਿਡ ਫਾਇਰ ਕਰਾਂਗੇ, ਹੈ ਨਾ, ਅਤੇ ਤੁਸੀਂ ਆਨਸਰ ਕਰਨਾ, ਵਾਟ ਇਜ਼ ਮੋਰ ਚੈਲੇਂਜਿੰਗ, ਫਿਲਮ ਮੇਕਿੰਗ ਔਰ ਸਕ੍ਰਿਪਟ ਰਾਈਟਿੰਗ?
ਸਕ੍ਰਿਪਟ ਰਾਈਟਿੰਗ ਮਤਲਬ ਹਾਂ ਇਹ ਬਹੁਤ ਹਾਂ ਇਹ ਬਹੁਤ ਟਫ ਆ ਕਿਉਂਕਿ ਮੇਕਿੰਗ ਤਾਂ ਚਲੋ ਪਤਾ ਮੈਂ ਕਹਿੰਦਾ ਵੀ ਕਹਿੰਦੇ ਨਹੀਂ ਹੁੰਦਾ ਵੀ ਬੀਜ ਪੁੰਗਰਨਾ ਪਹਿਲਾਂ ਹੈ ਨਾ ਉਹਦੇ 'ਚੋਂ ਨਿਕਲਦਾ ਗਿਆ ਇਹ ਸਭ ਤੋਂ ਔਖਾ ਵੀ ਉਰੇ ਆਪਾਂ ਚਲੋ ਡਾਇਰੈਕਟਰ 'ਤੇ ਲੇ ਤਾਂ ਆਉਂਦੇ ਹਾਂ ਪਰ ਰਾਈਟਰ ਦੇ ਹੱਥ 'ਚ ਜੋ ਰਾਈਟਰ ਨੇ ਉਹ ਲਿਖਣ ਵੇਲੇ ਜੋ ਹੰਢਾਇਆ ਹੁੰਦਾ ਜਾਂ ਜੋ ਸੋਚਿਆ ਹੁੰਦਾ ਉਹ ਬਹੁਤ ਉਹਦੀ ਮਿਹਨਤ ਆ ਆਪਾਂ ਨੂੰ ਤਾਂ ਇੱਕ ਚੀਜ਼ ਬਣ ਕੇ ਆ ਜਾਂਦੀ ਹੈ ਡਾਇਰੈਕਟਰ ਨੂੰ ਤਾਂ ਹੈ ਨਾ ਉਹਨੇ ਉਹਨੂੰ ਬਸ ਹੁਣ ਡਿਜ਼ਾਇਨ ਕਰਨਾ ਆਪਣੇ ਹਿਸਾਬ ਨਾਲ ਹੀ ਮੈਂ ਇਹਨੂੰ ਹੋਰ ਕਿੱਦਾਂ ਵਧੀਆ ਡਿਜ਼ਾਇਨ ਕਰ ਸਕਦਾ ਪਰ ਜਿਹਨੇ ਲਿਖੀ ਆ ਉਹ ਉਹਦੇ ਉੱਪਰ ਬਹੁਤ ਗੁਜ਼ਰਦੀ ਆ ਹੈ ਨਾ ਵੀ ਉਹ ਕਿੱਦਾਂ ਲਿਖਦਾ ਕਿਵੇਂ ਲਿਖਦਾ ਤੇ ਤੁਸੀਂ ਤਾਂ ਦੋਨਾਂ ਚੀਜ਼ਾਂ ਫੇਸ ਕਰਦੇ ਹੋ ਪਰ ਮੈਨੂੰ ਤਾਂ ਚਲੋ ਚੀਜ਼ ਸੌਖੀ ਹੋਈ ਵੀ ਹੈ ਨਾ ਵੀ ਮੈਨੂੰ ਲਿਖਣ ਦਾ ਹੈਗਾ ਤਾਂ ਹਾਂ ਮੈਂ ਉਹ ਚੀਜ਼ ਨੂੰ ਸਮਝ ਲੈਣਾ ਐਜ਼ ਏ ਡਾਇਰੈਕਟਰ ਵੀ ਹਾਂ ਕਈ ਵਾਰ ਰਾਈਟਰ ਲਿਖਦਾ ਡਾਇਰੈਕਟਰ ਉਹ ਚੀਜ਼ ਸਮਝ ਨਹੀਂ ਪਾਉਂਦਾ ਉਹਨੂੰ ਵਧੀਆ ਵੀ ਬਣਾ ਸਕਦਾ ਉਹਨੂੰ ਮਾੜੀ ਵੀ ਬਣਾ ਸਕਦਾ ਇਹ ਤਾਂ ਹੈ ਤੇ ਮਾੜੀ ਬਣ ਗਈ ਫਿਰ ਤਾਂ ਉਹਨਾਂ ਦੀ ਲੜਾਈ ਹੁੰਦੀ ਹੈ ਸੈੱਟ ਦੇ ਵਿਆਹ ਕਿਆ ਹੋਈ ਜਾਂਦਾ ਪਿੱਛੇ ਜਿਹੇ ਖੜਦੇ ਹੁਣ ਮੈਨੂੰ ਗੱਲ ਯਾਦ ਆ ਗਈ ਨਾਂ ਨਹੀਂ ਲਊਂਗਾ ਮੈਂ ਕੋਈ ਵੱਡਾ ਸਟਾਰ ਤਾਂ ਤੇ ਵੱਡਾ ਰਾਈਟਰ ਤਾਂ ਤੇ ਡਾਇਰੈਕਟਰ ਹੈਗਾ ਤਾਂ ਨਵਾਂ ਹੈ ਨਾ ਵਿਚਾਰਾ ਵਧੀਆ ਮਿੱਤਰ ਹੁਣ ਉਹਦੀ ਡਾਇਰੈਕਟਰ ਦੀ ਅਤੇ ਰਾਈਟਰ ਦੀ ਨਹੀਂ ਬਣੀ ਹੁਣ ਸੀਨ ਚੱਲ ਰਿਹਾ ਹੀਰੋ ਨੇ ਕਹਿਤਾ ਵੀ ਰਾਈਟਰ ਨੇ ਕਹਿਤਾ ਓਕੇ ਹੁਣ ਡਾਇਰੈਕਟਰ ਨੂੰ ਲੱਗਿਆ ਵੀ ਇਹਨੇ ਓਕੇ ਕਿਉਂ ਗਿਆ ਕੱਟ ਵਨ ਮੋਰ ਓਕੇ ਉਹ ਕਹਿੰਦਾ ਵੀ ਭਾਅ ਜੀ ਵਨ ਮੋਰ ਕਿਉਂਕਿ ਇਹ ਤਾਂ ਸਹੀ ਲੱਗਿਆ ਮੈਨੂੰ ਉਹ ਕਹਿੰਦਾ ਵੀ ਮੈਨੂੰ ਸਹੀ ਨਹੀਂ ਲੱਗਿਆ ਹੈ ਨਾ ਵੀ ਜਦੋਂ ਬੌਂਡਿੰਗ ਨਹੀਂ ਬਣਦੀ ਨਹੀਂ ਤਾਂ ਫਿਰ ਮਤਲਬ ਇਹ ਬੜਾ ਚੱਲਦਾ ਫਿਰ ਹਾਂ ਹੈ ਨਾ ਫਿਰ ਰਾਈਟਰ ਉਹ ਬੜਾ ਚੱਲਿਆ ਮੈਨੂੰ ਅੱਜ ਤੱਕ ਕਿੱਸਾ ਯਾਦ ਆ ਉਹ ਤੁਹਾਡਾ ਫੇਵਰਿਟ ਸਿੰਗਰ ਫਾਰ ਪੰਜਾਬੀ ਮੂਵੀਜ਼ ਬੱਬੂ ਮਾਨ ਸਾਹਿਬ ਮੈਂ ਮਾਨ ਸਾਹਿਬ ਨੂੰ ਬਹੁਤ ਸੁਣਿਆ ਹੈ ਨਾ ਅਤੇ ਹੁਣ ਵੀ ਸੁਣਦਾ ਅਤੇ ਉਹ ਹੁੰਦੇ ਨਹੀਂ ਸਦਾ ਵਾਰ ਵੀ ਸਕੂਨ ਜਿਹਾ ਆਉਂਦਾ ਜਿਹਨਾਂ ਨੂੰ ਸੁਣ ਕੇ ਹੈ ਨਾ ਵੀ ਬੱਬੂ ਮਾਨ ਸਾਹਿਬ ਮੈਂ ਉਹਨਾਂ ਓਕੇ ਫੇਵਰੇਟ ਪੰਜਾਬੀ ਹੀਰੋ ਜਿਹੜਾ ਸਿੰਗਰ ਨਾ ਹੋਏ ਜਿਹੜਾ ਸਿੰਗਰ ਨਾ ਹੋਏ ਆਹ ਮੈਂ ਹੁਣੀ ਦੱਸ ਕੇ ਤੁਹਾਡਾ ਤੁਹਾਨੂੰ ਪ੍ਰਿੰਸ ਬਾਈ ਅੱਛਾ ਹਾਂ ਵੀ ਉਹ ਬਹੁਤ ਨੈਚੁਰਲ ਹਾਂ ਵੈਰੀ ਨੈਚੁਰਲ ਜੀ ਜੀ ਯੂਅਰ ਆਲ ਟਾਈਮ ਫੇਵਰੇਟ ਪੰਜਾਬੀ ਮੂਵੀ ਆਲ ਟਾਈਮ ਫੇਵਰੇਟ ਪੰਜਾਬੀ ਮੂਵੀ ਜਿਹਨੂੰ ਮੈਂ ਕਦੇ ਵੀ ਦੇਖ ਸਕਦਾ ਹੈ ਨਾ ਇਹ ਹੁਣ ਆਪਸ਼ਨ ਔਖੀ ਹੈ ਮੇਰੇ ਕੋਲ ਮੈਂ ਕਿਹੜੀ ਦੇਖਦਾ ਹੁੰਦਾ ਜ਼ਿਆਦਾ ਲਾ ਕੇ ਦੇਖੀਆਂ ਸਾਰੀਆਂ ਹੀ ਹਾਂ ਮੈਂ ਪਰ ਹੁਣ ਉਹ ਹੀ ਨਹੀਂ ਮੈਨੂੰ ਜਿਹਨੂੰ ਮੈਂ ਦੋ ਤਿੰਨ ਵਾਰ ਹਾਂ ਅੰਗਰੇਜ਼ ਸੱਚ ਅੰਗਰੇਜ਼ ਹਾਂ ਉਹਨੂੰ ਮੈਂ ਤਿੰਨ ਚਾਰ ਵਾਰ ਦੇਖ ਲਿਆ ਜਦੋਂ ਤੁਸੀਂ ਚਾਰ ਪੰਜ ਵਾਰ ਕਿਸੇ ਮੂਵੀ ਨੂੰ ਦੇਖ ਲੈਣਾ ਤਾਂ ਇਹਦਾ ਮਤਲਬ ਉਹ ਵਧੀਆ ਅਤੇ ਇੱਕ ਅੰਗਰੇਜ਼ ਪਹਿਲੀ ਮੂਵੀ ਇਹੋ ਜਿਹੀ ਹੈ ਜਿਹੜੀ ਮੈਂ ਥੀਏਟਰ 'ਚ ਵੀ ਦੋ ਵਾਰ ਦੇਖੀ ਜਾ ਕੇ ਅਤੇ ਉਹਦੇ ਮਤਲਬ ਬਾਅਦ ਯੂਟਿਊਬ 'ਤੇ ਵੀ ਉਹਨੂੰ ਮੈਂ ਦੇਖ ਪਾਇਆ ਹਾਂ ਵੀ ਉਹ ਹੈ ਅੰਗਰੇਜ਼ ਨੂੰ ਮੈਂ ਕਹਿ ਸਕਦਾ ਅਤੇ ਜੇ ਤੁਸੀਂ ਰਾਈਟਰ ਨਹੀਂ ਹੁੰਦੇ ਡਾਇਰੈਕਟਰ ਨਹੀਂ ਹੁੰਦੇ ਅਤੇ ਮੈਂ ਇਹ ਵੀ ਇਨਕਲੂਡ ਕਰੂੰਗੀ ਡੈਂਟਿਸਟ ਨਹੀਂ ਹੁੰਦੇ ਫਿਰ ਕੀ ਹੁੰਦੇ ਫਿਰ ਮੈਂ ਸ਼ਾਇਦ ਮਤਲਬ ਫੌਜੀ ਹੁੰਦਾ ਆਰਮੀ 'ਚ ਆਰਮੀ 'ਚ ਹਾਂ ਕਿਉਂਕਿ ਮੇਰੇ ਘਰਦਿਆਂ ਨੇ ਬਹੁਤ ਜ਼ੋਰ ਲਾਇਆ ਵੀ ਚੱਲ ਉੱਥੇ ਭਰਤੀ ਆ ਜਾ ਕੇ ਆ ਜਾ ਕੇ ਆ ਬਸ ਕਿਸਮਤ ਚੰਗੀ ਦੀ ਮੈਂ ਹੈ ਨਾ ਮੈਂ ਚਲੇ ਵੀ ਜਾਣਾ ਤਾਂ ਪਿੱਛੇ ਮੈਂ ਦੱਸਦਾ ਤੁਹਾਨੂੰ ਉੱਥੇ ਨਾ ਡੈਂਟਿਸਟ ਦਾ ਜਦੋਂ ਮੈਂ ਕੋਰਸ ਕਰਿਆ ਸਾਡੇ ਮਾਮਾ ਜੀ ਦੇ ਉਹਨਾਂ ਦੇ ਕੋਈ ਲਿੰਕ 'ਚ ਹੈਗੇ ਤੇ ਆਰਮੀ 'ਚੋਂ ਕਹਿੰਦਾ ਵੀ ਤੂੰ ਨਾ ਆਹ ਕੋਰਸ ਕਰ ਲਾ ਵੀ ਤੇਰਾ ਮੈਂ ਆਰਮੀ 'ਚ ਕਰਵਾ ਦੂੰਗਾ ਚਲੋ ਮੈਂ ਮੇਰਾ ਕੋਰਸ ਹੋ ਗਿਆ ਡੈਂਟਿਸਟ ਦਾ ਅਤੇ ਮੈਂ ਜਦੋਂ ਆਰਮੀ ਲਈ ਹੈ ਨਾ ਭਰਨੇ ਦੇ ਫੋਰਮ ਫੂਮ ਅਤੇ ਉਹ ਕਹਿੰਦੇ ਲੇਟ ਹੋ ਗਏ ਸਾਲ ਕੁ ਕਹਿੰਦੇ ਵੀ ਯਾਰ ਵੀ ਅਗਲੇ ਸਾਲ ਭਰ ਲਈ ਤੂੰ ਕਰਦੇ ਕਹਿੰਦੇ ਹੁਣ ਕਿਆ ਕਰੂੰਗਾ ਸਾਲ ਮੈਂ ਯਾਰ ਆਪਾਂ ਆਪਣੀ ਕਲੀਨਿੰਗ ਖੋਲ੍ਹ ਲੈਂਦੇ ਹਾਂ ਵੀ ਇਹਨੇ ਪ੍ਰੈਕਟਿਸ ਕਰਕੇ ਦੇਖ ਲੈਂਦੇ ਹਾਂ ਅਤੇ ਮੈਂ ਜਦੋਂ ਪ੍ਰੈਕਟਿਸ ਸ਼ੁਰੂ ਕਰੀ ਅਤੇ ਮੇਰਾ ਕੰਮ ਹੀ ਇੰਨਾ ਚੱਲ ਪਿਆ ਨਾ ਵੀ ਵਧੀਆ ਡਾਕਟਰ ਫੇਮਸ ਹੋ ਗਿਆ ਹੈ ਨਾ ਅਤੇ ਮੈਂ ਉਹ ਮਹਾਂ ਮਹਾਰਾਜ ਨਹੀਂ ਤਾਂ ਤੁਹਾਡੀ ਆਰਮੀ 'ਚ ਤਨਖਾਹ ਨਹੀਂ ਜਿੰਨੇ ਮੋਰੇ ਪੈਸੇ ਕਮਾਈ ਜਾਂਦਾ ਅਤੇ ਉਹ ਕਿਤੇ ਨਾ ਕਿਤੇ ਨਹੀਂ ਮੈਨੂੰ ਲੱਗਦੀ ਮੈਂ ਆਰਮੀ 'ਚ ਚਲੇ ਜਾਣਾ ਤਾਂ ਹੈ ਨਾ ਵੀ ਜਿੱਦਾਂ ਘਰ ਦੇ ਪਿੱਛੇ ਵੇਖਦੇ ਵੀ ਤੂੰ ਚੱਲ ਪਿੰਡਾਂ 'ਚ ਹੀ ਹੁੰਦਾ ਪੜ੍ਹ ਲਿਆ ਮੁੰਡਾ ਚਲੋ ਆਰਮੀ 'ਚ ਆਰਮੀ 'ਚ ਇਹ ਤਾਂ ਹੈ ਹਾਂ ਚਲੋ ਤੁਸੀਂ ਐਜ਼ ਅ ਡਾਇਰੈਕਟਰ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਥੈਂਕ ਯੂ ਸੋ ਮਚ ਤਾਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਨਹੀਂ ਵਧੀਆ ਲੱਗਿਆ ਸਭ ਕੁਛ ਵਧੀਆ ਤਾਂ ਬਾਕੀ ਚਲੋ ਵਧੀਆ ਗੱਲ ਆਈ ਆ ਮਹਾਰਾਜ ਤੁਸੀਂ ਸਮਝਦੇ ਆ ਹੈ ਨਾ ਤੁਹਾਡਾ ਵੀ ਸਟਰਗਲ ਆ ਸਾਡਾ ਵੀ ਸਟਰਗਲ ਆ ਪਰ ਵਧੀਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਸਟਰਗਲ ਮੈਨੂੰ ਲੱਗਦਾ ਕਦੇ ਖਤਮ ਨਹੀਂ ਹੋਣਾ ਚਾਹੀਦਾ ਜਦੋਂ ਇਹ ਸਟਰਗਲ ਖਤਮ ਹੋ ਜਾਂਦਾ ਨਾ ਜ਼ਿੰਦਗੀ ਜਿਉਣ ਦਾ ਅਤੇ ਕੰਮ ਕਰਨ ਦਾ ਜਿਹੜਾ ਸਵਾਦ ਹੈ ਉਹ ਮੁੱਕ ਜਾਂਦਾ ਸਵਾਦ ਨਹੀਂ ਤੁਹਾਡਾ ਸਿੱਖਣ ਦਾ ਉਹ ਮੁੱਕ ਜਾਂਦਾ ਜੇ ਸਟਰਗਲ ਆ ਤਾਂ ਤੁਸੀਂ ਸਿੱਖੋਗੇ ਮੈਂ ਚਾਹੁੰਦਾ ਜ਼ਿੰਦਗੀ ਵਿੱਚ ਸਟਰਗਲ ਰਹਿਣੀ ਚਾਹੀਦੀ ਹੈ ਜਦੋਂ ਤੁਸੀਂ ਸਹੀ ਗੱਲ ਹੈ ਇਹ ਕਦੀ ਨਹੀਂ ਮੁੱਕਣਾ ਚਾਹੀਦਾ ਕਿਉਂਕਿ ਜਦੋਂ ਮੁੱਕ ਗਿਆ ਤੁਸੀਂ ਸਿੱਖਣਾ ਵੀ ਛੱਡ ਦੇਣਾ ਤਾਂ ਜਿੰਨਾ ਸਟਰਗਲ ਰਹੂਗਾ ਉਹਨਾਂ ਤੁਸੀਂ ਹਰ ਰੋਜ਼ ਸਿੱਖਦੇ ਆ ਨਾ ਹਰ ਚੀਜ਼ ਅਤੇ ਮੈਨੂੰ ਲੱਗਦਾ ਵੀ ਇਹ ਸਿੱਖਣਾ ਚਾਹੀਦਾ ਚਲੋ ਥੈਂਕ ਯੂ ਜੀ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ